ਦੇਸ਼ ਦੁਨੀਆ ਚ ਵਾਸਤੇ ਪੰਜਾਬੀਆਂ ਨੂੰ ਜੀ ਆਇਆਂ ਮੈਂ ਹਰਜਿੰਦਰ ਸਿੰਘ ਰੰਦਾਵਾ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸਰਦਾਰ ਹਮੇਰ ਸਿੰਘ ਜੀ ਔਰ ਇਹਨਾਂ ਦੇ ਨਾਲ ਸਰਦਾਰ ਜਗਤਾਰ ਸਿੰਘ ਜੀ ਬੈ ਜੀ ਆਇਆਂ ਥੈਂਕ ਯੂ ਸ਼ੁਕਰੀਆ ਜੀ ਵੈਸੇ ਤਾਂ ਅਸੀਂ ਥੋੜਾ ਜਿਹਾ ਲੇਟ ਆ ਕਾਂਗਰਸ ਦੀ ਸੂਚੀ ਆਈ ਨੂੰ ਕਾਫੀ ਸਮਾਂ ਹੋ ਗਿਆ ਲੇਕਿਨ ਇਸ ਸੂਚੀ ਦੇ ਵਿੱਚ ਬਠਿੰਡੇ ਦੀ ਸੀਟ ਐਲਾਨੀ ਗਈ ਜਿਹੜੀ ਉਹ ਆਸ ਤੋਂ ਪਰੇ ਆ ਹਾਲਾਂਕਿ ਜੀਤ ਮਹਿੰਦਰ ਸਿੱਧੂ ਕਾਫੀ ਦੇਰ ਤੋਂ ਆਪਣਾ ਦਾਵਾ ਠੋਕ ਰਹੇ ਸੀਗੇ ਔਰ ਉਹਨਾਂ ਨੇ ਬਹੁਤ ਮੌਕਿਆਂ ਤੇ ਹੋਲਡਿੰਗਸ ਇਸ਼ਤਿਹਾਰ ਵਗੈਰਾ ਲਗਾਏ ਸੀ ਇਲਾਕੇ 'ਚ ਔਰ ਉਸ ਇਲਾਕੇ 'ਚ ਉਹ ਆਵਾਜ਼ ਉੱਠਦੀ ਰਹੀ ਕਿ ਉਹ ਸੀਰੀਅਸ ਕੈਂਡੀਡੇਟ ਨੇ ਔਰ ਉਹਨਾਂ ਦੇ ਪਿੱਛੇ ਪ੍ਰਤਾਪ ਸਿੰਘ ਬਾਜਵਾ ਵੀ ਨੇ ਉਹਨਾਂ ਦੀ ਬੈਕਿੰਗ ਉਹ ਕਰ ਰਹੇ ਨੇ ਲਿਆ ਕੇ ਵੀ ਉਹ ਹੀ ਆਏ ਨੇ ਪਰ ਮੰਨਿਆ ਜਾ ਰਿਹਾ ਸੀਗਾ ਕਿ ਜਿਹੜਾ ਇੱਕ ਟਫ ਫਾਈਟ ਜੇ ਕਾਂਗਰਸ ਦੇਣਾ ਚਾਹੁੰਦੀ ਤੇ ਅਮਰਤਾ ਵੜਿੰਗ ਸਭ ਤੋਂ ਪਿੱਤਰ ਉਮੀਦਵਾਰ ਨੇ ਆਖਿਰ ਉਹ ਕਾਂਗਰਸ ਦੇ ਸੈਨਾਪਤੀ ਦੀ ਧਰਮ ਪਤਨੀ ਵੀ ਨੇ ਤੇ ਸੈਨਾਪਤੀ ਜੇ ਪਛਾਹ ਹਟਦਾ ਹੈ ਤਾਂ ਮਨੋਬਲ ਸਾਰਿਆਂ ਦੇ ਉੱਤੇ ਹੀ ਅਸਰ ਪੈਂਦਾ ਹੈ ਇਹ ਇਨ੍ਹਾਂ ਸਫਾਂ ਦੇ ਵਿੱਚ ਗੱਲ ਤੁਰ ਰਹੀ ਆ ਕਿ ਰਾਜਾ ਬੜਿੰਗ ਕੀ ਪਛਾਹ ਹਟ ਗਈ ਕਿ ਜੇ ਇਹ ਫੈਸਲਾ ਕਾਂਗਰਸ ਪਾਰਟੀ ਦਾ ਹੈ ਤਾਂ ਕਾਂਗਰਸ ਪਾਰਟੀ ਸਭ ਤੋਂ ਬਿਹਤਰ ਉਮੀਦਵਾਰ ਦੀ بجائے ਦੂਜੇ ਉਮੀਦਵਾਰ ਤੇ ਦਾਅ ਖੇਡ ਕੇ ਕਿਸੇ ਨੂੰ ਫਾਇਦਾ ਪਹੁੰਚਾਉਣਾ ਚਾਹ ਰਹੀ ਤੇ ਜੇਕਰ ਇਹ ਰਾਜਾ ਬੜਿੰਗ ਦਾ ਫੈਸਲਾ ਹੈ ਜਿਹੜਾ ਕਿ ਮੰਨਿਆ ਜਾਂਦਾ ਹੈ ਕਿ ਉਹ ਕਾਫੀ ਦੇਰ ਤੋਂ ਨਹੀਂ ਸੀ ਲੜਨਾ ਚਾਹ ਰਿਹਾ ਤਾਂ ਫਿਰ ਆਖਰ ਕੀ ਕੋਈ ਮਜਬੂਰੀ ਹੈ ਪਰਿਵਾਰਕ ਮਜਬੂਰੀ ਹੈ ਜਾਂ ਕੋਈ ਡਰ ਖੌਫ ਨੇ ਫਾਈਟ ਵੱਡੀਆਂ ਹੋਣ ਜੇ ਨੁਕਸਾਨ ਹੋਣ ਦੇ ਖਤਰੇ ਹੋਣ ਤਾਂ ਬੰਦਾ ਖਤਰੇ ਮੁਰਲ ਘੱਟ ਲੈਂਦਾ ਜਦੋਂ ਕੋਈ ਵੱਡੀ ਕੁਰਸੀ ਕੋਲ ਹੋਵੇ ਡਰ ਵੱਡੇ ਹੋ ਜਾਂਦੇ ਆ ਖਰੇਤੇ ਚੱਲਦੇ ਆਪਾਂ ਦੂਜਾ ਸਵਾਲ ਕਲ ਪਮਨਟੀ ਨੂੰ ਚਲੇ ਗਏ ਸੀਗੇ ਪਮਨਟੀ ਨੂੰ ਮੁੱਖ ਮੰਤਰੀ ਦੀ ਹਾਜ਼ਰੀ ਦੇ ਵਿੱਚ ਔਰ ਗੁਰਚਰਨ ਸਿੰਘ ਚੰਨੀ ਉਹ ਦੋ ਵੱਡੇ ਨਾਂ ਅਕਾਲੀ ਦਲ ਨੂੰ ਦੁਆਬੇ ਚ ਚੰਗਾ ਤਗੜਾ ਝਟਕਾ ਲੱਗਿਆ ਇਸ ਤੋਂ ਪਹਿਲਾਂ ਮਾਲਵੇ ਦੇ ਇੱਕ ਖਾਸ ਹਿੱਸੇ ਸੰਗਰੂਰ ਔਰ ਬਰਨਾਲੇ ਵਾਲੇ ਪਾਸੇ ਢੀਂਡਸੇ ਨੂੰ ਨਾ ਟਿਕਟ ਦੇ ਕੇ ਢੀਂਡਸਾ ਪਰਿਵਾਰ ਤੇ ਹੱਕ ਚ ਇੱਕ ਹਮਦਰਦੀ ਜੀ ਬਣ ਗਈ ਅਕਾਲੀ ਸਫਾ ਚ ਇਹ ਸਵਾਲ ਕਾਫੀ ਹਲਕਿਆਂ ਚੋਂ ਘੁੰਮ ਘਮਾ ਕੇ ਤੁਰਿਆ ਹੁੰਦਾ ਕਿ ਜੇਕਰ ਵਾਪਸ ਆਏ ਸੀ ਢੀਂਡਸੇ ਤਾਂ ਇਸ ਸ਼ਰਤ ਤੋਂ ਬਿਨਾਂ ਤਾਂ ਕੋ ਮਤਲਬ ਨਹੀਂ ਸੀ ਕਿ ਇੱਕ ਟਿਕਟ ਵੀ ਉਹਨਾਂ ਨੂੰ ਨਹੀਂ ਮਿਲਣੀ ਤੇ ਹੁਣ ਜੇ ਉਹਨਾਂ ਨਾਲ ਇੰਜ ਹੋ ਸਕਦਾ ਤੇ ਕਿਸੇ ਨਾਲ ਵੀ ਹੋ ਸਕਦਾ ਬੀਬੀ ਜ਼ਗੀਰਕੁਰ ਨੇ ਅੱਜ ਇਹ ਗੱਲ ਕਹਿ ਕੇ ਕਿ ਟਿੱਕਟ ਦੇ ਦੇਣੀ ਚਾਹੀਦੀ ਸੀ ਜੇ ਉਹ ਆ ਗਏ ਸੀ ਨਾਲ ਤੇ ਹਰਜ ਕੀ ਸੀ ਇਹ ਕਾਫੀ ਲੋਕਾਂ ਦੀ ਜ਼ੁਬਾਨ ਬਣੇ ਨੇ ਉਹ ਇਸੇ ਤਰ੍ਹਾਂ ਹਰਸਿਮਰਤ ਕੋਰ ਬਾਦਲ ਨੇ ਬਠਿੰਡੇ ਦੇ ਬਾਰੇ ਸਥਿਤੀ ਕਲੀਅਰ ਕੀਤੀ ਉਹ ਕਹਿੰਦੇ ਜੇ ਮੈਂ ਲੜਾ ਤਾਂ ਬਠਿੰਡਿਓ ਲੜਾ ਮੈਂ ਕਿਤੇ ਹੋਰ ਨਹੀਂ ਜਾ ਰਹੀ ਅਕਾਲੀ ਸਫਾਂ ਦੇ ਵਿੱਚ ਇਹ बार-बार ਇੱਕ ਦੂਜੇ ਨੂੰ ਸ਼ੱਕ ਦੀ ਨਜ਼ਰ ਨਾਲ ਵੀ ਵੇਖਿਆ ਜਾ ਰਿਹਾ ਕਿ ਟੀਨੂ ਤੋਂ ਬਾਅਦ ਕੀ ਕੋਈ ਹੋਰ ਲੋਕ ਵੀ ਜਾ ਰਹੇ ਕੁਝ ਲੋਕ ਭਾਜਪੀ ਨਾਲ ਵੀ ਅੰਦਰ ਖਾਤੇ ਗੱਲ ਕਰ ਰਹੇ ਕੁਝ ਲੋਕਾਂ ਦੀਆਂ ਜਿਨ੍ਹਾਂ ਦੀਆਂ ਟਿਕਟਾਂ ਐਲਾਨ ਹੋਈਆਂ ਕਿ ਉਹ ਵੀ বিজেਪੀ ਦੇ ਸੰਪਰਕ ਵਿੱਚ ਸੀ ਕਿ ਜੇ ਟਿਕਟ ਨਾ ਮਿਲਦੀ ਤਾਂ ਉਹ ਵੀ ਜਾ ਸਕਦੇ ਸੀ ਔਰ ਕੁਝ ਹੋਰ ਲੋਕ ਖਾਸ ਤੌਰ ਤੇ ਮਾਝੇ ਦੇ ਇੱਕ ਆਗੂ ਦਾ ਵੀ ਜ਼ਿਕਰ ਹੋ ਰਿਹਾ ਦਵਾਬੇ ਦੇ ਇੱਕ ਆਗੂ ਦਾ ਵੀ ਜ਼ਿਕਰ ਹੋ ਰਿਹਾ ਕੁਝ ਆਗੂ ਇਹੋ ਜਿਹੜੇ ਆਪਸ ਵਿੱਚ ਵੀ ਸੰਪਰਕ ਚ ਹੈ ਇਹ ਬੜੀਆਂ ਅੰਦਰ ਦੀਆਂ ਗੱਲਾਂ ਜਿਹੜੀਆਂ ਅਸੀਂ ਤੋੜਨ ਦਾ ਯਤਨ ਕਰਾਂਗੇ ਔਰ ਕੇਜਰੀਵਾਲ ਸਾਹਿਬ ਨਾਲ ਦੋ ਸਬੰਧਤ ਸੁਣਵਾਈਆਂ ਸੁਪਰੀਮ ਕੋਰਟ ਦੇ ਵਿੱਚ ਹੋਈ ਤੇ ਇੱਕ ਉਹਨਾਂ ਦੀ ਜੁਡੀਸ਼ੀਅਲ ਕਸਟਡੀ ਵਧਾਈ ਗਈ ਮੁੱਖ ਮੰਤਰੀ ਪੰਜਾਬ ਦੇ ਵੀ ਮੈਣ ਗਏ ਸਭ ਤੋਂ ਪਹਿਲਾਂ ਸਰਦਾਰ ਹੰਮੇਰ ਸਿੰਘ ਜੀ ਗੱਲ ਤੋਰੀਏ ਰਾਜਾ ਬੜਿੰਗ ਕਾਂਗਰਸ ਦੇ ਪ੍ਰਧਾਨ ਨੇ ਪ੍ਰਧਾਨ ਮੂਰਿਓ ਲੜਦਾ ਐ ਅਕਸਰ ਕਿਹਾ ਜਾਂਦਾ ਹੈ ਕਿ ਤੁਸੀਂ ਉਦਾਹਰਨ ਦੇ ਨਾਲ ਤਰੋ ਤਾਂ ਫਿਰ ਗੱਲ ਬਣਦੀ ਹੈ ਜਿਹੜੀ ਥੱਲੇ ਵਾਲੀ ਹੁੰਦੀ ਹੈ ਕਲਾਸ ਉਹ ਸਾਰੀ ਦੀ ਸਾਰੀ ਆਪਣੇ ਲੀਡਰ ਵੱਲ ਦੇਖਦੀ ਹੈ ਕਿ ਉਹ ਲੜੇ ਲੜਦਾ ਨਜ਼ਰ ਆਵੇ ਤੇ ਫਿਰ ਗੱਲ ਬਣਦੀ ਹੈ ਰਾਜਾ ਬੜਿੰਗ ਪਛਾਹ ਹਟੇ ਜਾਂ ਕਾਂਗਰਸ ਨੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਇਹ ਸਾਰੇ ਸਵਾਲ ਘੁੰਮੀ ਜਾ ਰਿਹਾ ਮੈਂ ਚਾਹੂੰਗਾ ਕਿ ਤੁਸੀਂ ਆਪਣੀ ਇੱਕ ਟਿੱਪਣੀ ਨਾਲ ਗੱਲ ਤੋੜੋ ਕਾਂਗਰਸ ਹਾਈ ਕਮਾਂਡ ਦਾ ਤਾਂ ਸਿੱਧਾ ਮੇਰੇ ਕੋਲ ਇਹਨਾਂ ਨੂੰ ਮੈਸੇਜ ਲਗਾਤਾਰ ਹੈ ਕਿ ਆਪਾਂ ਵੱਡੇ-ਵੱਡੇ ਜਿਹੜੇ ਬੀਨੇਬਿਲਟੀ ਹੋਏ ਜੀ ਜਿੱਤ ਦੀ ਸੰਭਾਵਨਾ ਜ਼ਿਆਦਾ ਹੋਵੇ ਉਹਨਾਂ ਨੂੰ ਲੜਨਾ ਚਾਹੀਦਾ ਪਰ ਇਹ ਦੋ ਟਾਪ ਲੀਡਰ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਬੜੇਗੇ ਇਹ ਸਲੈਕਸ਼ਨ ਚ ਪਹਿਲਾਂ ਤੋਂ ਹੀ ਉਹਨਾਂ ਨੂੰ ਇਹ ਕਹਿੰਦੇ ਰਹੇ ਕਿ ਨਹੀਂ ਜੀ ਪ੍ਰਤਾਪ ਬਾਜਵਾ ਤਾਂ ਕਹਿੰਦੇ ਮੈਂ ਅਪਰਲੀ ਪਾਰੀ ਖੇੜਿਆ ਆ ਹੁਣ ਮੇਰੀ ਬਾਕੀ ਦੀ ਜਿਹੜੀ ਪੋਲੀਟੀਕਲ ਲਾਈਫ ਹੈ ਮੈਂ ਪੰਜਾਬ ਦੀ ਸੇਵਾ ਕਰਨਾ ਚਾਹੁੰਨਾ ਨਮਜੋਤ ਸਿੱਧੂ ਵੀ ਐਵੇਂ ਕਹਿੰਦੇ ਸੀ ਮੈਂ ਉੱਪਰ ਨਹੀਂ ਜਾਣਾ ਹੁਣ ਇੱਥੇ ਆਪਾਂ ਪੰਜਾਬ ਦੀ ਸੇਵਾ ਕਰਨੀ ਆ ਪੰਜਾਬ ਦੀ ਸੇਵਾ 'ਚ ਦਿਲਚਸਪੀ ਬਹੁਤ ਜ਼ਿਆਦਾ ਲੀਡਰਸ਼ਿਪ ਦੀ ਵੈਸੇ ਔਰ ਜੇ ਇੰਨੀ ਸੇਵਾ ਕੀਤੀ ਹੁੰਦੀ ਤਾਂ ਪੰਜਾਬ ਇੱਥੇ ਆ ਕੇ ਖੜਾ ਨਾ ਹੁੰਦਾ ਜੇ ਨਰਾਸਦ ਤੇ ਛੋਕੜ 'ਚ ਲੀਡਰਸ਼ਿਪ ਨੇ ਪੰਜਾਬ ਦੀ ਸੇਵਾ ਕੀਤੀ ਹੁੰਦੀ ਰਾਜਾ ਬੜਿੰਗ ਦੇ ਮਾਮਲੇ 'ਚ ਰਾਜਾ ਬੜਿੰਗ ਦੀ ਵਾਈਫ ਅਮਰਤਾ ਬੜਿੰਗ ਜਿਹੜੀ ਹੈ ਉਹ ਲਗਾਤਾਰ ਆਪਾਂ ਦੇਖਦੇ ਰਹੇ ਆ ਕਿ ਮਤਲਬ ਜਿਵੇਂ ਕੈਂਡੀਡੇਟ ਹੁੰਦਾ ਹੈ ਉਵੇਂ ਕੈਂਪੇਨ ਕਰਦੀ ਉਹਨਾਂ ਨੇ ਸ਼ੁਰੂਆਤ ਕਰ ਰੱਖੀ ਸੀ ਹਾਂ ਔਰ ਉਹ ਪ੍ਰੈਸ਼ਰਾਈਜ਼ ਵੀ ਲਗਾਤਾਰ ਕਰ ਰਹੀ ਸੀ ਕਿ ਹਾਂ ਠੀਕ ਹੈ ਜੀ ਔਰ ਪਿਛਲੀ ਕਿਉਂਕਿ ਚੋਣ 2019 ਦੀ ਰਾਜਾ ਬੜਿੰਗ ਨੇ ਖੁਦ ਲੜੀ ਸੀ ਜਿਹੜੀ ਕਾਂਗਰਸ ਦੀ ਤਰਫੋਂ ਔਰ ਮਾਰਜਨ ਵੀ ਬਹੁਤਾ ਨਹੀਂ ਸੀ 20-22 ਹਜ਼ਾਰ ਦਾ ਮਾਰਜਨ ਬਹੁਤ ਨਹੀਂ ਕੋਈ ਵੱਡਾ ਨਹੀਂ ਹੁੰਦਾ ਇਸ ਤੋਂ ਪਹਿਲਾਂ ਮਨਪ੍ਰੀਤ ਬਾਦਲ ਨੇ ਵੀ ਲੜੀ ਸੀ ਹਾਲਾਂਕਿ ਉਹ 22000 ਦਾ ਮਾਰਜਨ ਵੀ ਰਾਜਾ ਬੜਿੰਗ ਨੇ ਦੋਸ਼ ਲਾਇਆ ਸੀ ਕਿ ਮੈਂ ਜਿੱਤ ਜਾਂਦਾ ਜੇਕਰ ਬਾਦਲ ਪਰਿਵਾਰ ਇਕੱਠਾ ਨਾ ਹੁੰਦਾ ਜੇਕਰ ਮਨਪ੍ਰੀਤ ਬਾਦਲ ਉਹਨਾਂ ਦੀ ਮਦਦ ਨਾ ਕਰਦਾ ਇਹੋ ਜੇ ਉਹਨੇ ਉਹਨੇ ਦੋਸ਼ ਉਹ ਦੋ ਲਾਏ ਸੀਗੇ ਮਤਲਬ ਰਾਜਾ ਬੜਿੰਗ ਨੇ ਉੱਪਰ ਨਹੀਂ ਲਾਏ ਸੀਗੇ ਕੋਈ ਇਹ ਨਹੀਂ ਆ ਕਿ ਛੁਪ ਕੇ ਕਿਸੇ ਨੂੰ ਚਿੱਠੀ ਲਿਖੀ ਕਿਸੇ ਨੂੰ ਨਹੀਂ মিডিਆ ਚ ਲਾਏ ਸੀ ਤੇ ਹੁਣ ਕੀ ਕਾਰਨ ਹੈ ਕਿ ਜਦੋਂ ਹੁਰਤਾ ਸਭੋ ਲੜਾਈ ਉਹਦੋਂ ਦਿਲਚਸਪੀ ਹੋਰ ਤਰੀਕੇ ਦੀ ਲੜਾਈ ਸੀ ਹੁਣ ਤਾਂ ਅਕਾਲੀ ਤੇ ਬੀਜੇਪੀ ਵੀ ਅਲੱਗ-ਅਲੱਗ ਨੇ ਪਹਿਲਾਂ ਅਕਾਲੀ ਤੇ ਬੀਜੇਪੀ ਇਕੱਠੇ ਸੀ ਤੇ ਹੁਣ ਤਾਂ ਇੱਕ ਆਮ ਆਦਮੀ ਪਾਰਟੀ ਵੀ ਪਹਿਲਾਂ ਨਾਲੋਂ ਕੰਪੈਰੀਟਿਵਲੀ ਸਟਰੋਂਗ ਲੱਗਦੀ ਹੈ ਮੁਕਾਬਲਤਕੋ ਕਿ ਹੁਣ ਉਹਨਾਂ ਦੀ ਸਰਕਾਰ ਹੈ ਪਹਿਲਾਂ ਉਹਨਾਂ ਦੀ ਸਰਕਾਰ ਨਹੀਂ ਸੀ ਤਾਂ ਇਸ ਮੁਕਾਬਲੇ 'ਚ ਤਾਂ ਜੇ ਸੰਭਾਵਨਾ ਜ਼ਿਆਦਾ ਨਜ਼ਰ ਆਉਣੀ ਚਾਹੀਦੀ ਸੀ ਰਾਜਾ ਬੜਿੰਗ ਨੂੰ ਆਏ ਜੇ ਕੈਪਟਨ ਪਾਰਟੀ ਦੇ ਪਰ ਉਹਨਾਂ ਨੇ ਕਹਿੰਦੇ ਨੇ ਹਥਿਆਰ ਸੁੱਟ ਤੇ ਬਿਲਕੁਲ ਹੀ ਨਾ ਲੜਨ ਦਾ ਫੈਸਲਾ ਕਰ ਲਿਆ ਹਾਲਾਂਕਿ ਕੁਝ ਸੱਜਣਾ ਨੇ ਜਿਨ੍ਹਾਂ ਦੇ ਕਾਂਗਰਸ ਦੇ ਸੀਨੀਅਰ ਲੀਡਰਸ਼ਿਪ ਦੇ ਵਿੱਚੋਂ ਉਹਨਾਂ ਨਾਲ ਇਹ ਦਲੀਲबाजी ਵੀ ਕੀਤੀ ਵੀ ਤੁਸੀਂ ਕਰ ਕੀ ਰਹੇ ਹੋ politically ਵੀ rauq decision ਨਾ ਉਹ ਕਹਿੰਦੇ ਬਾਕੀ ਜੋ ਤੁਸੀਂ ਕਰ ਰਹੇ ਹੋ ਕੱਲੋਂ ਮੰਨ ਲਓ ਖੈਰ ਹੈ ਗਾਦੀ ਹੈ ਬਖਵਖ ਬੰਦੇ ਜਿੱਤ ਜਾਂਦੇ ਨੇ ਆਪਣੀ ਆਪਣੀ ਜਗ੍ਹਾ ਬਾਈ ਚੰਦ ਤੇ ਜੇ ਉਹ ਜਿੱਤ ਜਾਂਦੇ ਨੇ ਤਾਂ ਉਹਨਾਂ ਦਾ ਸਟੇਚਰ ਕੀ ਹੋਏਗਾ ਫਿਰ ਤੇਰਾ ਸਟੇਚਰ ਕੀ ਹੋਏਗਾ ਫਿਰ ਤੂੰ politically ਕਿਵੇਂ ਪਾਰਟੀ ਦੇ ਵਿੱਚ ਵੀ ਤੇਰਾ ਮजूद ਉਸ ਪਦਰ ਤੇ ਖੜਾ ਕਰੂਗੀ ਕੋਈ ਹਾਈ ਕਮਾਂਡ ਕਿਉਂ ਤੇਰੇ ਨਾਲ ਹੋਏਗੀ ਜਾਂ ਇਹ ਪਰਧਾਰਗੀ ਕਿੰਨਾ ਚਿਰ ਰਹੂਗੀ ਫਿਰ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਲੜੀ ਨਹੀਂ ਰਹੇ ਅੱਗੇ ਹੋ ਕੇ ਜਦੋਂ ਤੁਸੀਂ ਦਰ ਰਹੇ ਪਰ ਇਸੇ ਦੇ ਚੱਲਦੇ ਦੌਰਾਨ ਫਿਰ ਮਤਲਬ ਹੋਰ ਕੌਣ ਕੈਂਡੀਡੇਟ ਕਿਦੇ ਤੇ ਗੁਣਾ ਸਿਟਾ ਜਾਏ ਪ੍ਰਤਾਪ ਬਾਜਵਾ ਲਗਾਤਾਰ ਫਿਰ ਇਧਰੋਂ ਮੈਨੂੰ ਲੱਗਦਾ ਪ੍ਰਤਾਪ ਬਾਜਵੇ ਦੀ ਉਹਨਾਂ ਨੇ ਇੱਕ ਲੈਵਲ ਦੇ ਉੱਤੇ ਸਹਾਰਾ ਜੀ ਦੇਣਾ ਲੱਗਦਾ ਮੈਨੂੰ ਤਾਇਤ ਕੀਤਾ ਚਾਹੇ ਹਾਲਾਂਕਿ ਵਿਰੋਧ ਵੀ ਹੋ ਸਕਦਾ ਦੋ ਜਣਿਆਂ ਦਾ ਵਿਰੋਧ ਹੁੰਦਾ ਕਈ ਵਾਰ ਵੀ ਉਹ ਜੀਤਮਨਦਰ ਸਿੰਘ ਦੂ ਦੇ ਪਿੱਛੇ ਸੀ ਉਹਨਾਂ ਨੇ ਨਾਮ ਨੂੰ ਅੱਗੇ ਵਧਾਇਆ ਉਹਨਾਂ ਨੇ ਬੜਾ ਇੱਕ ਉਹਨਾਂ ਦਾ ਅਈ ਕਮਾਨ ਨੂੰ ਦੱਸਿਆ ਕਿ ਕਿਵੇਂ ਚਾਰ ਬਾਰ ਐਮਐਲਏ ਹਾਲਾਂਕਿ ਦੋ ਬਾਰ ਐਸਐਡੀ ਇੱਕ ਬਾਰ ਆਜ਼ਾਦ ਇੱਕ ਬਾਰ ਕਾਂਗਰਸ ਦੋ ਬਾਰ ਐਸਐਡੀ ਚਾਰ ਬਾਰ ਐਮਐਂਡ ਰਹੇ ਪਰ ਤਰਵੰਡੀ ਸੰਭੋ ਤੋਂ ਔਰ ਇਹ ਵੀ ਰਿਸ਼ਤਾ ਜੋੜਿਆ ਜਾਂਦਾ ਕਿ ਰਾਮ ਰਹੀਮ ਨਾਲ ਰਿਸ਼ਤਾ ਵੀ ਹੈ ਕਿਸੇ ਨਾ ਕਿਸੇ ਤਰੀਕੇ ਦਾ ਤਾਲਮੇਨ ਪਰ ਉਹਨੇ ਜੀਤਮੇਂਦਰ ਸਿੰਘੂ ਮੇਰੇ ਕਹਿਣਾ ਉਹ ਤਾਂ ਜੱਸੀ ਦਾ ਰਿਸ਼ਤਾ ਉਸਰੇ ਵੱਲ ਤੇ ਜਦੋਂ ਜੱਸੀ ਵੀ ਮਿਲਿਆ ਸੀਗਾ ਲੜ ਰਹੇ ਸੀ ਤਾਂ ਉਦੋਂ ਜੀਤਮੇਂਦਰ ਸਿੰਘੂ ਨੇ ਅਕਾਲੀ ਦਲ ਦੇ ਤਰਫੋਂ ਜਦੋਂ ਲੜੀ ਸੀ ਤਾਂ ਕਾਫੀ ਪ੍ਰਚਾਰ ਵੀ ਕੀਤਾ ਸੀ ਬਹੁਤ ਜ਼ਿਆਦਾ ਕੰਪਰੋਮਾਈਜ਼ੀਗ ਸਥਿਤੀ 'ਚ ਨਹੀਂ ਸੀ ਉਸ ਲੈਵਲ ਤੇ ਰਹੇ। ਔਰ ਸੁਖਬੀਰ ਬਾਦਲ ਤੋਂ ਵੀ ਉਹ ਲੱਗ ਗਏ ਇਸ ਲੈਵਲ ਤੇ ਹੋਏ ਸੀ ਕਿ ਜੇ ਇਹ ਲਾ ਕੇ ਅਲੀਗੇਸ਼ਨ ਕਿ ਡਿਕਟੇਟਰਸ਼ਿਪ ਆ ਮੈਨੂੰ ਦੱਸਿਆ ਨਹੀਂ ਜਾ ਰਿਹਾ ਮੈਨੂੰ ਫਲਾਣਾ ਨਹੀਂ ਮੈਨੂੰ ਸੁਣਿਆ ਨਹੀਂ ਜਾ ਰਿਹਾ। ਹੁਣ ਜੀਤਮਿੰਦਰ ਸਿੱਧੂ ਇੱਕ ਵਾਰ ਅਮਰਿੰਦਰ ਸਿੰਘ ਦੇ ਵੀ ਬਹੁਤ ਨੇੜੇ ਸੀ। ਉਹਨਾਂ ਦੀ ਗੱਡੀ ਵੀ ਤਾਂ ਚੀਫ ਮਿਨਿਸਟਰ ਸੀ ਉਦੋਂ ਵੀ ਡਰਾਈਵ ਕਰਦੇ ਰਹੇ। ਕਈ ਪਾਰਟੀਆਂ ਵੀ ਬਦਲੀਆਂ ਤੇ ਜੇ ਉਹੀ ਕੈਂਡੀਡੇਟ ਕਾਂਗਰਸ ਦਾ ਦੁਆਰਾ ਆਉਂਦੇ ਨੇ ਤੇ ਬਠਿੰਡੇ ਦੇ ਵਿੱਚ ਤੇ ਲੋਕ ਇਹ ਵੀ ਕਹਿ ਰਹੇ ਨੇ ਕਾਂਗਰਸ ਦੇ ਅੰਦਰ ਕਿ ਰਾਜਾ ਬੜਿੰਗ ਅਸੈਂਬਲੀ ਦੇ ਵਿੱਚ ਕਿਤੇ ਸਿਕਿਉਰਤਾ ਨਹੀਂ ਸੀਟ ਕਰ ਰਹੇ ਕਿਉਂਕਿ ਗਿੱਦੜਬਾਹ ਸੀਟ ਬਾਦਰਾ ਦੀ ਸੀਟ ਰਵਾਇਤੀ ਮੰਨੀ ਜਾਂਦੀ ਰਹੀ ਹੈ ਲਗਾਤਾਰ ਜੀ ਔਰ ਉਹ ਸੀਟ ਜਿਹੜੀ ਰਵਾਇਤੀ ਮੰਨੀ ਜਾਂਦੀ ਰਹੀ ਹੈ ਉਹਨੂੰ ਨੰਬੇ ਸਮੇਂ ਲਈ ਪ੍ਰੋਟੈਕਟ ਕਰਨ ਦੇ ਵਾਸਤੇ ਕੋਈ ਕੰਪਰੋਮਾਈਜ਼ ਹੋ ਜੇ ਸਿਆਸਤ ਦੇ ਵਿੱਚ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਪਰ ਉਸ ਕਾਸਟ ਤੇ ਤਾਂ ਮੈਨੂੰ ਲੱਗਦਾ ਇਹ ਕਾਸਟ ਜ਼ਿਆਦਾ ਲੱਗਦੀ ਹੈ ਪੋਲਿਟੀਕਲ ਕਾਸਟ ਉਦੇ ਮੁਕਾਬਲੇ ਜਿਹੜੀ ਦਿੱਤੀ ਜਾਊਗੀ ਜੇਕਰ ਇਹ ਨਹੀਂ ਲੜਦੇ ਔਰ ਇਸੇ ਕਰਕੇ ਹੁਣ ਕਾਂਗਰਸ ਦੇ ਅੰਦਰ ਵੀ ਗੜਬੜ ਹੈ ਔਰ ਮੈਨੂੰ ਜੀਤ ਅਜੀਤेंद्र ਸਿੰਘ ਮੋਫਰ ਪੂਰੀ ਤਰ੍ਹਾਂ ਨਾਰਾਜ਼ ਨੇ ਬੇਹੱਦ ਔਰ ਕਿਸੇ ਨੂੰ ਕਿਸੇ ਲੀਡਰ ਕੋਲ ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਕਿ ਮੈਂ ਤਾਂ ਧਰਨਾ ਦੇਣ ਲਈ ਵੀ ਤਿਆਰ ਹਾਂ ਮਤਲਬ ਹਾਈ ਕਮਾਂਡ ਦੇ ਦਰਬਾਰ 'ਚ ਜਾ ਕੇ ਵੀ ਤੁਸੀਂ ਕੀ ਕਰ ਰਹੇ ਹੋ ਸਾਡੇ ਨਾਲ ਅਸੀਂ ਲਗਾਤਾਰ ਉਹ ਵੀ ਆਪਣੇ ਮੁੰਡੇ ਨੂੰ ਆਪਣੇ ਬੇਟੇ ਨੂੰ ਅੱਗੇ ਵਧਾਉਣ ਦੀ ਟਰਾਈ ਦੇ ਵਿੱਚ ਸੀ ਹੋਰ ਜਿਹੜੇ ਉੱਥੇ ਕਈ ਲੀਡਰ ਨੇ ਜਿਹੜੇ ਜਟਾੜੇ ਹੋਣ ਹੀ ਡਿਫਰੈਂਟ ਟਾਈਪ ਦੇ ਕੁਝ ਬੰਦੇ ਨੇ ਉਹਨਾਂ ਨੇ ਕਾਂਗਰਸ ਦੇ ਅੰਦਰ ਕਾਫੀ ਨਾਰਾਜ਼ਗੀ ਪ੍ਰਗਟ ਕੀਤੀ ਹੈ ਬਠਿੰਡਾ ਸੀਟ ਤੇ ਵੀ ਜੀਤ ਮੇਰ ਦਰਸ਼ਦੂ ਦੇ ਮਾਮਲੇ ਦੇ ਵਿੱਚ ਹੁਣ ਕਾਂਗਰਸ ਉਹਨੂੰ ਕਿਵੇਂ ਮੈਨੇਜ ਕਰਦੀ ਹੈ ਰਾਜਾ ਬੜੇ ਗਾਫ ਮਨਾਉਣ ਜਾਣਗੇ ਆਪ ਮਨਾਉਣ ਜਾਣਗੇ ਕਿਹੜੀ ਮੌਰ ਅਥਾਰਟੀ ਨਾਲ ਜਾਣਗੇ ਔਰ ਜੇ ਕੋਈ ਹੋਰ ਕਿਵੇਂ ਮਨਾਉਂਦਾ ਕੀ ਉਹ ਫਿਰ ਕਾਂਗਰਸ ਨਾਲ ਜੇ ਨਹੀਂ ਚੱਲਣਗੇ ਤਾਂ ਕਾਂਗਰਸ ਲੋਕ ਕਾਂਗਰਸ ਹੀ ਜਾਂਦਾ ਇਹ ਕਹਿਣਾ ਮੈਨੂੰ ਨਹੀਂ ਪਤਾ ਹੋ ਸਕਦਾ ਜੀ ਤੇ ਮੈਂ ਅੰਦਰ ਸਿੰਘ ਨੂੰ ਜਿੱਤ ਵੀ ਜਾਣ ਪਰ ਕਾਂਗਰਸ ਦੇ ਸੀਨੀਅਰ ਲੀਡਰਾਂ ਦਾ ਕਹਿਣਾ ਵੀ ਜਰ ਇਹ ਤਾਂ ਹਾਈ ਕਮਾਂਡ ਨੇ ਵੀ ਗਲਤ ਕੀਤਾ ਹੈ ਕਿ ਟੋਟ ਟੋਟ ਜਿਹੜੀ ਹਾਈ ਕਮਾਂਡ ਇਹ ਕਹਿੰਦੀ ਸੀ ਕਿ ਇਸ ਤਰੀਕੇ ਨਾਲ ਲੜਾਵਾਂਗੇ ਤਾਂ ਉਹਨਾਂ ਨੇ ਕਿਉਂ ਨਹੀਂ ਕਿਹਾ ਜਾਂ ਪ੍ਰਧਾਨਗੀ ਛੱਡ ਦਿਓ ਜਾਂ ਲੜ ਲਓ ਫਿਰ ਉਸ ਇਸੇ ਦੇ ਔਰ ਦੂਜੀਆ ਕਾਂਗਰਸ ਦੇ ਵਿੱਚ ਬੜੇ ਵੱਡੇ ਹੁਣ ਆਨੰਦਪੁਰ ਸਾਹਿਬ ਵੀ ਖਾਲੀ ਤੇ ਲੁਧਿਆਣਾ ਔਰ ਇਹ ਮੈਨੂੰ ਪਤਾ ਲੱਗਿਆ ਕਿ ਉੱਥੇ ਦੋਨਾਂ ਸੀਟਾਂ ਤੋਂ ਪਰਗਟ ਸਿੰਘ ਨੇ ਕਿਹਾ ਕਿ ਜੇ ਕੋਈ ਨਹੀਂ ਲੜਦਾ ਤਾਂ ਮੈਨੂੰ ਤੁਸੀਂ ਲੜਾ ਸਕਦੇ ਹੋ ਕੋਈ ਗੱਲ ਨਹੀਂ ਡਰਨਾ ਚਾਹੀਦਾ ਤੇ ਜੇ ਐਸਾ ਲਕਸ਼ਣ ਤੇ ਨਹੀਂ ਲੜਿਆ ਜਾਏਗਾ ਚਾਹੇ ਲੁਧਿਆਣੇ ਨੂੰ ਲੜਾ ਦਿਓ ਜਿੱਥੇ ਚਾਹੀ ਉੱਥੋਂ ਲੜਾ ਦਿਓ ਜੇਕਰ ਲੜਾਉਣਾ ਹੀ ਹੈ ਜੇਕਰ ਪੈਰ ਨਹੀਂ ਲਾਉਂਦੇ ਕੈਪਟਨ ਦੀ ਤਰ੍ਹਾਂ ਤੇ ਪਲੇਅਰ ਦੀ ਤਰ੍ਹਾਂ ਖੇਡਣਾ ਉ ਤਾਂ ਸਹੀ ਤੁਹਾਡੇ ਚ ਬਰਕਰਾਰ ਉਤਸ਼ਾਹ ਤਾਂ ਕਰੋਗੇ ਜੇ ਤੁਸੀਂ ਖੇਡੋਗੇ ਨਹੀਂ ਤਾਂ ਕਾਦੇ ਨਹੀਂ ਡਿਮੋਰਲਾਈਜ਼ ਹੋ ਜਾਣਗੇ ਇਹੋ ਜੀ ਸਿਚੁਏਸ਼ਨ ਦੇ ਵਿੱਚ ਵੀ ਪਰ ਕਾਂਗਰਸ ਦੇ ਅੰਦਰ ਵੀ ਕਾਫੀ ਮੰਤਨ ਹੈ ਇਹ ਇਹ ਸੀਟ ਨੂੰ ਖਾਸ ਤੌਰ ਤੇ ਬਠਿੰਡਾ ਨੂੰ ਲੈ ਕੇ ਤੇ ਇਸੇ ਤਰ੍ਹਾਂ ਈਵਨ ਮਨੀਸ਼ ਤਵਾੜੀ ਨੇ ਵੀ ਲੈ ਕੇ ਵੀ ਤੁਸੀਂ ਤਬਦੀਲ ਕਰਤੀ ਐ ਸੀਟ ਜੇਕਰ ਉੱਥੇ ਹੀ ਲੜਾਉਂਦੇ ਜਿੱਥੇ ਬੰਦੇ ਨੇ ਕੰਮ ਕੀਤਾ ਜੇ ਜਿੱਥੇ ਨੂੰ ਰਿਪਰਜੈਕਟ ਕੀਤਾ ਤਾਂ ਫਿਰ ਕੋਈ ਵੀ ਐਸਕੇਪਿਸਟ ਰੂਟ ਲੈ ਲੇਗਾ ਚੰਗੀ ਸੀਟ ਚੰਗੀਆਂ ਸੀਟਾਂ ਲਈ ਤਾਂ ਕੋਈ ਵੀ ਤਿਆਰ ਹੋਊਗਾ ਇਧਰ ਉਹ ਚੰਗੀ ਬਾੜੀ ਕਿਹੜੀ ਹੁੰਦੀ ਐ ਜਿੱਥੇ ਤੁਸੀਂ ਲੜਦੇ ਹੋ ਤਾਂ ਲੜੋ ਤੇ ਨਹੀਂ ਤਾਂ ਨਹੀਂ ਲੜਦੇ ਤਾਂ ਨਾ ਲੜੋ ਔਰ ਜਿਵੇਂ ਹਰਸਿਮਰ ਤਬਾਦਲ ਨੇ ਮੰਤਰ ਬਿਆਨ ਦੇ ਹੀ ਦਿੱਤਾ ਕਿ ਆਪਾਂ ਤਾਂ ਉੱਥੇ ਹੀ ਲੜਾਂਗੇ ਜੇ ਲੜਾਂਗੇ ਚਾਹੇ ਟਫ ਸੀਟ ਆ ਚਾਹੇ ਨਹੀਂ ਟਫ ਸੀਟ ਵੈਸੇ ਤਾਂ ਅੱਜ ਕੱਲ ਸਾਰੀਆਂ ਹੀ ਟਫ ਹੁੰਦੀਆਂ ਜਾ ਰਹੀਆਂ ਨੇ ਮੈਨੂੰ ਲ ਨੇ ਇੱਕ ਦੂਜੇ ਦਾ ਪਰ ਇਹ کافی ਜਿਆਦਾ ਮੇਰੇ ਖਿਆਲ ਨਾਲ ਜਿਹੜਾ ਇੱਕ ਮਾਰਨ ਜਾਂ ਬੂਸਟ ਸੀ ਕਾਂਗਰਸ ਦੇ ਵਿੱਚ ਨਾ ਲੈ ਆਪਾਂ ਤਾਂ ਵੱਧ ਲੈ ਹੀ ਗਏ ਆ ਅੱਜ ਇੱਕ ਮਾਹੌਲ ਇਹ ਹੋ ਜਾਏ ਆਪਾਂ ਜਿੱਤੇ ਪਿਆ ਜਿਆਦਾ ਸੀਟਾਂ ਨਾਲ ਜਿਹੋ ਉਹਨੇ ਇੱਕ ਲੈਵਲ ਤੇ ਫਰਕ ਜ਼ਰੂਰ ਪਾਇਆ ਡਿਮੋਰਲਾਈਜ਼ ਕੀਤਾ ਹੈ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਨੂੰ ਜਿਹੜੀ ਕੈਂਪੇਨ ਕਰਨ ਦੇ ਲਈ ਜੀ ਦੀ ਜ਼ਰੂਰਤ ਹੈ ਸਟੇਟ ਲੈਵਲ ਦੀ ਕੈਂਪੇਨ ਜਿਹਦੇ ਹੱਥ ਚ ਦਿੱਤੀ ਜਾਊਗੀ ਉਥੇ ਜ਼ਰੂਰ ਹੈ ਫੈਸਲਾ ਮਤਲਬ ਨੈਗੇਟਿਵ ਸਾਬਤ ਹੋਇਆ ਇੱਕ ਤਰ੍ਹਾਂ ਦਾ ਬਾਕੀ ਜਿੱਤ ਮੈਂਦਰ ਕੰਪੀਟੈਂਟ ਨੇ ਮਤਲਬ ਰਸੂਖਦਾਰ ਵੀ ਨੇ ਪੈਸੇ ਵੀ ਹੈਗੇ ਨੇ ਲੜਨ ਲਈ ਬਾਕੀ ਚੀਜ਼ਾਂ ਨੇ ਬਾਕੀ ਚੀਜ਼ਾਂ ਸਾਰੀਆਂ ਠੀਕ ਨੇ ਉਹ ਇੱਕ ਅੱਗ ਜਗ੍ਹਾ ਤੇ ਹੁੰਦਾ ਪਰ ਪਾਰਟੀ ਆਰਗੇਨਾਈਜੇਸ਼ਨ ਦਾ ਮਾਨ ਇੱਕ ਅਲੱਗ ਤਰ੍ਹਾਂ ਲੋਕ ਦੇਖਦੇ ਨੇ ਆਪਣੇ ਆਪ ਜੀ ਸੱਜਕਤਾਰ ਸਿੰਘ ਜੀ ਮੋਟੇ ਤੌਰ ਤੇ ਦੋ ਗੱਲਾਂ ਸੀ ਇੱਕ ਤਾਂ ਇਹ ਰੌਲਾ ਪੈ ਰਿਹਾ ਸੀਗਾ ਕਿ ਕਾਂਗਰਸ ਪਾਰਟੀ ਹਾਈ ਕਮਾਂਡ ਖਾਸ ਤੌਰ ਤੇ ਇਸ ਵਾਰੀ ਕੋਈ ਦੂਜਾ ਪਰਮਾਨਾ ਨਹੀਂ ਜਿੱਤਣ ਵਾਲਿਆ ਤੇ ਦਾਗ ਖੇਟੂਗੀ ਵਨਰੇਬਿਲਟੀ ਪਰ ਇਹ ਵੀ ਗੱਲ ਨਾਲ ਸੀ ਕਿ ਜਦੋਂ ਇਹ ਗੱਲ ਚੱਲੀ ਕਿ ਔਰਤਾਂ ਦੀ ਵੈਸੇ ਤਾਂ ਪਹਿਲੀ ਗੱਲ ਤਾਂ ਇਹ ਸੀ ਕਿ ਜਿੱਤਣ ਦੀ ਸਮਰੱਥਾ ਦੇ ਮਾਮਲੇ 'ਚ ਅਮਰਤਾ ਵੜਿੰਗ ਦਾ ਕੋਈ ਸਾਨੀ ਨਹੀਂ ਸੀ ਹੋ ਸਕਦਾ ਉਸ ਖਿੱਤੇ ਦੇ ਲੋਕ ਸ਼ਾਇਦ ਇਸ ਗੱਲ ਨੂੰ ਅਫਵਾਦ ਵੀ ਸਮਝਣ ਪਰ ਮੈਨੂੰ ਇਹ ਲੱਗਦਾ ਹੈ ਕਿ ਜੇ ਤੁਹਾਡਾ ਇੱਕ ਮੋਮੈਂਟਮ ਬਣਿਆ ਹੋਵੇ ਤੁਹਾਡਾ ਨਾਂ ਜਿਆ ਚੱਲ ਰਿਹਾ ਹੋਵੇ ਤਾਂ ਇੱਕ ਪਹਿਲ ਜੀ ਮਿਲ ਜਾਂਦੀ ਹੈ ਸੋ ਪਹਿਲੀ ਗੱਲ ਤਾਂ ਇਹ ਦੂਜੀ ਜਿਹੜੀ ਅੰਦਰੋਂ ਗੱਲ ਆ ਰਹੀ ਸੀਗੀ ਕਿ ਜਦੋਂ ਰਾਜਾ ਬੜਿੰਗ ਨੂੰ ਕਿਹਾ ਜਾ ਰਿਆ ਸੀਗਾ ਤਾਂ ਉਹਨਾਂ ਦੀ ਪਤਨੀ ਦੇ ਨਜ਼ਰੀਏ ਤੋਂ ਫਿਰ ਇੱਕ ਜਗ੍ਹਾ ਚਰਨਜੀਤ ਸਿੰਘ ਚੰਨੀ ਸਾਹਿਬ ਕਾ ਸੀਐਮ ਨੇ ਵੀ ਕਹਿਤਾ ਵੀ ਠੀਕ ਹੈ ਜੇ ਪਤਨੀਆਂ ਲੜਾਉਣੀਆਂ ਤਾਂ ਮੇਰੀ ਪਤਨੀ ਨੂੰ ਵੀ ਲੜਾ ਦਿਓ ਉਹ ਚ ਕਿਹੜੀ ਗੱਲ ਆ ਜੀ ਇਸ ਕਰਕੇ ਇਹਨਾਂ ਨੇ ਇਹ ਰਸਤਾ ਵੀ ਇੱਥੋਂ ਬਚਣ ਦਾ ਯਤਨ ਕੀਤਾ ਦੂਜੇ ਪੰਨੇ ਅਜੀਤਿੰਦਰ ਸਿੰਘ ਮੋਫਰ ਵੀ ਕਾਫੀ ਜ਼ਿਆਦਾ ਵਿਰੋਧ ਵਿੱਚ ਸੀਗੇ ਰਾਜਾ ਬੜਿੰਗ ਨਾਲ ਉਹਨਾਂ ਦੀ ਪੁਰਾਣੀ ਪੰਗੇਬਾਜ਼ੀ ਹੈ ਇਹ ਦੋ ਦਾਵੇਦਾਰੀਆਂ ਫਿਰ ਪਿੱਛੇ ਰਹਿ ਜਾਂਦੀਆਂ ਸੀ ਜਦੋਂ ਰਾਜਾ ਬੜਿੰਗ ਉਹਨਾਂ ਦੀ ਪਤਨੀ ਬਾਹਰ ਹੋ ਗਏ ਜੀਤਮਿੰਦਰ ਸਿੰਘ ਸਿੱਧੂ ਤੇ ਅਜੀਤਿੰਦਰ ਸਿੰਘ ਮੋਹਰਚੋ ਕੌਣ ਤੇ ਇੱਕ ਤਾਂ ਪ੍ਰਤਾਪ ਬਾਜਵਾ ਇਹਨਾਂ ਦੇ ਪਿੱਛੇ ਸੀ ਦੂਜਾ ਇਹ ਮੰਨਿਆ ਗਿਆ ਕਿ ਇਹ ਇੱਕ ਤੋਂ ਵੱਧ ਹਲਕਿਆਂ 'ਚ ਇਲੈਕਸ਼ਨ ਲੜ ਕੇ ਆ ਚੁੱਕੇ ਨੇ ਤੇ ਇਸ ਏਰੀਆ ਦੇ ਵਿੱਚ ਇਹਨਾਂ ਦਾ ਅਸਰ ਰਸੂਖ ਜ਼ਿਆਦਾ ਹੁਣ ਮੋٹے ਤੌਰ ਤੇ ਜਿਹੜੀ ਇੱਕ ਬਹੁਤ ਟਫ ਫਾਈਟ ਦੇ ਵਿੱਚ ਹਰਸਿਮਰਤ ਕੋਰ ਬਾਦਲ ਜਾਂ ਖੁਡੀਆਂ ਨੂੰ ਪਾਉਣ ਵਾਲੀ ਅਮਰਤਾ ਵੜਿੰਗ ਦੇ ਬਾਹਰ ਆ ਕੇ ਮੋٹے ਤੌਰ ਤੇ ਇਹ ਕਾਂਗਰਸ ਜੇ ਫਾਇਦਾ ਲੈ ਰਹੀ ਤੇ ਇਸ ਤਰ੍ਹਾਂ ਦਾ ਫੈਸਲਾ ਲੈ ਰਹੀ ਤੇ ਫਾਇਦਾ ਕਿੰਨੂੰ ਦੇ ਰਹੀ ਹੈ ਤੇ ਜੇ ਰਾਜਾ ਬੜਿੰਗ ਪਸ਼ਾ ਹਟ ਰਿਹਾ ਤਾਂ ਉਹਨਾਂ ਨੂੰ ਲੀਡਰ ਬਚੋ تسلیم ਕਿਉਂ ਅੱਗੇ ਜਾ ਕੇ ਕੀਤਾ ਜਾਊਗਾ ਜਿਹੜਾ ਆਪ ਭਗੋੜਾ ਹੋਣ ਵਰਗੀ ਸਥਿਤੀ 'ਚ ਹੋ ਜੇ ਮੈਂ ਸ਼ਬਦ ਥੋੜਾ ਸਖਤ ਵਰਤਿਆ ਜੇ ਕਿਸ ਨੂੰ ਬੁਰਾ ਲੱਗੇ ਤੇ ਮਾਫ਼ੀ ਅਦਰਵਾਇਜ਼ ਇੰਜ ਹੀ ਹੁੰਦਾ ਹੈ ਕਿ ਤੁਸੀਂ ਲੜਨ ਦੀ ਬਜਾਏ ਕੋਈ ਦੂਜਾ ਰਸਤਾ ਚੁਣ ਲਓ ਕੀ ਕਹਿੰਦੇ ਹੋ ਜਦੋਂ ਕੌਂਟੈਸਟ ਮਲਟੀ ਕਾਰਡਿਨੇਟ ਹੋਵੇ ਜੀ ਬਹੁਤ ਕੋਣੀ ਮੁਕਾਬਲੇ ਦੇ ਵਿੱਚ ਕਿਸੇ ਨੂੰ ਆਪਣੇ ਫਾਇਦਾ ਪਹੁੰਚਾਉਣਾ ਇਹਨਾ ਆਸਾਨ ਨਹੀਂ ਹੁੰਦਾ ਜੇ ਟਿਕੋਣਾ ਮੁਕਾਬਲਾ ਹੋਵੇ ਉਹਦੇ ਵਿੱਚ ਤੁਸੀਂ ਇਹੋ ਜਿਹੀ ਸਿਆਸਤ ਖੇਡੋ ਤੇ ਉਹ ਤਾਂ ਸਮਝ ਆਉਂਦੀ ਹੈ ਕਿ ਕੋਈ ਹੋਰ ਕਾਰਨ ਤਾਂ ਨਹੀਂ ਫਾਇਦਾ ਪਚਾਉਣ ਦੀ ਥਾਂ ਤੇ ਕਿਸੇ ਨੂੰ ਕੋਈ ਨਿੱਜੀ ਕਾਰਨ ਹੋਵੇ ਇਸਤੰਬਰ ਦਾ ਪਹਿਲੀ ਗੱਲ ਤਾਂ ਹੈ ਵੀ ਅੰਦਰ ਮੀਟਿੰਗ ਦੇ ਵਿੱਚ ਹੋਇਆ ਕਿ ਜਦੋਂ ਕੈਂਡੀਡੇਟ ਸਿਲੈਕਟ ਕੀਤੇ ਸੀਗੇ ਉਹ ਜਰਾ ਜ਼ਰੂਰੀ ਹੈ ਉੱਥੋਂ ਫਿਰ ਗੱਲ ਸਾਰੀ ਨਿਕਲਦੀ ਹੈ ਉੱਥੇ ਮੀਟਿੰਗ ਦੇ ਵਿੱਚ ਅਮਰਤਾ ਮੜਿੰਗ ਦਾ ਨਾਮ ਆਇਆ ਪਹਿਲਾਂ ਉਹਨਾਂ ਦਾ ਹੀ ਸੁਣਿਆ ਨਾਂ ਆਇਆ ਸੀਗਾ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਉਸ ਮੀਟਿੰਗ ਦੇ હાજર ਸੀ ਤੇ ਇਹਨਾਂ ਨੇ ਡਿਸ ਇੰਟਰਸਟ ਸ਼ੋ ਕੀਤਾ ਜਾਣਕਾਰੀ ਇਹ ਹੈ ਕਿ ਐ ਬਈ ਤੁਸੀਂ ਕਿਸੇ ਹੋਰ ਨੂੰ ਟਿਕਟ ਦੇ ਦਿਓ ਕਾਰਨ ਕੀ ਹੈ ਇਹ ਆਪਣੇ ਆਪ ਦੇ ਵਿੱਚ ਦਵਚਸ ਪੈਂਗਲ ਹੈ ਤੇ ਇਹ ਮੈਨੂੰ ਲੱਗਦਾ ਨਹੀਂ ਕਿ ਬਹੁਤਾ ਕਿਸੇ ਨੂੰ ਫੈਰਾ ਦੇਣ ਦੀ ਗੱਲ ਹੋਵੇ ਪਰਸਨਲ ਰੀਜ਼ਨ ਕੁਝ ਹੋ ਸਕਦੇ ਹੈ ਜੜ ਕੇ ਪਿਛਲੇ ਬਹੁਤ ਸਮੇਂ ਤੋਂ ਅਮਰਤਾ ਹੋਰੀ ਬਹੁਤ ਐਕਟਿਵ ਸੀਗੇ ਚਾਰੇ ਪਾਸੇ ਤੇ ਲੱਗ ਰਿਹਾ ਸੀਗਾ ਕਿ ਪੂਰਾ ਜੋਰ ਲਗਿਆ ਹੋਇਆ ਵੀ ਸੜਨ ਲਈ ਕੀ ਹੋਇਆ ਹੂੰ ਕਿਉਂ ਇੱਕਦਮ ਇਹਨਾਂ ਨੂੰ ਲੱਗਿਆ ਅਜਰੋਂ ਨਾ ਆ ਗਿਆ ਕਿ ਉਸ ਤੋਂ ਪਹਿਲਾਂ ਮਨ ਬਣ ਗਿਆ ਸੀਗਾ ਵੇ ਇਲੈਕਸ਼ਨ ਸੀਟ ਨਹੀਂ ਲੜਨੀ ਜੀ ਇਹਦੇ ਨਾਲ ਜੀਤ ਗੁਮਿੰਦਰ ਸਿੰਘ ਸਿੱਧੂ ਪਿਛਲੇ ਕਈ ਦਿਨਾਂ ਤੋਂ ਤੁਸੀਂ ਆਪਣੇ ਹਮੇਰ ਹੋਰਾਂ ਨਾਲ ਗੱਲ ਕੀਤੀ ਵੀ ਪਹਿਲਾਂ ਕੈਪਟਨ ਰਵਿੰਦਰ ਸਿੰਘ ਦੀ ਗੱਡੀ ਚਲਾਉਂਦੇ ਹੁੰਦੇ ਸੀਗੇ ਕੁਝ ਖਿਡਾਰੀਆਂ ਤੋਂ ਇਹ ਕਿਤੇ ਕਿਤੇ ਵਿੱਚੋਂ ਪ੍ਰਤਾਪ ਸਿੰਘ ਬਾਜਵਾ ਦੀ ਗੱਡੇ ਚਲਾਉਂਦੇ ਵੀ ਦੇਖੇ ਗਏ। ਤੋਂ ਉਧਰ ਝੁਕਾ ਹੋਇਆ ਵੈ ਸੀਗਾ। ਇਹਦਾ ਮਤਲਬ ਹੈ ਕਿ ਬੈਕ ਡਰਾਪ ਦੇ ਵਿੱਚ ਕੋਈ ਗੱਲ ਚੱਲ ਰਹੀ ਸੀਗੀ ਐਸੀ ਕਿ ਜੀਤ ਮਹਿੰਦਰ ਹੋਰਾ ਦਾ ਦਾਲ ਲੱਗ ਸਕਦਾ ਹੈ। ਜੇ ਇਹ ਇਹ ਜਾਣਕਾਰੀ ਇਹ ਮਿਲੀ ਹੈ ਕਿ ਜੇ ਔਰ ਇਹਦਰ ਹੋ ਰਹੀ ਪ੍ਰੈਸ ਕਰਦੇ ਕਿ ਸੇਟ ਮੇਰੀ ਫੈਮਿਲੀ ਨੂੰ ਜਾਣੀ ਚਾਹੀਦੀ ਮੇਰੀ ਵਾਈਫ ਨੂੰ ਜਾਣੀ ਚਾਹੀਦੀ ਹੈ ਤੇ ਉਹ ਉਹwilling ਸੀਗੇ ਉੱਥੇ ਕੋਈ ਦਿੱਕਤ ਨਹੀਂ ਸੀਗੀ ਇਹਨਾਂ ਦਾ ਇੰਟਰਸਟ ਨਾ ਹੋਣ ਕਰਕੇ ਸੇਟਸ ਪਰ ਅਲਟੀਮੇਟ ਜੀਤ ਦਰਸਿੰਗ ਸਿੱਧਰੂ ਗਈ ਜੀ ਜਲ ਕੇ ਪਹਿਲਾਂ ਵੀ ਜਦੋਂ ਚਰਚਾਵਾਂ ਚੱਲਦੀਆਂ ਸੀ ਪਿਛਲੇ 1.5 ਮਹੀਨੇ ਤੋਂ ਤੇ ਉਹਨਾਂ ਨਾਵਾਂ ਦੇ ਵਿੱਚ ਜੀਤ ਮਹਿੰਦਰ ਦਾ ਨਾਮ ਲਗਾਤਾਰ ਆ ਰਿਹਾ ਸੀ ਲੇਕਿਨ ਸਭ ਤੋਂ ਹੀਰ ਤੇ ਆ ਰਿਹਾ ਸੀ ਹੂੰ ਤੇ ਇੱਕੋ ਗੱਲ ਹੱਕ ਦੇ ਵਿੱਚ ਜਦਾਂ ਕਹੀ ਜਾ ਰਹੀ ਸੀ ਕਿ ਵੀ ਕਿ ਜੇ ਕੋਈ ਬੰਦਾ ਕੈਂਡੀਡੇਟ ਕੋਈ ਪੈਸਾ ਖਰਚ ਸਕਦਾ ਨਾਲ ਵਿੱਚੋਂ ਜੀਤ ਬਹਿੰਦਰ ਜੀ ਪੈਸੇ ਦੀ ਗੱਲ ਖਾਸ ਕਰਕੇ ਆਉਂਦੀ ਹੈ ਜਦੋਂ ਬਾਦਲ ਪਰਿਵਾਰ ਸੀਟ ਲੜ ਰਿਹਾ ਹੈ ਬਾਦਲ ਪਰਿਵਾਰ ਦੀ ਆਪਣੀ ਸੀਟ ਨਿੱਜੀ ਸੀਟ ਹੈ ਨਾ ਬਡੰਡਾ ਤੇ ਜਦੋਂ ਉਹ ਖਰਚਾ ਤਾਂ ਤੁਹਾਨੂੰ ਪਤਾ ਵੀ ਖੁੱਲਕੇ ਕਰਦੇ ਹੁੰਦਾ ਉਹ ਟੱਬਰ ਤਾਂ ਕੋਈ ਇਲੈਕਸ਼ਨ ਲੜੇ ਇਸ ਤੋਂ ਲੋ ਤਾਂ ਪਲੱਸ ਪੁਆਇੰਟ ਔਰ ਪਲੱਸ ਪੁਆਇੰਟ ਕਹ ਲੋ ਜੋ ਮਰਜੀ ਕਹ ਲੋ ਹਮ ਖਰਚਾ ਬਾਦਲ ਪਰਿਵਾਰ ਦਾ ਕੈਂਡੀਡੇਟ ਸਰਦਾਰ ਬਾਦਲ ਹੁੰਦੇ ਸੀ ਉਹ ਵੀ ਲੰਬੀ ਦੇ ਵਿੱਚ ਖਰਚਾ ਸਭ ਨੂੰ ਪਤਾ ਓਪਨ ਹੈ ਕਿ ਇਸ ਕਿਵੇਂ ਹੁੰਦਾ ਸੀ ਤੇ ਇਹ ਪੈਸੇ ਦਾ ਮੁਕਾਬਲਾ ਪੈਸੇ ਨਾਲ ਜੀਤ ਮੰਦਰ ਕਹਿੰਦੇ ਵੀ ਕਰ ਸਕਦਾ ਸੀ ਜੀ ਤੇ ਚਲੋ ਉਹ ਹੁਣ ਗੱਲਾਂ ਤਾਂ ਹੌਲੀ-ਹੌਲੀ ਆਉਣ ਗਿਆ ਵੀ ਅਸਲੀ ਹੋਇਆ ਕੀ ਹੈ ਲੇਕਿਨ ਕਈ ਤਰ੍ਹਾਂ ਦੇ ਚਰਚਾਵਾਂ ਇਸ ਮਾਮਲੇ ਤੇ ਚੱਲ ਰਹੀਆਂ ਲੇਕਿਨ ਇੱਕ ਗੱਲ ਜ਼ਰੂਰ ਹੈਗੀ ਨਾਂ ਆਇਆ ਸੀ ਤੇ ਇਹਨਾਂ ਨੇ ਇੰਟਰਸਟ ਹੋ ਨਹੀਂ ਕੀਤਾ ਸਰ ਇਹਦੇ ਚੇ ਕਰਕੇ ਇਹਦੇ ਚੱਕੇ ਵੀ ਪਹਿਲਾਂ ਸੀਗਾ ਨਾ ਕਿ ਜਦੋਂ ਇਹਨਾਂ ਨੇ ਇੰਟਰਨਲ ਸਰਵੇ ਵੀ ਕਰਵਾਏ ਤੇ ਅਦਰਵਾਈਜ਼ ਵੀ ਜਦੋਂ ਰਿਪੋਰਟ ਲੈ ਰਹੇ ਸੀਗੇ ਤੇ ਇਹ ਮੰਨਿਆ ਜਾ ਰਿਹਾ ਸੀ ਜਿਹੜੀਆਂ ਅੰਦਰੋਂ ਖਬਰਾਂ ਆਉਂਦੀਆਂ ਸੂਤਰਾਂ ਤੋਂ ਕਿ ਅਮਰਤਾ ਬੜਿੰਗ ਦਾ ਨਾਂ ਇੱਕ ਨੰਬਰ ਤੇ ਆ ਰਿਹਾ ਸੀਗਾ ਲਗਾਤਾਰ ਹਰ ਪਾਸਿਓਂ ਜਿੰਨੇ ਵੀ ਇਹਨਾਂ ਦੇ ਇੰਟਰਨਲ ਜਾਂ ਬਾਕੀ ਸਰਵੇ ਪਰ ਇਹ ਇੱਥੇ ਆਣ ਕੇ ਪ੍ਰਭੱਟੇ ਸਭ ਦੇ ਚੱਕੇ ਗਏ ਕਿ ਇੱਕ ਵਿਅਕਤੀ ਜਿਹੜਾ ਸਭ ਤੋਂ ਨੰਬਰ ਇੱਕ ਧਾਰ ਕਿਉਂਕਿ ਖੈਰਾ ਦਾ ਵੀ ਇਸੇ ਤਰ੍ਹਾਂ ਦੀ ਸਥਿਤੀ ਬਣੀ ਕਿ ਸੰਗਰੂਰ ਤੋਂ ਬੜੀ ਤਗੜੀ ਫਾਈਟ ਦੇਣਗੇ ਜੀ ਉਸ ਭਗਵੰਤਮਾਨ ਦੇ ਖਿਲਾਫ ਫਾਈਟ ਦੇਣਗੇ ਇੱਥੇ ਹਰਸਿਮਰਤ ਕੌਰ ਨੂੰ ਮੁਕਾਬਲਾ ਦੇਣ ਦੀ ਸਥਿਤੀ ਦੇ ਵਿੱਚ ਅਮਰਤਾ ਵੜਿੰਗ ਇਹ ਰੌਲਾ ਪੈਂਦਾ ਰਿਹਾ। ਇਹ ਕਾਂਗਰਸ ਪਾਰਟੀ ਦਾ ਅੰਦਰੋਨੀ ਮਾਮਲਾ ਹੈ ਉਹ ਕੀ ਕਰਦੇ ਕੀ ਨਹੀਂ ਕਰਦੇ ਲੇਕਿਨ ਡਿਸਕਸ਼ਨ ਦੇ ਵਿੱਚ ਚਰਚਾ ਚ ਅਸੀਂ ਇਸ ਕਰਕੇ ਲਿਆ ਰਹੇ ਹਾਂ ਕਿ ਅੰਦਰ ਦੀਆਂ ਗੱਲਾਂ ਕੀ ਨੇ। ਸਾਡਾ ਇਹ ਪ੍ਰੋਗਰਾਮ ਹੀ ਇਸੇ ਨੇਚਰ ਦਾ ਹੈ ਕਿ ਪੋਲਿਟਿਕਸ ਵਿੱਚ ਕੀ ਹੋ ਰਿਹਾ। ਮੈਂ ਇਹਦੇ ਤੇ ਵੀ ਜਾਣਾ ਕਿ ਹਰਸਿਮਰਤ ਕੌਰ ਬਾਦਲ ਜਦੋਂ ਸਰਦਾਰ ਜਗਤਾਰ ਸਿੰਘ ਜੀ ਇਹ ਕਹਿ ਰਹੇ ਨੇ ਕਿ ਮੈਂ ਤਾਂ ਜੇ ਇਲੈਕਸ਼ਨ ਲੜੂੰਗੀ ਤਾਂ ਬਠਿੰਡੇ ਤੋਂ ਹੀ ਲੜੂੰਗੀ ਕਿ ਦੂਜਾ ਥੋਟ ਵੀ ਹੈ ਕਿ ਬਾਦਲ ਪਰਿਵਾਰ ਨਾਲ ਇਲੈਕਸ਼ਨ ਲੜੇ ਔਰ ਨਾਲ ਦੀ ਨਾਲ ਕੀ ਜੇਕਰ ਉਹ ਇੱਥੋਂ ਸ਼ਿਫਟ ਹੁੰਦੇ ਨੇ ਔਰ ਉਹ ਸ਼ਿਫਟ ਫਿਰੋਜ਼ਪੁਰ ਹੁੰਦੇ ਨੇ ਤਾਂ ਫਿਰੋਜ਼ਪੁਰ ਦੇ ਵਿੱਚ ਜੇ ਰਮਿੰਦਰ ਆਮਲਾ ਭਾਰਤੀ ਜਨਤਾ ਪਾਰਟੀ ਵੱਲੋਂ ਆ ਜਾਂਦੇ ਜੇ ਮੈਂ ਸ਼ਬਦ ਵਰਤ ਰਿਹਾ ਕਿਉਂਕਿ ਬਹੁਤ ਸਾਰੀਆਂ ਅੰਦਰ ਕੰਸੋਆ ਨੇ ਔਰ ਜੇਕਰ ਖਡੂਰ ਸਾਹਿਬ ਦੀ ਗੱਲ ਆ ਤੇ ਉੱਥੇ ਰਾਣਾ ਗੁਰਜੀਤ ਆ ਜਾਂਦੇ ਨੇ ਮੰਨ ਲਓ ਜੇ ਆ ਜਾਂਦੇ ਨੇ ਸਥਿਤੀਆਂ ਕਾਫੀ ਨਾਜ਼ੁਕ ਆ ਮੈਂ ਹਰਸਿਮਰ ਤੇ ਬਿਆਨ ਨੂੰ ਵੀ ਨਾਲ ਹੀ ਇਹ ਕਿਉਂਕਿ ਬਠਿੰਡੇ ਦਾ ਜ਼ਿਕਰ ਕਰ ਰਹੇ ਹਾਂ ਮੈਂ ਪਹਿਲਾਂ ਗੱਲ ਕਰਦਿਆਂ ਆ ਇਹਨਾਂ ਦੇ ਕਾਂਗਰਸ ਦੀ ਜੀ ਕੱਲ ਜਦੋਂ ਡਿਸਕਸ਼ਨ ਹੋਈ ਹੈ ਤੇ ਅਮਰਤਾ ਵੜਿੰਗ ਦਾ ਨਾਮ ਨੰਬਰ 1 ਤੇ ਸੀਗਾ ਜਿਹੜੇ ਤੁਸੀਂ ਸਰਵੇ ਦੀ ਗੱਲ ਕੀਤੀ ਹੈ ਉਹਦੇ ਹਿਸਾਬ ਤੇ ਹੀ ਡਿਸਕਸ਼ਨ ਹੋਈ ਸੀਗੀ ਉਹ ਕੋਈ ਇਸ਼ੂ ਨਹੀਂ ਹੈ ਵੀ ਉਹਨਾਂ ਦਾ ਨਾਮ ਇੱਕ ਨੰਬਰ ਤੇ ਨਹੀਂ ਸੀ ਨਾ ਇੱਕ ਨੰਬਰ ਤੇ ਹੀ ਡਿਸਕਸ ਹੋਇਆ ਉਹਨਾਂ ਦਾ ਜੀ ਤੇ ਮੈਂ ਵਾਰ-ਵਾਰ ਗਲਤ ਕਹੀ ਹੈ ਕਿ ਅਵਿੰਦਰ ਹੋਰਾਂ ਨੇ ਸ਼ੋਰ ਨੇ ਆਪਣਾ ਇੰਟਰਸਟ ਨਹੀਂ ਲਿਆ ਉਹਨੇ ਕਿਹਾ ਵੀ ਤੁਸੀਂ ਹੋਪ ਹੋਰ ਫੈਸਲਾ ਕਰ ਲਓ ਉੱਥੇ ਪੁਛਤਰ ਮਾਰ ਕੇ ਵੀ ਇਹ ਪਿੱਛੇ ਕਿਉਂ हट ਗਿਆ ਇਹ ਫਾਇਦਾ ਪਚਾਉਣ ਵਾਲੀ ਬਹੁਤੀ ਗੱਲ ਨਹੀਂ ਹੈ ਇਹਦੇ ਵਿੱਚ ਤਾਂ ਫਾਇਦਾ ਨਹੀਂ ਪਿਆ ਜਾਂਦਾ ਜਿੱਥੇ ਟਫ ਕੰਟੈਸਟ ਹੋਵੇ ਮਲਟੀ ਕਾਰਡਨਰ ਹੋਵੇ ਉੱਥੇ ਛੇੜੀ ਕੀਤੀਆਂ ਇਹ ਕਿਹੜੀ ਜਾ ਸਕਦਾ ਵੀ ਕਿਰੋਂ ਫਾਇਦਾ ਹੋਏਗਾ ਇੱਕ ਸਵਾਲ ਹੈ ਨਾਲ ਤੁਹਾਨੂੰ ਇਹੋ ਹੀ ਕਿ ਫਿਰ ਕੀ ਰਾਜਾ ਬੜਿੰਗ ਦੇ ਅੰਦਰ ਇਹ ਕਿਦਰੇ ਖੋਫ ਆ ਗਿਆ ਕਿ ਜੇ ਮੇਰੀ ਘਰ ਵਾਲੀ ਹਾਰ ਜਾਂਦੀ ਆ ਤਾਂ ਮੈਂ ਪ੍ਰਧਾਨ ਐ ਤਾਂ ਮੇਰੀ ਸਥਿਤੀ ਕੀ ਰਹੂਗੀ ਕਿਤੇ ਇਹ ਹਲਕਾ ਜਿਹਾ ਡਰ ਤਾਂ ਫਿਰ ਇੰਜ ਹੀ ਹੁੰਦਾ ਜੀ ਇਹ ਵੀ ਹੋ ਸਕਦਾ ਜਿਹੜੇ ਲੋਕ ਉੱਪਰ ਲੀਆਂ ਪਦਮੀਆਂ ਤੇ ਪਹੁੰਚਦੇ ਹਨ ਉਹਨਾਂ ਦਾ ਡਰ ਵੀ ਵੱਡੇ ਵੱਡੇ ਹੋ ਹੀ ਜਾਂਦੇ ਹੁੰਦੇ ਆ ਨਾਲ ਦੇ ਨਾਲ ਉਹ ਰਿਸਕ ਉਹਨਾਂ ਦੀ ਰਿਸਕ ਲੈਣ ਦੀ ਕਪੈਸਿਟੀ ਵੀ ਬਾਰੇ ਘਟਦੀ ਜਾਂਦੀ ਕੁਝ ਲੋਕਾਂ ਦੀ ਉਹ ਬਹੁਤ ਘੱਟ ਲੋਕ ਹੁੰਦੇ ਜਿਹੜੇ ਉੱਪਰ ਜਾਂਦੇ ਜਾਂਦੇ ਰਿਸਕ ਵੀ ਲੈ ਲੈਂਦੇ ਆ ਔਰ ਉੱਪਰ ਜਾਣ ਵਾਸਤੇ ਰਿਸਕ ਲੈਣਾ ਚਾਹੀਦਾ ਇਹ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਇਹ ਇਹ ਫੈਕਟਰ ਹੋ ਸਕਦਾ ਮੈਂ ਇਹਨੂੰ ਰੂਲ ਆਊਟ ਨਹੀਂ ਕਰਦਾ ਤੇ ਮੈਂ ਕੁਝ ਹੋਰ ਵੀ ਰੂਲ ਆਊਟ ਨਹੀਂ ਕਰਦਾ ਵੀ ਕੋਈ ਹੋਰ ਵੀ ਫੈਕਟਰ ਹੋ ਸਕਦਾ ਹੈ ਮੈਂ ਇਸ ਤੋਂ ਬਾਅਦ ਇਹ ਫੈਕਟਰ ਬਾਰੇ ਕੁਝ ਨਹੀਂ ਕਹਿਣਾ ਮੈਂ ਲੇਕਿਨ ਇਹ ਗੱਲ ਇਹ ਗੱਲ ਬਿਲਕੁਲ ਪੱਕੀ ਹੈ ਕਿ ਉਹ ਉਹਨਾਂ ਦੇ ਵਾਈਫ ਨੰਬਰ ਕੈਂਡੀਡੇਟ ਸੀਗੀ ਤੇ ਉਹ ਲਗਾਤਾਰ ਕੰਪੇਨ ਕਰ ਰਹੇ ਸੀਗੇ ਨਹੀਂ ਸਰ ਹਮੇ ਇਰਸਿੰਘ ਦੀ ਦੱਸ ਰਹੇ ਸੀਗੇ ਕਿ ਇੱਕ ਸੂਚੀ ਇੱਕ ਦੋ ਦਿਨ ਚ ਹੋਰ ਆਉਣ ਵਾਲੀ ਹੈ ਕਿਤੇ ਰਾਜਾ ਬੜਿੰਗ ਫਿਰੋਜ਼ਪੁਰ ਵਾਲੇ ਪਾਸੇ ਉਹ ਤਾਂ ਨਹੀਂ ਨਾਂ ਚ ਆ ਜਾਣਗੇ ਵੀ ਪ੍ਰਧਾਨ ਲੜ ਰਹੇ ਜੀ ਸਾਹਮਣੇ ਉਹ ਨਹੀਂ ਮੇਰੇ ਖਿਆਲ ਉੱਥੋਂ ਨਹੀਂ ਉੱਥੇ ਤਾਂ ਨਾਂ ਕੁਝ ਹੋਰ ਆ ਰਿਹਾ ਇਹ ਤੇ ਇਹ ਲੜਨ ਗਈ ਨਹੀਂ ਮੈਂ ਮੈਂ ਕਲੀਅਰ ਕਰ ਦਿਆ ਕੈਟੇਗੋਰਿਕਲੀ ਉਹ ਲੜਨਾ ਨਹੀਂ ਚਾਹੁੰਦੇ ਦੀ ਮੈਂ ਗੱਲ ਮੁਕਾਰਿਆ ਬਿਲਕੁਲ ਹੀ ਜੜ ਕੇ ਮੈਂ ਜਿੰਨੇ ਜਾਣਕਾਰੀ ਮੈਨੂੰ ਕੱਲ ਰਾਤ ਮਿਲੀ ਹੈ ਇਹਨਾਂ ਦੇ ਬਾਰੇ ਵੀ ਉੱਥੇ ਕੀ ਹੋਇਆ ਮੈਂ ਉਹੀ ਬੇਸੇ ਤੇ ਗੱਲ ਕਰ ਰਿਹਾ ਜੇ ਲੜਦਾ ਹੁੰਦਾ ਤਾਂ ਉਹਨਾਂ ਨੂੰ ਬਟੰਡਾ ਸੀਟ ਬਹੁਤ ਸੂਟ ਕਰਦੀ ਸੀ ਜੀ ਇਸ ਸਿਚੁਏਸ਼ਨ ਦੇ ਵਿੱਚ ਜਦੋਂ ਬੀਬੀ ਹਰਸ਼ਵਰਧ ਕੋਰ ਬਾਦਲ ਦੇ ਮੁਕਾਬਲੇ ਦੇ ਵਿੱਚ ਬੀਬੀ ਪਰਮਪਾਲ ਕੋਰ ਬੀਜੇਪੀ ਵੱਲੋਂ ਪੋਸੀਬਲੀ ਕੈਂਡੀਡੇਟ ਬਣ ਰਹੇ ਜਿਹੜੇ ਉਹਨਾਂ ਦੇ ਟੱਬਰ ਦੇ ਵਿੱਚੋਂ ਹੀ ਬੇਸਿਕਲੀ ਤਾਂ ਜੀ ਜੀ ਖਤਰਾ ਤਾਂ ਹਲੇ ਸੋ ਜੀ ਜੀ ਸੀੜ ਤਾਂ ਇਹ ਸਭ ਤੋਂ ਜ਼ਿਆਦਾ ਸੂਟ ਕਰਦੇ ਸੀ ਮਠੰਡਾ ਇਸ ਸਿਚੁਏਸ਼ਨ ਦੇ ਵਿੱਚ ਲੇਕਿਨ ਉਹਨਾਂ ਨੇ ਲੜਨੋਣਾ ਕਰਤੀ ਇੰਟਰਸਟ ਨਹੀਂ ਸ਼ੋ ਕੀਤਾ ਸੋ ਤਾਂ ਮੈਂ ਕਰੇ ਹੁਣ ਮੈਂ ਉਹਨਾਂ ਬੀਬੀ ਹਰ ਸਵਰਥ ਉਹਰਾ ਤੇ ਮੈਂ ਸੁਣੇ ਸਟੇਟਮੈਂਟ ਉਹਨਾਂ ਦੀ ਜੀ 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 ਪਿਛਲੇ 6 ਮਹੀਨੇ ਤੋਂ ਗੱਲ ਚੱਲੀ ਸੀ ਕਿ ਬਈ ਪਹਿਲਾਂ ਚੱਲੇ ਵੀ ਖਡੂਰ ਸਾਹਿਬ ਲੜਨ ਗਏ ਰਾਦਰ ਜਰੂ ਬੀਬੀ ਜਗੀਰ ਕੌਰ ਨੂੰ ਅਪਰੋਚ ਕਰਨਾ ਸ਼ੁਰੂ ਕੀਤਾ ਸੀ ਇਹਨਾਂ ਨੇ ਉਹਦੇ ਬੈਕਗ੍ਰਾਉਂਡ ਦੇ ਵਿੱਚ ਵੀ ਇੱਕ ਥਿੰਕਿੰਗ ਉਹਦਾ ਇਹ ਚੱਲ ਰਹੀ ਸੀ ਵੀ ਜੇ ਹੋਇਆ ਜੇ ਲੋੜ ਪਈ ਤਾਂ ਇਹ ਆਲਟਰਨੇਟਿਵ ਸੇਟ ਕਨਸਿਡਰ ਕੀਤੀ ਜਾਏਗੀ ਜੀ ਤੇ ਤੀਜੇ ਨੰਬਰ ਤੇ ਪ੍ਰੋਜੈਕਟ ਪਰ ਲੇਕਿਨ ਅਜੋਨੇ ਖੁਦ ਹੀ ਕਲੀਅਰ ਕਰਤੀ ਕਿ ਜੇ ਮੈਂ ਲੜੀ ਤੇ ਮੈਲਣੋਂਗੇ ਮਢੰਡੇ ਤੋਂ ਹੀ ਜੀ ਜੇ ਇਹਨੂੰ ਮੈਂ ਕੋਈ ਬਹੁਤੀ ਅਹਿਮੀਅਤ ਨਹੀਂ ਦਿੰਦਾ ਕਿਉਂਕਿ ਲੜਨਾ ਤਾਂ ਹੈ ਹੀ ਉਹਨਾਂ ਨੇ ਜੀ ਉਹਦਾ ਕਾਰਨ ਹੈ ਉਹ ਫੈਮਿਲੀ ਸੀਟ ਹੈ ਔਰ ਜਦੋਂ ਫੈਮਿਲੀ ਸੀਟ ਛੱਡੀ ਜਾਂਦੀ ਹੈ ਨਾ ਤੇ ਉਹ ਵਰਚੁਅਲੀ ਅੱਧੀ ਹਾਰ ਹੁੰਦੀ ਹੈ ਲੀਡਰ ਦੀ ਔਰ ਸੁਖਵੀਰ ਜੀ ਕਾਲੇਗਲ ਦੇ ਪ੍ਰਧਾਨ ਆ ਕਾਲੇਦਲ ਨੂੰ ਲੀਡ ਕਰਦੇ ਤੇ ਆਲ ਰੈਡੀ ਜਿਹੜਾ ਸਿੱਖ ਸੈਕਸ਼ਨ ਹੈ ਜਿਹੜਾ ਉਹਦੇ ਵਿੱਚ ਜੋ ਮਰਜ਼ੀ ਕਹਿ ਲੋ ਇਹਨਾਂ ਦੇ ਨਾਲ ਸੁਰ ਨਹੀਂ ਮਿਲਦੀ ਉਹਨਾਂ ਦੀ ਇੱਕ ਸੈਕਸ਼ਨ ਦੀ ਵੱਡੀ ਸੀਨੀਅਰ ਲੀਡਰਸ਼ਿਪ ਦੀ ਉਹ ਉਹ ਮદાન ਛੱਡ ਕੇ ਨਹੀਂ ਭੱਜਿਆ ਜਾ ਸਕਦਾ ਹਣਵੀ ਅੱਜ ਵੀ ਗੱਲ ਚੱਲ ਰਹੀ ਸੀ ਵੀ ਹੋ ਸਕਦਾ ਹੈ ਕਿ ਉਹ ਫਰੋਨ ਪਰ ਸ਼ਿਫਟ ਕਰਨ ਅਰ ਬੀਬੀ ਨੇ ਖੁਦ ਹੀ ਕਲੀਅਰ ਕਰਤੀ ਵੀ ਮੈਂ ਜੇ ਲੜੂਗੀ ਤਾਂ ਇਥੋਂ ਹੀ ਲੜੂਗੀ ਉਹਨਾਂ ਦੀ ਕਰਮ ਭੂਮੀ ਹੈ ਟਬਰ ਦੀ ਹੂੰ ਜਿਵੇਂ ਕਿਸੇ ਵੇਲੇ ਫਰੀਦਪੁਰ ਸੀ ਉਸ ਤਰ੍ਹਾਂ ਹੁਣ ਮਟੰਡੇ ਮਟੰਡੇ ਕਰ ਸੀਟ ਦੇ ਕਰਕੇ ਤਾਂ ਪਿੱਛੇ ਸਿਆਸਤ ਪੰਜਾਬ ਦੇ ਕੰਨਾ ਕੋਸ਼ ਭੁਗਤਿਆ ਗਿਆ ਹੈ ਇਹਨਾਂ ਨੂੰ ਇਲੈਕਸ਼ਨ ਲੜਾਉਣ ਵਾਸਤੇ ਸੋ ਉਹ ਤਾਂ ਦਾ ਦਾ ਤੇ ਸਾਰਾ ਕੁਝ ਹੀ ਹੈ ਇੱਥੇ ਹਾਰ ਜਿੱਤ ਦੀ ਗੱਲ ਨਹੀਂ ਹੁਣ ਉਹ ਆਪਣੀ ਜਿਹੜੀ ਸਰਦਾਰੀ ਹੈ ਉਹ ਕਾਇਰ ਰੱਖਣ ਦੀ ਗੱਲ ਹੈਗੀ ਹੈ ਹਾਰ ਜਿੱਤਾਂ ਬਾਅਦ ਦੇ ਵਿੱਚ ਹੋਏਗੀ ਹਾਂਜੀ ਲੇਕਿਨ ਇੱਕ ਗੱਲ ਕਲੀਅਰ ਹੈਗੀ ਉਹ ਕਦੇ ਮੈਂ ਇਥੋਂ ਛੱਡ ਕੇ ਨਹੀਂ ਜਾਣਾ ਮੈਂ ਛੱਡ ਸਕ ਹਾਂ ਛੱਡ ਸਕਦੇ ਮੈਂ ਜੀ ਮੈਂ ਉਹਨਾਂ ਫਿਰ ਤੁਹਾਡੇ ਵੱਲ ਸਾਹਿਬ ਹਮੇਸ਼ ਸਿੰਘ ਜੀ ਬੀਬੀ ਹਰਸਿਮਰਤ ਕੌਰ ਬਾਦਲ ਜਦੋਂ ਉਹਨਾਂ ਨੂੰ ਫਿਰ ਕਲੈਰਿਟੀ ਦੇਣੀ ਪੈਗੀ ਅਕਾਲੀ ਦਲ ਹਮੇਸ਼ਾ ਪਹਿਲ ਕਰਦਾ ਰਿਹਾ ਹਮੇਸ਼ਾ ਪੈਲ ਕਰਦਾ ਰਿਹਾ ਸਭ ਤੋਂ ਪਹਿਲਾਂ ਸਾਰੀਆਂ ਟਿਕਟਾਂ ਾਲਾਂ ਦੇ ਰਹੇ ਕਿਉਂਕਿ ਉਹਨਾਂ ਨੂੰ ਕੋਈ ਬਹੁਤ ਜ਼ਿਆਦਾ ਪ੍ਰਵਾਨਗੀਆਂ ਨਹੀਂ ਲੈਣੀਆਂ ਪੈਂਦੀਆਂ ਸਾਰੇ ਸਾਰੇ ਅਖਤਿਆਰات ਪ੍ਰਧਾਨ ਸਾਹਿਬ ਨੂੰ ਸਮੇਸਰੀ ਮਿਲ ਜਾਂਦੇ ਆ ਔਰ ਹੁਣ ਵੀ ਜਦੋਂ ਉਹਨਾਂ ਨੇ ਪਹਿਲੀ ਲਿਸਟ ਵਿੱਚ ਹਰਸਿਮਰਤ ਕੌਰ ਬਾਦਲ ਦਾ ਨਾਮ ਨਹੀਂ ਦਿੱਤਾ ਇਹਦੇ ਨਾਲ ਇੱਕ ਮੈਸੇਜ ਕਾਫੀ ਡੈਮੇਜਿੰਗ ਗਿਆ ਆਲੇ ਦੁਆਲੇ 'ਚ ਇਹ ਖਾਸ ਤੌਰ ਤੇ ਅਕਾਲੀ ਲੀਡਰਾਂ ਦੇ ਵਿੱਚ ਹੀ ਗੱਲ ਕੇ ਆਖਿਰ ਕਿਉਂ ਜੀ ਕੀ ਹੋਰ ਕੋਈ ਫੈਸਲਾ ਲੈਣਾ ਕਿ ਦੁੱਬਦਾ ਕੀ ਆ ਅੱਜ ਜਦੋਂ ਇਹ ਕਲੈਰਿਟੀ ਹਰਸਮਰਤ ਕੌਰ ਬਾਦਲ ਨੇ ਕਰਤੀ ਹੈ ਇੱਕ ਤਾਂ ਇਹ ਪਹਿਲੂ ਕਿਉਂਕਿ ਸੰਦਰਭ ਬੜੇ ਸੇਮ ਨੇ ਬਹੁਤ ਟੁੱਟ ਭੱਜ ਹੋ ਰਹੀ ਆ ਫਿਰੋਜ਼ਪੁਰ ਲਗਭਗ ਸਭ ਲਈ ਖਾਲੀ ਪਿਆ ਫਿਰੋਜ਼ਪੁਰ ਦੇ ਵਿੱਚ ਮੈਂ ਜਦੋਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਤੇ ਰਾਜਾ ਵੜਿੰਗ ਦੀ ਇੱਛਾ ਇਹ ਤਾਂ ਨਹੀਂ ਕਿ ਮੈਂ ਜ ਲੜਨਾ ਤਾਂ ਆਪਾਂ ਉਧਰੋਂ ਲੜ ਲੈਨੇ ਜੀ ਇੱਥੇ ਵਿਰੋਧ ਜਾਂ ਜੋ ਜ ਤੀਜੀ ਗੱਲ ਕਿ ਜਦੋਂ ਜਦੋਂ ਢਿੰਡਸਾ ਪਰਿਵਾਰ ਨੂੰ ਟਿਕਟ ਨਹੀਂ ਮਿਲੀ ਤਾਂ ਦੂਜੀ ਕਤਾਰ ਦੇ ਆਗੂਆਂ ਦੇ ਵਿੱਚ ਇੱਕ ਕਾਨਾਫੋਸੀ ਇੱਕ ਗੱਲਬਾਤ ਇੱਕ ਰابطਾ ਫਿਰ ਬੜਨਾ ਸ਼ੁਰੂ ਹੋਇਆ ਕਿੰਨੇ ਸਾਰੇ ਅਕਾਲੀ ਆਗੂ ਇੱਕ ਦੂਜੇ ਨਾਲ ਇਸ ਗੱਲ ਤੇ ਅਫਸੋਸ ਕਰਦੇ ਰਹੇ ਕਿ ਫੈਸਲਾ ਗਲਤ ਹੋਇਆ ਕਿਉਂ ਇੰਜ ਹੋਇਆ ਜਿਹੜੇ ਲੋਕ ਕਦੇ ਵੀ ਅਕਾਲੀ ਦਲ ਦੀ ਸਿਖਰਲੀ ਲੀਡਰਸ਼ਿਪ ਨਾਲ ਥੋੜੇ ਬਹੁਤੇ ਨਾਰਾਜ਼ ਹੋ ਕੇ ਪਛਾਹ ਹਟੇ ਫਿਰ ਉਹ ਵੀ ਡਰਨ ਲੱਗ ਗਏ ਕਿ ਕੀ ਕਿਤੇ ਇਸ ਤਰ੍ਹਾਂ ਦੀ ਭਾਵਨਾਤ ਨਹੀਂ ਮੰਨ ਚ ਆ ਜਾਂਦੀ ਕਿ ਸਫਕ ਸਖਾ ਦਿਓ ਸੋ ਇਹ ਜਿਹੜੀ ਅਕਾਲੀ ਪੂਰਾ ਇੱਕ ਰਜੀਮ ਜਿਹੜੀ ਇੱਕ ਮੁੜ ਕੇ ਵਾਪਸੀ ਦੇ ਰਾਹ ਤੇ ਤੁਰੇ ਹੋਏ ਸੀ ਸਾਰਿਆਂ ਦੇ ਵਾਪਸ ਆਉਣ ਦੀਆਂ ਗੱਲਾਂ ਹੋ ਰਹੀਆਂ ਸੀ ਉਹ ਇੱਕਦਮ ਮਨੋਬਲ ਦੇ ਉੱਤੇ ਅਸਰ ਪਿਆ ਬਹੁਤ ਬਹੁਤ ਪੱਧਰਾਂ ਤੇ ਗੱਲ ਹੋਣ ਤੋਂ ਬਾਅਦ ਮੈਂ ਇਹ ਗੱਲ ਕਹਿ ਰਿਹਾ ਔਰ ਕਈ ਬੰਦੇ ਜਿਨ੍ਹਾਂ ਨੂੰ ਰਾਤਾ ਕੀਤਾ ਜਾ ਰਿਹਾ ਵੱਖ-ਵੱਖ ਪਾਰਟੀਆਂ ਵੱਲੋਂ ਸ਼ੱਕ ਦੇ ਦਾਇਰਾਂ ਚ ਆਏ ਹੋਏ ਕੀ ਕਹਿੰਦੇ ਆ ਬਿਲਕੁਲ ਜਿਹੜਾ ਤਾਂ ਮਤਲਬ ਬਠਿੰਡਾ ਸੀਟ ਹੈ ਪਹਿਲਾਂ ਤੋਂ ਲੱਗਦਾ ਜਿਹੀ ਹੈ ਕਿ ਜਿਹੜਾ ਇੱਕ ਹਿਸਟਰੀ ਹੈ ਮਤਲਬ ਬਾਦਲ ਪਰਿਵਾਰ ਜਿੱਥੋਂ-ਜਿੱਥੋਂ ਲੜਦਾ ਰਿਹਾ ਚਾਹੇ ਉਹ ਲੰਬੀ ਸੀ ਚਾਹੇ ਵੀ ਸੁਖਬੀਰ ਜਨਾਲਾਬਾਦ ਵੀ ਜੀ ਅਸੈਂਬਲੀ ਲੜਦੀ ਸੀ ਪਹਿਲਾਂ ਵੀ ਇਹ ਕਹਿੰਦੇ ਸੀ ਸ਼ਾਇਦ ਜਨਾਲਾਬਾਦ ਉਹ ਬਦਲ ਦੇ ਜਾਂ ਬਠਿੰਡਾ ਤੋਂ ਜਦੋਂ ਤੋਂ ਜਨਰਲ ਸੀਟ ਹੋਈ ਹੈ ਬਠਿੰਡਾ ਦੀ ਉਦੋਂ ਤੋਂ ਇਹਨਾਂ ਨੇ ਇਹ ਸੀਟ ਨੂੰ ਲੜਨਾ ਸ਼ੁਰੂ ਕੀਤਾ ਔਰ ਉਹਦੇ ਤੋਂ ਮਤਲਬ ਜੇ ਬੈਕ ਟਰੈਕ ਕਰਦੇ ਹੋ ਤੁਸੀਂ ਪਿੱਛੇ ਜਾਂਦੇ ਹੋ ਫਿਰ ਤਾਂ ਆਟੋਮੈਟਿਕਲੀ ਫਿਰ ਕਿਤੇ ਹੋਰ ਸੀਟ ਤੋਂ ਤੁਸੀਂ ਜਿੱਤ ਵੀ ਜਾਓ ਪਰ ਮੋਰਲੀ ਜਿਹੜੀ ਅਥਾਰਟੀ ਦੇ ਤੌਰ ਤੇ ਤੁਸੀਂ ਹਾਰ ਜਾਂਦੇ ਹੋ ਮਤਲਬ ਪੋਲੀਟੀਕਲ ਲੀਡਰਸ਼ਿਪ ਦੇ ਤੌਰ ਤੇ ਇੱਕ ਅੱਗੇ ਵੱਧ ਕੇ ਚੈਲੰਜ ਕਬੂਲ ਕਰਨ ਦੇ ਮਾਮਲੇ ਦੇ ਵਿੱਚ ਤੁਸੀਂ ਨਹੀਂ ਬਣੇ ਜਾਂਦੇ ਲੀਡਰ ਇਸ ਕਰਕੇ ਮੈਨੂੰ ਨਹੀਂ ਲੱਗਦਾ ਕੱਲਾ ਹਰਸਿਮਰਤ ਕੌਰ ਬਾਦਲ ਦਾ ਕੁਐਸਚਨ ਨਹੀਂ ਬਾਦਲ ਪਰਿਵਾਰ ਦਾ ਇੱਕ ਇਹ ਲੜਾਈ ਜਿਹੜੀ ਰੈਫਰੈਂਸ ਦੀ ਜਿਹੜੀ ਵੋਟਾਂ ਵਾਲੀ ਲੜਾਈ ਹੈ ਇਹਦੇ ਚ ਪਿੱਛੇ ਹਟਣ ਦਾ ਰਿਕਾਰਡ ਨਹੀਂ ਹੈ ਮਤਲਬ ਲੰਮੀ ਪੋਲੀਟਿਕਸ ਦੇ ਵਿੱਚ ਜੇਕਰ ਗੱਲ ਕਰਦੇ ਹੋ ਤੇ ਟਾਈਕਰ ਨਵੀਂ ਟ੍ਰੈਡੀਸ਼ਨ ਹੋਏਗੀ ਜੇਕਰ ਇਹ ਪੈਂਦੀ ਨਜ਼ਰ ਆਉਂਦੀ ਕੋਈ ਪੈਂਦੇ ਹੁਣ ਹੋ ਸਕਦਾ ਨਵੇਂ ਪ੍ਰਧਾਨ ਜੀ ਕੀ ਕਰਦੇ ਨੇ ਕੀ ਨਹੀਂ ਉਹ ਅਲੱਗ ਗੱਲ ਹੈ ਪਰ ਹਰ ਸਿਮਰਤ ਕੌਰ ਬਾਦਲ ਨਹੀਂ ਆਪ ਹੀ ਲੜਨੀ ਹੋ ਤਾਂ ਗੱਲ ਕਲੀਅਰ ਹੈ ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਵੱਖ-ਵੱਖ ਮਾਮਲਿਆਂ ਦੇ ਵਿੱਚ ਅਕਾਲੀ ਦਲ ਦੇ ਫੈਸਲੇ ਨੇ ਪ੍ਰਧਾਨ ਜੀ ਦੇ ਔਰ ਉਹ ਪਾਰਟੀ ਨੂੰ ਰਿਵਾਈਵ ਕਰਨਾ ਚਾਹੁੰਦੇ ਨੇ ਜੀ ਰਿਵਾਈਵਲ ਦੇ ਲਈ ਕਈ ਗੱਲਾਂ ਕਰ ਰਹੇ ਨੇ ਯਾਤਰਾ ਕੱਢੀ ਹੈ ਪੰਜਾਬ ਦੇ ਵਿੱਚ ਵਰਕਰ ਨੂੰ ਐਕਟੀਵੇਟ ਕਰਨ ਦੀ ਕੋਸ਼ਿਸ਼ ਕੀਤੀ ਹੈ ਫਿਰ ਦਰਬਾਰ ਸਾਹਿਬ ਦੇ ਵਿੱਚ ਉਥੇ ਜਿਹੜਾ ਨੇੜੇ ਇੱਕ ਅਖੰਡ ਪਾਠ ਕਰਵਾ ਕੇ ਉਹਦੇ ਭੋਗ ਤੇ ਇੱਕ ਵਿਦਿਵਤ ਨਾਮ ਵੀ ਸਹੀ ਇੱਕ ਮਾਫੀ ਮੰਗਣ ਦੀ ਵੀ ਟਰਾਈ ਕੀਤੀ ਵੀ ਗਲਤੀਆਂ ਹੋ ਜਾਂਦੇ ਨੇ ਤੇ ਹੁਣ ਮaaf ਕਰ ਦਿਓ ਪਰ ਉਸ ਤੋਂ ਬਾਅਦ ਫਿਰ ਬਾਰ-ਬਾਰ ਕੁਝ ਮੁੱਦੇ ਆ ਜਾਂਦੇ ਨੇ ਤੇ ਜਿਹੜੇ ਉੱਥੇ ਹੀ ਛੱਡ ਦਿੱਤੇ ਜਾਂਦੇ ਨੇ ਫਿਰ ਹਾਲਾਂਕਿ ਮਤਾ ਵੀ ਪਾ ਦਿੱਤੀ ਆਂਦੀ ਆ ਕੋਰ ਕਮੇਟੀ ਵੱਲੋਂ ਪੰਥਕ ਮੁੱਦਿਆਂ ਦਾ ਫਿਰ ਕਿਸਾਨੀ ਦੇ ਨਾਲ ਵੀ ਖੜੇ ਦਿਖਾਉਣ ਦਾ ਖੜੇ ਹੋਣ ਦੀ ਇੱਕ ਗੱਲ ਹੁੰਦੀ ਹੈ ਵੀ ਆਪਾਂ ਇਹ ਸਾਰਾ ਜਿਹੜਾ ਤਾੜਾ ਬਾੜਾ ਜਾਂ ਬਿਆਰਬਾਜੀ ਕਿਉਂ ਹੋ ਰਹੀ ਹੈ ਇਸੇ ਕਰਕੇ ਹੋ ਰਹੀ ਹੈ ਕਿ ਅਕਾਲੀ ਦਲ ਇਹ ਚਾਹੁੰਦਾ ਹੈ ਉਹ ਬਾਈਨਰੀ ਬਣਾਉਣ ਦੀ ਟਰਾਈ ਕਰ ਰਿਹਾ ਜਿੰਨੀ ਯਾਤਰਾ ਚੱਲੀ ਜਿੰਨੇ ਬਿਆਨ ਆਉਂਦੇ ਨੇ ਤੇ ਇੱਕ ਪਾਸੇ ਤੁਹਾਡੀ ਆਪਣੀ ਪਾਰਟੀ ਹੈ ਤੁਹਾਡੇ ਖੇਤਰ ਦੀ ਪਾਰਟੀ ਹੈ ਤੁਹਾਡੀ ਮਾਂ ਪਾਰਟੀ ਹੈ ਦੂਜੇ ਪਾਸੇ ਦਿੱਲੀ ਦੀਆਂ ਪਾਰਟੀਆਂ ਨੇ ਨੈਸ਼ਨਲ ਉਹ ਤੁਹਾਡਾ ਭਲੇ ਕਦੇ ਨਹੀਂ ਕਰ ਸਕਣਗੀਆਂ ਪਰ ਇਹ ਭਲੇ ਲੋਕਾਂ ਨੂੰ ਨਜ਼ਰ ਵੀ ਆਉਣੇ ਚਾਹੀਦੇ ਨੇ ਬਿਲਕੁਲ ਨਹੀਂ ਕਰ ਸਕਣਗੀਆਂ ਜਾਂ ਤੁਸੀਂ ਜ਼ਿਆਦਾ ਕਰ ਸਕਦੇ ਹੋ ਇੱਕ ਤਾਂ ਅਪਰੋਚ ਦੇ ਲੈਵਲ ਦੇ ਉੱਤੇ ਵੀ ਹਜੇ ਉਹ ਭਲੇ ਨਜ਼ਰ ਨਹੀਂ ਆਉਂਦੇ ਦੂਜਾ ਲੋਕਾਂ ਦਾ ਨਜ਼ਰੀਆ ਕੀ ਸੀ ਪਾਰਟੀ ਦੇ ਅੰਦਰ ਵੀ ਨਜ਼ਰੀਆ ਕੀ ਸੀ ਪਾਰਟੀ ਦੇ ਅੰਦਰ ਨਜ਼ਰੀਆ ਇਹ ਸੀ ਕਿ ਇੱਕ ਪਰਿਵਾਰ ਦਾ ਤਾਕਤਵਰ ਪਰਿਵਾਰ ਦਾ ਜਿਹੜਾ ਕਬਜ਼ਾ ਹੋਇਆ ਹੋਇਆ ਪਾਰਟੀ ਤੇ ਉਹ ਬ੍ਰੇਕ ਹੋਣਾ ਚਾਹੀਦਾ ਜਾਂ ਉਹ ਨਰਮ ਪੈਣਾ ਚਾਹੀਦਾ ਘਟੋ-ਘਟ ਉਹ 10 ਕਮੇਟੀ ਦੀ ਰਿਪੋਰਟ ਕੀ ਕਹਿ ਰਹੀ ਹੈ ਉਹ ਉਹਨਾਂ ਦੇ ਵਰਕਰਾਂ ਦੀ ਰਿਪੋਰਟ ਹੈ ਵਰਕਰਾਂ ਦੇ ਵਿਚਾਰਾਂ ਤੇ ਆਧਾਰਿਤ ਹੈ ਉਹ ਇਹੀ ਕਹਿੰਦੀ ਹੈ ਕਿ ਲੀਡਰਸ਼ਿਪ ਬਦਲਣੀ ਚਾਹੀਦੀ ਹੈ ਉਹ ਇਹੀ ਕਹਿੰਦੀ ਹੈ ਪ੍ਰਧਾਨ ਪਰਮਾਨੈਂਟ ਨਾ ਹੋਵੇ ਦੋ ਟਰਮਾਂ ਤੋਂ ਬਾਅਦ ਪ੍ਰਧਾਨ ਵੀ ਬਦਲਿਆ ਜਾਣਾ ਚਾਹੀਦਾ ਹੈ ਉਹ ਇਹੀ ਕਹਿੰਦੀ ਸੀ ਕਿ ਟਿਕਟਾਂ ਦੇ ਵਾਸਤੇ ਪਾਰਲੀਮੈਂਟਰੀ ਬੋਰਡ ਜਿਹੜਾ ਹੈ ਉਹ ਮੋਢਕਠ ਹੋਣਾ ਚਾਹੀਦਾ ਹੈ ਤਾਂ ਕਿ ਸਾਰਿਆਂ ਦਾ ਬੈਲੈਂਸ ਗੱਲ ਹੋ ਸਕੇ ਔਰ ਜੇ ਪ੍ਰੈਕਟਿਸ ਸਾਰੀ ਕੁਝ ਹੀ ਇਹਨਾਂ ਦੇ ਖਿਲਾਫ ਮੈਨੂੰ ਤਾਂ ਹੁਣ ਇਹ ਵੀ ਲੱਗ ਰਿਹਾ ਸਗੋਂ ਇਹ ਕਿ ਤਾਂ ਮੈਂ ਤਾਂ ਉਹ ਵੀ ਨਹੀਂ ਪੜਿਆ ਕਿਤੇ ਵੀ ਐਤ ਕੀ ਕੋਰ ਕਮੇਟੀ ਨੇ ਇੱਕ ਰਸਮੀ ਕੋਈ ਮਤਾ ਪਾਇਆ ਕਿ ਤਾਕਤ ਪ੍ਰਧਾਨ ਜੀ ਨੂੰ ਦੇਤੀ ਹੈ ਵੀ ਜਾਂ ਅਲਟੀਮੇਟ ਪਹਿਲਾਂ ਹੀ ਮੰਨ ਲਈ ਜਾਂਦੀ ਹੈ ਵੀ ਇਹ ਤਾਂ ਹੈਗੀ ਉਹ ਨਹੀਂ ਤਾਂ ਹਰ ਵਾਰ ਪੈਂਦੇ ਨੇ ਕੋਰ ਮੈਂ ਤਾਂ ਥੋੜਾ ਜਿਆ ਕਿਉਂਕਿ ਤੁਸੀਂ ਸਵਾਲ ਉਠਾਤਾ ਮੇਰੇ ਕੋਲ ਇਨਫੋਰਮੇਸ਼ਨ ਹੈਗੀ ਆ ਪਿਛਲੀ ਜਿਹੜੀ ਮੀਟਿੰਗ ਹੋਈ ਆ ਬਹੁਤ ਹੁਣੇ ਹੀ ਹੋਈ ਆ ਕੋਰ ਕਮੇਟੀ ਦੀ ਮੀਟਿੰਗ ਇੱਕ ਆਨਲਾਈਨ ਹੋਈ ਆ ਔਰ ਉਸ ਆਨਲਾਈਨ ਮੀਟਿੰਗ ਦੇ ਵਿੱਚ ਇਹੀ ਸਭ ਤੋਂ ਪਹਿਲਾਂ ਗੱਲ ਆਈ ਔਰ ਮਾਜੇ ਦੇ ਇੱਕ ਆਗੂ ਨੇ ਵੱਡੇ ਆਗੂ ਨੇ ਇਹ ਗੱਲ ਕਹੀ ਕਿ ਪ੍ਰਧਾਨ ਸਾਹਿਬ ਤੁਹਾਡੀ ਜਿਹੜੀ ਪੰਜਾਬ ਬਚਾਓ ਯਾਤਰਾ ਉਹਨੇ ਤਾਂ ਕਮਾਲ ਕਰਤੀ ਬਹੁਤ ਸਾਰਾ ਅਸਰ ਆ ਰਿਹਾ ਲੋਕ ਬੜਾ ਖੁਸ਼ ਨੇ ਸਾਡਾ ਵਰਕਰ ਬਹੁਤ ਖੁਸ਼ ਹੋ ਗਿਆ ਤੇ ਬਹੁਤ ਤੁਹਾਨੂੰ ਵਧਾਈ ਤੇ ਸਭ ਤੋਂ ਪਹਿਲਾਂ ਤੇ ਉਹਦੇ ਵਿੱਚ ਵਧਾਈ ਦਿੱਤੀ ਗਈ ਪਰਮੇਂਦਰ ਢੀਂਡ ਸਾਹ ਨੂੰ ਔਰ ਸੰਧੂ ਸਾਹਿਬ ਨੇ ਤਰਨ ਤਰਨ ਤੋਂ ਬੜੇ ਜਿਹੜੇ ਕੋਰ ਕਮੇਟੀ ਦੇ ਨਵੇਂ ਮੈਂਬਰ ਬਣੇ ਉਹਨਾਂ ਨੂੰ ਵਧਾਈ ਦਿੱਤੀ ਗਈ ਸਾਹਿਬ ਮੀਰ ਸਿੰਘ ਜੀ ਫਿਰ ਉਸ ਤੋਂ ਬਾਅਦ ਮਾਝੇ ਦੇ ਲੀਡਰ ਵੱਲੋਂ ਇਹ ਕਿਹਾ ਗਿਆ ਕਿ ਪ੍ਰਧਾਨ ਸਾਹਿਬ ਬਹੁਤ ਉਸ ਤੋਂ ਬਾਅਦ ਫਿਰ ਇਹ ਗੱਲ ਹੋਈ ਕਿ ਪ੍ਰਧਾਨ ਸਾਹਿਬ ਨੂੰ ਅਧਿਕਾਰ ਦਈਏ ਜੀ ਹੁਣ ਜਿੰਨੇ ਵੀ ਪਾਰਟੀ ਉਮੀਦਵਾਰ ਤੈਅ ਕਰਨ ਦੇ ਤੇ ਉਹਦੇ ਨਾਲ ਹੀ ਫਿਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਵੀ ਕਿਹਾ ਕਿ ਹਾਂ ਜੀ ਜੀ ਆਪਾਂ ਹੁਣ ਪ੍ਰਧਾਨ ਸਾਹਿਬ ਨੂੰ ਅਖਤਿਆਰ ਸਾਰੇ ਦਈਏ ਤੇ ਗੱਲ ਅੱਗੇ ਤੋਰੀਏ ਗੱਲ ਇਦਾਂ ਦੀ ਹੋ ਕੇ ਸਾਰੇ ਅਖਤਿਆਰات ਆਨਲਾਈਨ ਮੀਟਿੰਗ ਦੇ ਵਿੱਚ ਹੁਣੇ-ਹੁਣੇ ਜਿਹੜੀ ਹੋਈ ਆ ਔਰ ਦੋ ਦਿਨ ਪਹਿਲਾਂ ਉਹਦੇ ਚ ਹੀ ਆਕੇ ਜੀ ਨਹੀਂ ਨਹੀਂ ਮੈਨੂੰ ਨਹੀਂ ਲੱਗਦਾ ਕਿ ਅਕਾਲੀ ਦਲ ਇਕੱਲਾ ਆਨਲਾਈਨ ਰਸਮੀ ਕਾਰਵਾਈ ਕਰੂਗਾ ਥਰੈਡ ਬੇਅਰ ਕਾਰਪੋਰੇਟ ਵਿੱਚ ਮੀਟਿੰਗ ਹੁੰਦੀ ਆ ਨਾਵਾਂ ਤੇ ਚਰਚਾ ਹੁੰਦੀ ਆ ਫਿਰ ਚਰਚਾ ਚ ਗਈ ਦੋ ਦੋ ਚਾਰ ਚਾਰ ਨਾਵਾਂ ਤੇ ਹੋਣ ਤੋਂ ਬਾਅਦ ਪ੍ਰਧਾਨ ਜੀ ਨੂੰ ਰਾਈਟ ਦਿੱਤੇ ਜਾਂਦੇ ਨੇ ਇੱਕ ਉਹ ਪ੍ਰੋਸੈਸ ਹੈ ਜਿਹੜਾ ਇੱਕ ਟਾਈਪ ਦਾ ਜਿਹੜਾ ਨਹੀਂ ਹੋਇਆ ਉਹ ਕੋ ਕਮੇਟੀ ਜਮੈਂਟ ਕੇ ਨਾਵਾਂ ਤੇ ਚਰਚਾ ਤੋਂ ਬਾਅਦ ਫਿਰ ਜਿਹੜਾ ਮਰਜੀ ਸਿਲੈਕਟ ਕਰ ਦੋ ਤੁਸੀਂ ਜਿੱਦੇ ਆਏ ਉਹਦੇ ਚੋਂ ਦਿੱਤਾ ਜਾਂਦਾ ਰਾਈਟ ਇੱਕ ਜੀ ਉਹਨੂੰ ਵੀ ਚੈਲੰਜ ਕੀਤਾ ਗਿਆ ਬਲਕੇ ਜਿਹੜਾ ਕੋਰ ਕਮੇਟੀ ਦੀ ਜਿਹੜਾ ਟਾਈਪ ਦੇ ਸਿਸਟਮ ਨੂੰ ਕੇ ਇਹਨਾਂ ਨੇ ਆਪ ਕਹਿਆ ਚ ਉਹਦਾ ਕਮੇਟੀ ਦੀ ਰਿਪੋਰਟ ਮੰਨ ਵੀ ਲਈ ਸੀ ਜਿਹੋ ਜਿਹੀ ਵੀ ਹੈ ਜਿੰਨੇ ਵੀ ਪੁਆਇੰਟ ਸਾਹਮਣੇ ਆਏ ਕਿ ਹਾਂ ਇਹ ਕਰਾਂਗੇ ਨਹੀਂ ਕਰਾਂਗੇ ਪਰ ਜਿਹੜੇ ਤਰੀਕੇ ਨਾਲ ਹੁਣ ਗੱਲ ਹੋਈ ਹੈ ਇੱਕ ਤਾਂ ਟ੍ਰੈਡੀਸ਼ਨ ਜੇ ਦੇਖੀ ਜਾਏ ਅਕਾਲੀ ਦਲ ਦੀ ਨਾਰਮਲੀ ਜਿਹੜੇ ਕਿਸੇ ਬੰਦੇ ਨੇ ਬਾਦਲ ਫਰਮਾਨ ਨੂੰ ਚੈਲੰਜ ਕੀਤਾ ਉਹਦੇ ਨਾਲ ਲਗਭਗ ਐਵੇਂ ਹੋਇਆ ਕਿ ਹੌਲੀ ਹੌਲੀ ਕਰਦੇ 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 ਉਹਨੂੰ ਉੱਥੇ ਲੈ ਜਾਇਆ ਜਾਏ ਤੇ ਕਿ ਉਹਦਾ ਵजूद ਉਸ ਪੱਧਰ ਤੇ ਨਾ ਬਚੇ ਕੁਲਦੀਪ ਸਿੰਘ ਬਡਾਲਾ ਬਡੇ ਲੀਡਰਸ਼ਿਪ ਆਪਾਂ ਦੇਖੇ ਔਰ ਜਦੋਂ ਤੇ ਉਹ ਉਹਨਾਂ ਨੂੰ ਮਜਬੂਰ ਕਰਤਾ ਕਿ ਵਾਪਸ ਚਲੇ ਜਾ ਹੌਲੀ ਹੌਲੀ ਕਰਕੇ ਉਹਨਾਂ ਦਾ ਬੇਟਾ ਆਇਆ ਇੱਕ ਟਿਕਟ ਦੇ ਤੌਰ ਤੇ ਪਰ ਐ ਜੇ ਲੀਡਰ ਡਿਸੀਜਨ ਮੇਕਰ ਦੇ ਤੌਰ ਤੇ ਉਹ ਪਰਮਾਰ ਬਾਹਰ ਹੈ ਸ਼ੁਰੂ ਤੋਂ ਲੈ ਕੇ ਪਾਰਟੀ ਦੇ ਵਿੱਚ ਨਗਾਤਾਰਤਾ ਦੇ ਵਿੱਚ ਜਸਦਾ ਗੁਰਚਰਨ ਸਿੰਘ ਟੌੜਾ ਜਿੰਨਾ ਚਿਰ ਰਹਿ ਕਦੇ ਚਲੇਗੇ ਕਦੇ ਆਗੇ ਉਹ ਲੱਗ ਗਨ ਪਰ ਉਸ ਤੋਂ ਬਾਅਦ ਦਾ ਜੋ ਮਾਮਲਾ ਕੈਪਟਨ ਕਮਲਜੀਤ ਦਾ ਮਾਮਲਾ ਬਾਕੀਆਂ ਦੇ ਮਾਮਲੇ ਜਿੰਨੇ ਉਹਦੇ ਜਿਹੜਾ ਥੋੜਾ ਥੋੜਾ ਵੀ ਕਦੇ ਟਕਰਾ ਰਿਹਾ ਤੇ ਉਹਨਾਂ ਚੋਂ ਇਹ ਜ਼ਰੂਰ ਰਿਹਾ ਕਿ ਉਹਨੂੰ ਹਾਸੀ ਤੇ ਕਿਵੇਂ ਭੇਜਿਆ ਜਾਏ ਜਾ ਉਹਦੇ ਮਗਰ ਹੀਟਲੇ ਲੀਡਰ ਕਿਵੇਂ ਪਾ ਦਿੱਤੇ ਜਾਣ ਜਿਹੜੇ ਇਹ ਚੈਲੰਜ ਕਰਨ ਵੀ ਤੋਂ ਉੱਡਾ ਲੀਡਰ ਨਹੀਂ ਹੈ ਸਾਡੇ ਲੈਵਲ ਦੇ ਆਪਾਂ ਚੈਲੰਜ ਕਰੀਏ ਫਿਰ ਵੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਲਹਿਜੇ 'ਚ ਇੱਕ ਫਰਕ ਸੀ ਜਿਵੇਂ ਉਹ ਕਹਿੰਦੇ ਸੀ ਨਾ ਉਹ ਥੋੜਾ ਜਿਹਾ ਮਿਠਾਸ ਨਾਲ ਥੋੜਾ ਜਿਹਾ ਗੱਲ ਕਰਕੇ ਅਗਲੇ ਨਾਲ ਇਹ ਵੀ ਨਹੀਂ ਲੱਗਦਾ ਸੀ ਵੀ ਆਪਾਂ ਤਾਂ ਬਿਲਕੁਲ ਤੁਹਾਡੇ ਨਾਲ ਕੋਈ ਨਹੀਂ ਅੰਦਰ ਖਾਤੇ ਕਰਦੇ ਸੀ ਤੇ ਨਵੇਂ ਇਹ ਪ੍ਰਧਾਨ ਜੀ ਦਾ ਥੋੜਾ ਜਿਹਾ ਦੂਜਾ ਐਟੀਟਿਊਡ ਹੈ ਮੇਰੇ ਖਿਆਲ ਵੀ ਕੋਈ ਗੱਲ ਨਹੀਂ ਆਪਾਂ ਕਰਕੇ ਪਰਾਂ ਕਰਦੇ ਆ ਕੌਣ ਕੀ ਕਰ ਲੂਗਾ ਕਿਸੇ ਨੂੰ ਕੌਨਫੀਡੈਂਸ ਚ ਲੈਣਾ ਭਰੋਸੇ ਚ ਲੈਣਾ ਵੀ ਜ਼ਰੂਰੀ ਨਾ ਸਮਝੋ ਜਿਹੜਾ ਢੀਂਸਾ ਦੇ ਮਾਮਲੇ ਚ ਹੋਇਆ ਜਦੋਂ ਹੁਣ ਇੱਕ ਜੁਨਟੀ ਹੋਈ ਹੈ ਉਹਦੇ ਚ ਤੁਸੀਂ ਸਰਪ੍ਰਸਤ ਵੀ ਬਣਾਤਾ ਤੇ ਸਰਪ੍ਰਸਤ ਬਣਾ ਕੇ ਤੁਹਾਨੂੰ ਇਹ ਵੀ ਪਤਾ ਕਿ ਪਰਮਿੰਦਰ ਢੀਂਸਾ ਨੂੰ ਤੁਸੀਂ ਪਹਿਲਾਂ ਵੀ ਲੜਾਤੀ ਸੀ ਚੋਣ ਤੇ ਫਿਰ ਤੁਹਾਡੇ ਨਾਲ ਉਹ ਫਾਈਨਾਂਸ ਮਿਨਿਸਟਰ ਰਿਹਾ ਤੇ ਬਾਕੀ ਚੀਜ਼ਾਂ ਨੇ ਜਿਸ ਨੇ ਓਟੀਆਂ ਦੀ ਵੀ ਗੱਲ ਕਰਨੀ ਹੈ ਫਿਰ ਸਗਰੂਰ ਦਾ ਇੱਕ ਲਿਮਟਿਡ ਹਲਕਾ ਤੁਸੀਂ ਉਹਨੂੰ ਦਿੰਦੇ ਰਹੋ ਪਹਿਲਾਂ ਵੀ ਚਲੋ ਬਾਕੀ ਨਹੀਂ ਸੀ ਤੇ ਸਗਰੂਰ ਰਹੋ ਜਿਵੇਂ ਬਡਾਲਾ ਸਭ ਨੂੰ ਕਹਿੰਦੇ ਜਲੰਧਰ ਤੱਕ ਰੋਟਾ ਉਹਨਾਂ ਸਭ ਨੂੰ ਕਹਿੰਦੇ ਤੁਸੀਂ ਪਟਿਆਲਾ ਸਾਬ ਲੋ ਜਿਹੜਾ ਇਹ ਸਾਹਮਣ ਦੀ ਵੀ ਇੱਕ ਗੱਲ ਸੀ ਛੋਟੀ ਮੋਟੀ ਉਹ ਵੀ ਹੁਣ ਖਤਮ ਹੈ ਇਹਦੇ ਚੋ ਇਹ ਮੈਸੇਜ ਜਾਂਦਾ ਹੈ ਇਹ ਮੈਸੇਜ ਦੇਣ ਦੀ ਟਰਾਈ ਕੀਤੀ ਗਈ ਹੈ ਸ਼ਾਇਦ ਸ਼ੁਭੀਰ ਸਿੰਘ ਬਾਦਲ ਬਲੋ ਵੀ ਸਾਡੇ ਤੋਂ ਬਿਨਾ ਬਾਕੀ ਦੀ ਬੁੱਕਤ ਨਹੀਂ ਹੈ ਕੋਈ ਟਿਕਟ ਵੀ ਸਾਡੇ ਤੋਂ ਬਿਨਾ ਨਹੀਂ ਮਿਲਦੀ ਜਿੱਤ ਹਾਰ ਵੀ ਸਾਡੇ ਤੋਂ ਬਿਨਾ ਨਹੀਂ ਮਿਲਦੀ ਇਹ ਉਹੀ ਐਟੀਟਿਊਡ ਹੈ ਜਿਸ ਦੇ ਨਾਲ ਪਾਰਟੀ ਕਮਜ਼ੋਰ ਹੋ ਰਹੀ ਹੈ ਇਹ ਸਟਰਕਚਰਲ ਪ੍ਰੋਬਲਮ ਹੈ ਤੇ ਮਾਈਂਡ ਸੈਟ ਦੀ ਪ੍ਰੋਬਲਮ ਹੈ ਇਹਨੇ ਬਿਨਾ ਸ਼ੱਕ ਇੱਕ ਦੁਬਧਾ ਪੈਦਾ ਕਰਨੀ ਆ ਬਾਕੀ ਬਰਖਾਤ ਦੇ ਵਿੱਚ ਕਿਉਂਕਿ ਜਦੋਂ ਅਗਲਾ ਕਹਿੰਦਾ ਤੁਹਾਡਾ ਸਰਪ੍ਰਸਤ ਤੁਹਾਡਾ ਇੱਕ ਪਰਿਵਾਰ ਜਿਹਦੀ ਅੱਡ ਪਾਰਟੀ ਸੀ ਪਾਰਟੀ ਮਰਜਰ ਹੋਈ ਹੈ ਫਿਰ ਜੇਕਰ ਇੰਡੀਵਿਜੂਅਲ ਕੱਲਾ ਆਊਗਾ ਉਹਦੀ ਕੀ ਮੁਕਤਾ ਕਰਕੇ ਵੀ ਕੱਲ ਨੂੰ ਕੌਣ ਪੁੱਛੂਗਾ ਉਹਦੀ ਤਾਂ ਉਹ ਰੀਚ ਵੀ ਨਹੀਂ ਹੋਣੀ ਉੱਥੇ ਤੱਕ ਚਲੋ ਢੀਠਾ ਪਰਿਵਾਰ ਦੀ ਤਾਂ ਇਹ ਵੀ ਮੰਨਿਆ ਜਾਂਦਾ ਨਾ ਕਿ ਭਾਜੀਪੀ ਨਾਲ ਵੀ ਸੀਗੀ ਬੀਜਪੀ ਨੇ ਜਦੋਂ ਅਲੱਗ ਹੋਏ ਸਭ ਉਹਨਾਂ ਨੂੰ ਇੱਕ ਸਨਮਾਨ ਵੀ ਦਿੱਤਾ ਵੱਡਾ ਤੇ ਵਕ ਵਕ ਸਾਰੇ ਹੋਣ ਦੇ باوجود ਜੇਕਰ ਇਹ ਕੀਤਾ ਜਾਂਦਾ ਤਾਂ ਮੈਨੂੰ ਲੱਗਦਾ ਕਿ ਜਿਹੜਾ ਬਾਰ ਬਾਰ ਗਲਤੀਆਂ ਹੁੰਦੀਆਂ ਨੇ ਜਦੋਂ 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 ਪਹਿਲੀ ਮਾਫੀ ਮੰਗੀ ਤੇ ਉਸ ਤੋਂ ਬਾਅਦ ਕੌਕੇ ਕੇਸ ਆ ਗਿਆ ਉਹਦਾ ਕੁਝ ਨਹੀਂ ਹੋਇਆ ਫਿਰ ਉਸ ਤੋਂ ਬਾਅਦ ਰਾਜਵਾਲੇ ਦੇ ਮਾਮਲੇ 'ਚ ਕਰਕਰੀ ਹੋਈ ਕਿਸੇ ਨੇ ਟਾਈਮ ਨਹੀਂ ਦਿੱਤਾ ਬੰਦੀ ਸਿੰਘਾ ਆਲਾ ਤੁਸੀਂ ਇੰਨਾ ਵਾਰ ਕੇ ਸਮਰੂਹ ਦੀ ਇਲੈਕਸ਼ਨ 'ਚ ਮੁੜ ਕੇ ਛੜਤਾ ਇਹ ਜਿਹੜੀਆਂ ਚੀਜ਼ਾਂ ਨੇ ਸਾਰੀਆਂ ਲਗਾਤਾਰ ਲਗਾਤਾਰਤਾ ਦੇ ਵਿੱਚ ਇਸ ਸਮੁੱਚਤਾ 'ਚ ਵਿਚਾਰ ਕੇ ਕਿਹੜੇ ਬੰਦਿਆਂ ਦੀ ਟੀਮ ਦੀ ਨੂੰ ਸਾਥ ਕਰਨਾ ਕਿ ਟੀਮ ਜਾ ਕੇ ਤੁਹਾਡੇ ਦੀ ਵੋਟਾਂ ਮੰਗੇ ਜੇ ਐਸ ਸਟੇਜ ਦੇ ਵਿੱਚ ਪਾਰਟੀ ਮੁਖੀ ਆਪਣੀ ਟੀਮ ਵੀ ਡਿਮੋਰਲਾਈਜ਼ ਕਰ ਲੈਂਦਾ ਥਾਟ ਦੀ ਕਲੈਰਿਟੀ ਵੀ ਨਹੀਂ ਰਹਿੰਦੀ ਤਾਂ ਰਿਵਾਈਵਲ ਜਿਹੜਾ ਉਹ ਕਿਵੇਂ ਆਏਗਾ ਫਿਰ ਰਿਵਾਈਵਲ ਤਾਂ ਉੱਥੋਂ ਹੀ ਆਉਂਦਾ ਹੁੰਦਾ ਜਿੱਥੋਂ ਤੁਸੀਂ ਮਤਲਬ ਕੋਸ਼ਿਸ਼ ਕਰਦੇ ਹੋ ਕਿ ਹਰ ਕਮਜ਼ੋਰੀ ਨੂੰ ਪਲੱਗ ਕਰਨ ਦੀ ਜਿੰਨੀ ਮੈਕਸਿਮਮ ਹੱਦ ਤੱਕ ਹੋ ਸਕੇ ਉਹਨੂੰ ਟਰਾਈ ਕਰਦੇ ਹੋ ਬਿਨਾਂ ਸ਼ੱਕ ਇਹ ਜਿਹੜਾ ਚੋਣ ਜਿਹੜਾ ਟਿਕਟ ਹੈ ਇਹਨੇ ਕੱਲੀ ਨਹੀਂ ਮਤਲਬ ਜਿਆਦਾ ਵੱਡਾ ਇੱਕ ਚਰਚਾ ਛੇੜਤੀ ਹੈ ਜਿੱਥੇ ਵਰਕਰਾਂ ਦੇ ਵਿੱਚ ਇੱਕ ਵੇਚ ਹਨ ਉਹਨੂੰ ਕਿਵੇਂ ਦੂਰ ਕਰਦੇ ਨੇ ਤੁਰੰਤ ਮੀਟਿੰਗ ਬਣਾਈ ਜਾਂਦੀ ਹੈ ਅਜੇ ਪ੍ਰਧਾਨ ਜੀ ਨੇ ਆਪਣੀ ਗੱਲ ਕਹਿਣੀ ਹੈ ਮੇਰੇ ਖਿਆਲ ਲੈ ਅਜੇ ਇਹ باوجود ਬੇਚੈਨੀ ਦੇ ਓਪਨਲੀ ਉਹਨਾਂ ਦਾ ਕੋਈ ਨਾ ਬਿਆਨ ਆਇਆ ਨਾ ਪਾਰਟੀ ਦੀ ਮੀਟਿੰਗ ਕਾਲ ਕਰਕੇ ਕੋਈ ਗੱਲ ਕੀਤੀ ਗਈ ਹੈ ਹਜੇ ਖੁੱਲਾ ਹੈ ਇਹ ਜੇ ਮਾਮਲੇ ਚ ਖੁੱਲਾ ਹੁੰਦਾ ਤਾਂ ਉਹ ਖੁੱਲੇ जख्म ਦੀ ਤਰ੍ਹਾਂ ਕਈ ਵਾਰ ਜਿਆਦਾ ਵਿਗੜ ਜਾਂਦਾ ਤੇ ਇਹਨੂੰ ਮਤਲਬ ਇਹਦਾ ਟ੍ਰੀਟਮੈਂਟ ਕਰਨ ਦੀ ਵੀ ਕੋਸ਼ਿਸ਼ ਅਜੇ ਤੱਕ ਮੈਨੂੰ ਨਹੀਂ ਲੱਗਦੀ ਕਿ ਹੋਈ ਹੈ ਤੁਸੀਂ ਸਦਰ ਜਗਤਾਰ ਸਿੰਘ ਜੀ ਅਕਸਰ ਇਹ ਖਾਹਿਸ਼ ਜਾਰ ਕਰਦੇ ਹੋ ਔਰ ਇੱਕ ਕਸਰੰਦੀ ਵੀ ਹੈ ਕਿ ਇਸ ਖਿੱਤੇ ਦੀ ਕੋਈ ਪਾਰਟੀ ਜਿਹੜੀ ਪਾਰਟੀ ਲਗਾਤਾਰ ਲੜਦੀ ਰਹੀ ਹੋਵੇ ਜਿਹਦਾ ਇੱਕ ਟਰੈਕ ਰਿਕਾਰਡ ਹੈ ਤੇ ਉਹ ਮੁੜ ਕੇ ਫਿਰ ਉਸੇ ਹੀ ਸ਼ਿੱਦਤ ਨਾਲ ਇਸ ਖਿੱਤੇ ਦੇ ਮਾਮਲੇ ਅੱਗੇ ਵਧਾਏ ਤੇ ਥੋੜੀ ਜਿਹੀ ਜਦੋਂ ਆਸ ਬਣਨ ਲੱਗੀ ਤਾਂ ਇਸ ਤੋਂ ਬਾਅਦ ਆ ਕੁਝ ਫੈਸਲੇ ਪਵਨਟੀ ਨੂੰ ਕੱਲ ਚਲੇਗੇ ਪਵਨਟੀ ਨੂੰ ਬਹੁਤ ਵੱਡਾ ਨਾਮ ਤਾਂ ਹੈ ਨਹੀਂ ਪਰ ਜਲੰਧਰ ਤੋਂ ਅਕਾਲੀ ਦਲ ਉਹਨਾਂ ਨੂੰ ਟਿਕਟ ਦੇਣ ਦੀ ਇੱਛਾ ਰੱਖਦਾ ਸੀ ਗੁਰਚਰਨ ਸਿੰਘ ਚੰਨੀ ਕਾਫੀ ਦੇਰ ਬਾਅਦ ਅਕਾਲੀ ਦਲ ਚ ਪਰਤੇ ਆ ਉਹ ਡਾਕਟਰ ਦਿਲਜੀਤ ਚੀਮਾ ਨਾਲ ਲਗਾਤਾਰ ਹੀ ਇਹਨਾਂ ਦੀ ਹਰ ਕੈਂਪੇਨ ਪਾਰਟੀ ਦਾ ਦਫ਼ਤਰ ਸੰਭਾਲਦੇ ਰਹੇ ਔਰ ਉਹ ਜਿੰਨੇ ਅੱਛੇ ਤਰੀਕੇ ਨਾਲ ਮੈਨੇਜ ਕਰ ਸਕਦੇ ਸੀਗੇ ਜਦੋਂ ਥੋੜੀ ਦੇਰ ਪਹਿਲਾਂ ਉਹ ਵਾਪਸ ਆਏ ਸੀ ਅਕਾਲੀ ਦਲ ਨਾਲ ਸੁਖਵੀਰ ਬਾਦਲਾਪ ਉੱਥੇ ਗਏ ਸੀ ਉਹਨਾਂ ਨੂੰ ਲੈਣ ਲਈ ਜਲੰਧਰ ਕਿ ਉਹ ਇੱਡੀ ਛੇਤੀ ਵਾਪਸ ਕਿਉਂ ਪਰਤੇਗੇ ਔਰ ਤੀਨੋਂ ਦੋ ਵਾਰੀ ਐਮਐਲਏ ਬਣੇ ਇਹਨਾਂ ਵੱਲੋਂ ਔਰ ਹੁਣ ਟਿਕਟ ਲਗਭਗ ਕਿਹਾ ਜਾ ਰਿਹਾ ਸੀਗਾ ਅਕਾਲੀ ਦਲ ਦੀ ਹੁਣ ਕੈਂਡੀਡੇਟ ਦੀ ਚੋਣ ਵੀ ਉੱਥੇ ਔਖੀ ਹੋਗੀ ਕੈਂਡੀਡੇਟ ਦੀ ਚੋਣ ਵੀ ਔਖੀ ਹੈ ਤੀਨੋਂ ਦਾ ਮੁਕਾਬਲਾ ਮੰਨਿਆ ਜਾ ਰਿਹਾ ਸੀਗਾ ਔਰ ਵੈਸੇ ਤਾਂ ਜਿਹੜੇ ਮੁੱਖ ਮੰਤਰੀ ਉਹ ਤੀਨੋਂ ਦੇ ਉੱਤੇ ਖੜੇ ਹੋ ਗਏ ਉਹਨਾਂ ਦੀ ਪਾਰਟੀ ਉਹਨਾਂ ਦੀ ਪਾਰਟੀ ਚੌਧਰੀ ਪਰਿਵਾਰ ਦੇ ਨਾਲ ਵੀ ਗੱਲਬਾਤ ਦੇ ਵਿੱਚ ਹੈਗੀ ਸੀਗੀ ਸੋ ਮੈਂ ਜਿਹੜੀ ਤੁਹਾਡੇ ਤੋਂ ਸਮਝਣਾ ਚਾ ਰਿਹਾ ਕਿ नो नो डाउट कोई दो राय नहीं कि बादल परिवार पूरे मन नाल शिद्दत नाल जुर्त नाल ए लडाई बठंडे च लड़ेगा बठंडे ਦੇ ਵਿੱਚ ਉਹ ਲੜਾਈ ਲੜਨਗੇ ਵੀ ਤੇ ਲੜਾਈ ਦੇਣਗੇ ਵੀ ਪਰ ਜਿਹੜੀ ਬਾਕੀ ਪੂਰੀ ਸਟੇਟ ਦੇ ਵਿੱਚ ਇੱਕ ਆਪਸ ਵਿੱਚ ਗੱਲਬਾਤ ਦੇ ਵਿੱਚ ਖੁੰਦਕ ਜੀ ਆਉਣ ਲੱਗੀ ਕਿ ਪ੍ਰਧਾਨ ਸਾਹਿਬ ਨੂੰ ਇੰਜ ਕਰਨਾ ਚਾਹੀਦਾ ਸੀ ਇੰਜ ਨਹੀਂ ਸੀ ਕਰਨਾ ਚਾਹੀਦਾ ਔਰ ਇਹ ਚੀਜ਼ ਜਿਹੜੀ ਲੜਨ ਦਾ ਜਜ਼ਬਾ ਨੂੰ ਥੋੜਾ ਮੱਦਮ ਪਾ ਦਿੰਦੀ ਹੈ ਮਤਲਬ ਤੇ ਇੰਤਸਾ ਤੇ ਢੀਂਸੇ ਵਰਗੇ ਦੂਜੀ ਕਤਾਰ ਤੇ ਘੱਟੋ-ਘੱਟ 12-13 ਵੱਡੇ ਆਗੂ ਜਦੋਂ ਇੱਕ ਦੂਜੇ ਨਾਲ ਗੱਲ ਕਰਦੇ ਆ ਥੋੜੀ ਬੇਭਰੋਸਗੀ ਪ੍ਰਗਟ ਕਰ ਰਹੇ ਕਿ ਯਾਰ ਮਤਲਬ ਇੰਜ ਨਹੀਂ ਸੀ ਹੋਣਾ ਚਾਹੀਦਾ ਆ ਤਾਂ ਹਾਲਾਂਕਿ ਝੋਂਦਾ ਦੀ ਆਪਣੀ ਕੋਈ ਘੱਟ ਅਕਾਲੀ ਦਲ ਪ੍ਰਤੀ ਦੇਣ ਨਹੀਂ ਹੈ ਝੋਂਦਾ ਦੀ ਸਹਿਰਦਤਾ ਚ ਕੋਈ ਕਮ ਨਹੀਂ ਹੈ ਝੋਂਦਾ ਇੱਕ ਬੇਤਰ ਕੈਂਡੀਡੇਟ ਹੋ ਸਕਦੇ ਆ ਪਰ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਅੱਜ ਦੀ ਜਿਹੜੀ ਹਵਾ ਤੋਂ ਬਿਨਾਂ ਲੜਾਈ ਹੈ ਇਹਦੇ ਵਿੱਚ ਵੱਡੇ ਨਾਵਾਂ ਨੂੰ ਫਾਇਦਾ ਹੁੰਦਾ ਹੈ ਅਕਾਲੀ ਦਲ ਨੂੰ ਉਸ ਬਰਨਾਲੇ ਤੇ ਸੰਗਰੂਰ ਚ ਫਾਇਦਾ ਹੋਣਾ ਸੀ ਮੈਂ ਓਵਰ ਆਲ ਤੁਹਾਡੇ ਤੋਂ ਇੱਕ ਟਿੱਪਣੀ ਲੈਣਾ ਚਾਹੁੰਦਾ ਬਾਦਲ ਸਾਹਿਬ ਦਾ ਕੰਮ ਕਰਨ ਦਾ ਸਟਾਈਲ ਥੋੜਾ ਜਿਹਾ ਡਿਫਰੈਂਟ ਸੀਗਾ ਜੀ ਉਹ ਕਰਦੇ ਉਹੀ ਸੀ ਜੋ ਉਹਨਾਂ ਨੇ ਆਪਣੇ ਮਨ ਦੇ ਅੰਦਰ ਫੈਸਲਾ ਕੀਤਾ ਹੁੰਦਾ ਸੀਗਾ ਲੇਕਿਨ ਉਹ ਕਹੋਂਦੇ ਆਪਣੇ ਨਾਲ ਦੇ ਸਾਥੀਆਂ ਕੋਲੋਂ ਹੁੰਦੇ ਸੀ ਉਹੀ ਕਰ ਪਹਿਲਾਂ ਇਨਫਾਰਮਲੀ ਉਹਨਾਂ ਨਾਲ ਡਿਸਕਸ ਕਰ ਲੈਂਦੇ ਸੀ ਉਹਨਾਂ ਨੂੰ ਕਹੋਂਦੇ ਸੀਗੇ ਤੇ 1997 ਆਨਵਰਡਸ ਖਾਸ ਕਰਕੇ ਜਿਹੜੀ ਟਿਕਟ ਹੈ ਭਾਵੇਂ ਐਸਜੀਪੀਸੀਏ ਦੇ ਭਾਵੇਂ ਅਸੈਂਬਲੀ ਹੈ ਭਾਵੇਂ ਲੋਕਸਭਾ ਲੋਕਸਭਾ ਇੱਕ ਲਾਈਨ ਦਾ ਰੈਜ਼ੋਲੂਸ਼ਨ ਪੈਂਦਾ ਸੀ ਹਮੇਸ਼ਾ ਕਿ ਪ੍ਰਧਾਨ ਨੂੰ ਅਥੋਰਾਈਜ਼ ਕੀਤਾ ਮੀਟਿੰਗ ਦੇ ਵਿੱਚ ਕੈਂਡੀਡੇਟ ਡਿਸਕਸ ਨਹੀਂ ਸੀ ਹੁੰਦੇ ਹਾਂ ਇੱਕ ਗੱਲ ਹੁੰਦੀ ਸੀ ਕਿ ਬਾਦਲ ਸਾਹਿਬ ਜੋ ਗੁਰਚਰ ਸਿੰਘ ਟੋੜਾ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਆਪਣੇ ਰეკਮੈਂਡ ਕਰ ਦਿਓ ਕੈਂਡੀਡੇਟ ਜੀ ਸੁਖਦੇਵ ਸਿੰਘ ਢੀਡ ਸਾਨੂੰ ਕਹਿੰਦਾ ਵੀ ਤੁਹਾਡੇ ਜਿਹੜੇ ਕੋਈ ਕੈਂਡੀਡੇਟ ਹੈਗੇ ਆ ਤਾਂ ਬਲਿਸਟ ਬਣਾ ਕੇ ਦੇ ਦਿਓ ਫੈਸਲਾ ਆਪ ਕਰਦੇ ਸੀਗੇ ਲੇਕਿਨ ਉਹ ਭਾਈਆ ਲਾਰਜ ਜਿਹੜੇ ਇਹ opinion ਹੁੰਦਾ ਸੀਗੇ ਇਹਨਾਂ ਨੂੰ ਆਦਰ ਕਰਦੇ ਸੀਗੇ ਤੋਂ ਜਿਹੜੇ ਹੋਰ ਵੀ ਨੀਤੀਗਰ ਫੈਸਲੇ ਵੀ ਕਰਨੇ ਹੁੰਦੇ ਸੀਗੇ ਉਹ ਘੋਂਦੇ ਇਹਨਾਂ ਤੋਂ ਸੀਗੇ ਇਹ ਗੱਲ ਸਵੇਰ ਸਿੰਘ ਬਾਦਲ ਦੇ ਉਹਰਾਂ ਦੇ ਵਿੱਚ ਮੇਰੇ ਖਿਆਲ ਮੈਸੇਜ ਆਉਂਦਾ ਉਦੋਂ ਸਾਰਿਆਂ ਨੂੰ ਲੱਗਦਾ ਸੀ ਕਿ ਅਸੀਂ ਡਿਸੀਜਨ ਮੇਕਿੰਗ ਦਾ ਪਾਰਟ ਹੈਗੇ ਹਾਂ ਜਦਕਿ ਬਾਦਲ ਸਾਹਿਬ ਕਰਦਾ ਕਰਦੇ ਆਪਣੇ ਹੀ ਸੀ ਸਾਰਾ ਕੁਝ ਕੋਈ ਉਹਦਾ ਮਸਲਾ ਹੀ ਨਹੀਂ ਸੀਗਾ ਲੇਕਿਨ ਇਨਵਾਲਵ ਸਾਰੇ ਜੀ ਪਾਰਟਿਸਪੀਕੇਸ਼ਨ ਕਰਕੇ ਹੁਣ ਉਹ ਇੱਥੇ ਗੱਲ ਇਹਨਾਂ ਦੀ ਮਿਸਿੰਗ ਹੈ ਕਿ ਉਹ ਪਾਰਟੀ ਆਪਣੇ ਸ਼ੁਰੂ ਤੋਂ ਜਦੋਂ ਉਹ ਸਿਆਸਤ ਦੇ ਵਿੱਚ ਆਉਂਦੇ ਐ ਉਹਨਾਂ ਨੇ ਪਾਰਟੀ ਦੇ ਨੂੰ ਹਾਰੀ ਬਦਲਤੀ ਸੀ ਮੈਂ ਇਹਨੂੰ ਇਸੇ ਕਰਕੇ ਇੱਕ ਸਟੇਜ ਤੇ ਧੋਨਾ ਕਾਲੀ ਦਲ ਕਹਿੰਦਾ ਹੁੰਦਾ ਸੀ ਜਦੋਂ ਤੁਸੀਂ ਇਹਨਾਂ ਦੀ ਮੀਟਿੰਗ ਤੇ ਦੇਖੋ ਤਾਂ ਪਾਗ ਵਾਲੇ ਬੰਦੇ ਬੜਾ ਘੱਟ ਨਜਰ ਆਉਂਦੇ ਹੁੰਦੇ ਸੀਗੇ ਜਿਹੜਾ ਖਾਸ ਕਰਕੇ ਜੋ ਯੂਥ ਬ੍ਰਿਗੇਡ ਨਵੇਂ ਲਿਆਉਂਦੇ ਸੀਗੇ ਤੇ ਉਹਦੇ ਚ ਪਾਗ ਵਾਲੇ ਲੋਕ ਬਹੁਤ ਘੱਟ ਨਜਰ ਆਉਂਦੇ ਸੀ ਮੰਡੀਆਂ ਗੱਡੀਆਂ ਤੇ ਸਰਤਾਂ ਤੇ ਦਸਤਾਰ ਹੈ ਨਹੀਂ ਚਲੋ ਹੁਣ ਉਹ ਜਿਹੜਾ ਸਟਾਈਲ ਹੈ ਫੰਕਸ਼ਨਿੰਗ ਦਾ ਉਹ ਹੁਣ ਵੀ ਚੱਲ ਰਿਹਾ ਜਦ ਕਿ ਇਹਨਾਂ ਡੈਮੇਜ ਹੋਣ ਤੋਂ ਬਾਅਦ ਇਹ ਐਕਸਪੈਕਟ ਕੀਤਾ ਜਾਂਦਾ ਸੀਗਾ ਕਿ ਸਾਰਿਆਂ ਦੇ ਸਲਾਹ مشورہ ਕਰਕੇ ਪਾਰਟੀ ਨੂੰ ਜੇ ਰਿਵਾਈਵ ਕਰਨਾ ਹੈ ਤਾਂ ਡਿਸੀਜਨ 메ਕਿੰਗ ਵਿੱਚ ਉਹਨਾਂ ਦੀ ਪਾਰਟਿਸਪੇਸ਼ਨ ਹੋਵੇ ਹੁਣ ਕ੍ਰੂਸ਼ਲ ਮੌਕੇ ਤੇ ਆ ਕੇ ਉਹਨਾਂ ਨੇ ਢੇਂਸਾ ਹੋਰਾਂ ਦੇ ਨਾਲ ਜੋ ਕੁਝ ਕੀਤਾ ਹੈ ਇਹਦੇ ਨਾਲ ਪਾਰਟੀ ਦੀ ਜਿਹੜੀ ਬਾਕੀ ਲੀਡਰਸ਼ਿਪ ਹੈ ਉਹ ਡੀਮੋਰਲਾਈਜ਼ ਹੋ ਜਾਂਦੀ ਹੈ ਮੀਬੀ ਜਗੀਰਕੌਰ ਦਾ ਬਿਆਨ ਆ ਗਿਆ ਨਾਲ ਯਾਰ ਬਈ ਨਹੀਂ ਸੀ ਹੋਣਾ ਚਾਹੀਦਾ ਤੇ ਅੰਦਰੋਂ ਅੰਦਰ ਹੁਣ ਆਪਣੇ ਮਲੂਕਾ ਹੋਰੀ ਉਹ ਪਰਿਵਾਰ ਸਾਹਮਣੇ ਆ ਜਦ ਕੇ ਜਿਹੜੇ ਸਭ ਤੋਂ ਲਾਇਲ ਲੋਕ ਸੀਗੇ ਉਹਨਾਂ ਦੇ ਵਿੱਚ ਸਿਕੰਦਰ ਸਿੰਘ ਮਲੂਕਾ ਸੀ ਕਿਸੇ ਵੱਡੇ ਜੀ ਉਹਨਾਂ ਨੇ ਬੱਚੇ ਭਗਾवट ਕਰਕੇ ਗੱਲ ਵੱਖਰੀ ਹੈਗੀ ਹੈ ਲੇਕਿਨ ਇਹ ਸੁਗ ਭੁਗਾਟ ਜਿਹੜੀ ਪਾਰਟੀ ਦੇ ਵਿੱਚ ਹੈਗੀ ਹੈ ਹੂੰ ਇੱਕ ਕ੍ਰੂਸ਼ਲ ਮੌਕੇ ਤੇ ਜਦੋਂ ਪਾਰਟੀ ਰਾਇਵਲ ਦੇ ਪਾਸੇ ਤੁਰ ਰਹੀ ਹੁੰਦੇ ਉਦੋਂ ਉਹ ਤੋਂ ਕੋਸਟਲ ਮਾਰਗ ਫਿਰ ਲੰਘ ਜਾਂਦਾ ਔਰ ਜੇ ਲੜਾਈ ਜਮਕੇ ਲੜਨ ਦੀ ਪਾਰਟੀ ਨੇ ਤੇ ਫਿਰ ਇਹ ਇਸ ਤਰੀਕੇ ਦੇ ਜਿਹੜੇ ਸਮੱਸਿਆ ਹੈ ਇਹ ਨਹੀਂ ਸੀ ਹੋਣੀ ਚਾਹੀਦੀ ਪਾਰਟੀ ਕੋਟ ਕੋਟ ਇਕੱਠੇ ਨਜ਼ਰ ਤਾਂ ਆਉਂਦੀ ਨਾ ਹੁਣ ਪਾਰਟੀ ਇਕੱਠੇ ਨਜ਼ਰ ਨਹੀਂ ਆਏਗੀ ਇਹਦਾ ਅਸਰ ਬਟੰਡੇ ਤੇ ਵੀ ਹੋ ਸਕਦਾ ਹੈ ਜੀ ਉਹ ਇਹ ਸਿਚੁਏਸ਼ਨ ਚੱਲ ਰਹੀ ਆ ਸਾਰੀ ਗੱਲ ਦੇ ਉੱਤੇ ਆ ਕੇ ਮੇਰੇ ਖਿਆਲ ਦੇ ਵਿੱਚ। ਉਹ ਤੁਸੀਂ ਠੀਕ ਕਹਿ ਰਹੇ ਹੋ ਤੁਸੀਂ ਇੱਕ ਕਲਫਸ ਵਰਤਿਆ ਸੀਗਾ ਕਿ ਹੁਣ ਦਸਤਾਰਾਂ ਸਿਰ ਤੇ ਨਹੀਂ। ਮੈਨੂੰ ਲੱਗਦਾ ਕਿ ਪੰਜਾਬ ਦੇ ਕਲਚਰ ਦੇ ਵਿੱਚ ਇੱਕ ਟ੍ਰੈਂਡ ਵੀ ਵੱਡੇ ਹੋਏ ਨੇ ਨਾ ਜਿਹੜੀ ਪਹਿਲੀ ਰਵਾਇਤ ਆ ਉਹਦੇ ਨਾਲੋਂ ਥੋੜਾ ਜਿਹਾ ਹੁਣ ਹਟਮਾ ਹੋ ਗਿਆ। ਜਿਹੜਾ ਵੈਸਟਰਨ ਕਲਚਰ ਆ ਉਹਦਾ ਵੀ ਅਸਰ ਲੋਕ ਵਿਦੇਸ਼ਾਂ 'ਚ ਜਾਣ ਲੱਗੇ। ਸੋ ਮੈਨੂੰ ਲੱਗਦਾ ਕਿ ਉਹ ਇੱਕ ਅਕਾਲੀ ਦਲ ਵੀ ਉਹਦੇ ਵਿੱਚ ਜੇ ਅਕਾਲੀ ਦਲ ਦਾ ਮੈਨੂੰ ਲੱਗਦਾ ਵਿਦੇਸ਼ਾਂ 'ਚ ਤਾਂ ਦਸਤਾਰਾਂ ਵਾਪਸ ਆ ਰਹੀਆਂ ਮੇਰੇ ਖਿਆਲ ਦੇ ਵਿੱਚ। ਉਮ ਮੈਨੂੰ ਮੈਨੂੰ ਲੱਗਦਾ ਕਿ ਇਹਨੂੰ ਆਪਾਂ ਮੈਨੂੰ ਆਪਾਂ ਨੂੰ ਵਿਅਕਤੀਗਤ ਅਮੀਰ ਅਮੀਰ ਜੀ ਯਾਰ ਆ ਦੱਸ ਸਕਦੇ ਆ ਬਾਹਰ ਬੈਠੇ ਨਹੀਂ ਉੱਥੇ ਵੀ ਆ ਰਹੇ ਨੇ ਤੇ ਦੂਜਾ ਜਦ ਅਵਰੀਸ਼ਟ ਮਿੱਤੂ ਨੂੰ ਜੂਤ ਕਾਂਗਰਸ ਦਾ ਪ੍ਰਧਾਨ ਬਣਾਇਆ ਉਹ ਆਪ ਵੀ ਆ ਕੇ ਕਹਿੰਦਾ ਕਿ ਮੈਨੂੰ ਰਾਹੁਲ ਗਾਂਧੀ ਨੇ ਕਿਹਾ ਪੱਗ ਬੰਨ ਕੇ ਰੱਖਿਆ ਕਰ ਜੇ ਪੰਜਾਬ ਦਾ ਪ੍ਰਧਾਨ ਬਣ ਚਲੋ ਬਰੇ ਗਾਂਧੀ ਨਹੀਂ ਅਮਰਿੰਦਰ ਰਾਜਾ ਉਹ ਗਾਂਧੀ ਨੂੰ ਕਲਚਰ ਦਾ ਹੀ ਸਮਝ ਮੇਰੇ ਖਿਆਲ ਆ ਕੰਪੈਰੀਟਿਵਲੀ ਜ਼ਿਆਦਾ ਹੈ ਫਿਰ ਸਾਡੇ ਲੋਕਲ ਲੀਡਰਾਂ ਨਾਲੋਂ ਨੇ ਰਾਜਾ ਬੜਿੰਗ ਵੀ ਮਤਲਬ ਜਿਹੜਾ ਪ੍ਰਧਾਨ ਬਣਿਆ ਹੈ ਪੰਜਾਬ ਕਾਂਗਰਸ ਦਾ ਉਸ ਤੋਂ ਬਾਅਦ ਦਸਤਾਰ ਸਜਾਉਣੀ ਸ਼ੁਰੂ ਕੀਤੀ ਹੈ ਇਹਨਾਂ ਨਾਲ ਜੇ ਜੇ ਨਹੀਂ ਨਹੀਂ ਮੈਂ ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਤਾਂ ਪਰ ਮੈਨੂੰ ਲੱਗਦਾ ਸਮਾਜਿਕ ਤੌਰ ਤੇ ਮੈਂ ਇੱਕ ਸਵਾਲ ਜਿਹਾ ਉਠਾਇਆ ਸੀ ਵੀ ਜਿਹੜੇ ਦਸਤਾਰ ਨਹੀਂ ਸਜਾਉਂਦੇ ਉਹਨਾਂ ਨੂੰ ਕਿਤੇ ਬੁਰਾ ਨਾ ਲੱਗੇ ਇਹ ਸਾਨੂੰ ਥੋੜਾ ਜਿਹਾ ਮੈਂ ਉਸ ਐਂਗਲ ਤੋਂ ਕੀਤਾ ਸੀ ਵੈਸੇ ਰਾਜਾ ਬੜਿੰਗ ਮੈਂ ਵਿਰਸੇ ਦੀ ਗੱਲ ਕਰ ਰਿਹਾ ਦੇਖੋ ਜੀ ਹਾਂ ਜੀ ਬਿਲਕੁਲ ਸਹੀ ਦੀ ਗੱਲ ਜਦੋਂ ਰਾਜਾ ਬੜਿੰਗ ਨੇ ਦਸਤਾਰ ਸਜਾਉਣੀ ਸ਼ੁਰੂ ਕੀਤੀ ਤਾਂ ਉਹ ਆਮ ਪੁੱਛਦੇ ਹੁੰਦੇ ਸੀ ਜਰਨਲਿਸਟਾਂ ਨੂੰ ਵੀ ਮੈਂ ਹੁਣ ਦੱਸੋ ਹੁਣ ਵਧੀਆ ਲੱਗਦਾ ਕਿ ਪਹਿਲਾਂ ਲੱਗਦਾ ਸੋ ਇਹ ਤਾਂ ਗਲਤ ਹੈ ਹੀ ਆ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਗਿਆ ਕਿ ਦੁਨੀਆ ਭਰ ਦੇ ਵਿੱਚ ਹੁਣ ਲੋਕ ਫਿਰ ਆਪਣੇ ਵਿਰਸੇ ਵੱਲ ਮੁੜ ਰਿਹਾ ਸ਼ਾਇਦ ਅਕਾਲੀ ਦਲ ਦੇ ਵਿੱਚ ਵੀ ਬਹੁਤ ਆਤਸ਼ੇਤੀ ਇਹਨਾਂ ਲੋਕਾਂ ਦੀ ਹੋ ਜੇ ਆਪਾਂ ਪੋਜ਼ਿਟਿਵਿਟੀ ਨਾਲ ਜੇ ਅੱਗੇ ਵਧੀਏ ਤੇ ਮੈਨੂੰ ਲੱਗਦਾ ਸਰਦਾਰ ਹਰਮੀਰ ਸਿੰਘ ਦੀ ਪਾਰਟੀਆਂ 'ਚ ਟੁੱਟ ਭੱਜ ਤਾਂ ਬਹੁਤ ਆ ਹੁਣ ਵੀ ਅੱਜ ਦੇ ਦਿਨ ਦੇ ਵਿੱਚ ਵੀ ਇੰਨੇ ਬੰਦਿਆਂ ਬਾਰੇ ਫਿਰੋਜ਼ਪੁਰ ਦੇ ਵਿੱਚ ਉਮੀਦਵਾਰ ਲਈ ਉਮੀਦਵਾਰੀ ਲਈ ਰਵਿੰਦਰ ਆਮਲਾ ਬਹੁਤ ਪਪੂਲਰ ਸੀ ਮਤਲਬ ਇਹ ਬੰਨਿਆ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਵੀ ਉਹਨਾਂ ਨੂੰ ਅਪਰੋਚ ਕਰ ਰਹੀ ਆ ਔਰ ਉਹਨਾਂ ਨੂੰ ਅਪਰੋਚ ਕਰ ਰਹੀ ਆ ਭਾਜਪਾ ਔਰ ਅਪੋਸ਼ਟ ਖਬਰਾਂ ਨੇ ਅਸੀਂ ਕੋਈ ਇਹਦਾ ਦਾਵਾ ਨਹੀਂ ਕਰਦੇ ਕਿ ਵੱਡੀ ਗੱਲ ਨਹੀਂ ਕਿ ਉਹ ਭਾਜਪਾ ਦੇ ਉਮੀਦਵਾਰ ਵੀ ਬਣ ਜਾਣ ਸ਼ੁਰੂ ਚ ਤਾਂ ਇਲੈਕਸ਼ਨ ਲੜਨਾ ਨਹੀਂ ਸੀ ਚਾਹੁੰਦੇ ਔਰ ਮੰਨਿਆ ਜਾਂਦਾ ਕਿ ਤਗੜਾ ਮੁਕਾਬਲਾ ਦੇਣਗੇ ਤੇ ਸਰਦਾਰ ਜਗਤਾਰ ਸਿੰਘ ਜ਼ਿਕਰ ਕਰ ਰਹੇ ਸੀ ਕਿ ਕਿ ਘਪਾਇਆ ਵੀ ਹੋ ਸਕਦੇ ਨੇ ਕਿਸੇ ਤਰੀਕੇ ਨਾਲ ਤੇ ਮੈਂ ਜਦੋਂ ਹੋਰ ਖਿੱਤਿਆਂ ਦੇ ਵਿੱਚ ਵੀ ਗੱਲ ਕਰ ਰਿਹਾ ਤਾਂ ਰਖੜੇ ਵੀ ਅਜੇ ਮੁਠੀ ਬੰਦ ਕਰਕੇ ਬੈਠੇ ਨੇ ਰਖੜਿਆ ਨੇ ਮੁਠੀ ਬੰਦ ਕੀਤੀ ਹੋਈ ਹੈ ਇੱਕ ਤੋਂ ਹੋਰ ਆਗੂ ਵੀ ਨੇ ਇੱਕ ਇੱਕ ਮੋਟੀ ਜਿਹੀ ਟਿੱਪਣੀ ਜਿਹੜੀ ਟਿੰਕੂ ਜਿਹੜੀ ਹੈਗੀ ਇਹਦੇ ਆਉਣ ਤੇ ਟੀਨੂ ਦੇ ਇੱਧਰ ਆਉਣ ਤੇ ਆਮ ਆਦਮੀ ਪਾਰਟੀ ਵੱਲ ਔਰ ਹੁਸ਼ਿਆਰਪੁਰ ਦੇ ਵਿੱਚੋਂ ਵੀ ਕੈਂਡੀਡੇਟ ਚਾਹੀਦੇ ਹੈਗੇ ਨੇ ਹੋਰ ਵੀ ਥਾਵਾਂ ਤੋਂ ਕੈਂਡੀਡੇਟ ਲੁਧਿਆਣਾ ਵਿੱਚ ਵੀ ਇਹਦੇ ਕੈਂਡੀਡੇਟ ਨਹੀਂ ਮਿਲਦੇ ਆ ਆਮ ਆਦਮੀ ਪਾਰਟੀ ਨੂੰ ਕਿਉਂਕਿ ਇਹਨਾਂ ਨੇ ਕਿਹਾ ਸੀ ਕਿ ਮੈਂ ਲੁਧਿਆਣਾ ਤੇ ਜਲੰਧਰ 16 ਨੂੰ ਅਨਾਉਂਸ ਕਰੂੰਗਾ ਕੱਲ 16 ਹੈ ਜੀ ਹੁਣ ਮੈਂ ਇਹ ਵੀ ਸਮਝਣਾ ਚਾ ਰਿਹਾ ਤੁਹਾਡੇ ਤੋਂ वैसे था ये एक दिनो शेयर मार्केटन करना जेड़ा ग्राफ ऊपर ਜਾਂਦਾ نیچے ਜਾਂਦਾ ਜਦੋਂ ਕਿਤੇ ਪੋਜੀਟਿਵ ਜੀ ਗੱਲ ਹੋ ਜਾਂਦੀ ਹੈ ਹਜੇ ਹੁਣ ਜਿੰਨਾ ਚਿਰ ਕਾਗਜ ਨਹੀਂ ਭਰੇ ਜਾਂਦੇ શેર ਮਾਰਕੀਟ ਦਾ ਗਰਾਫ ਉੱਪਰ ਹੀ ਰਹਿਣਾ ਰਾਤ ਨੂੰ ਸੌਂਦੇ ਪਤਾ ਨਹੀਂ ਕੀ ਕੈਲਕੂਲੇਸ਼ਨਾਂ ਕਰਕੇ ਸੌਂਦੇ ਹੋਣਗੇ ਵੀ ਆਪਾਂ ਨੂੰ ਟੈਲੀਫੋਨ ਹੀ ਨਹੀਂ ਆਇਆ ਜਾਂ ਆਪਣਾ ਮਾਰਕੀਟ ਵਿੱਚ ਵੈਲਿਊ ਹੀ ਨਹੀਂ ਹੈ ਤੇ ਪੋਲਿਟਿਕਸ ਜਦੋਂ ਬਿਜ਼ਨਸ ਬਣਾਤੀ ਹੈ ਟੋਟਲ ਤੇ ਹੁਣ ਕਿਹਦੇ ਤੇ ਯਕੀਨ ਕੀ ਇਹ ਯਕੀਨ ਨਾਲ ਕੌਣ ਕਹੂਗਾ ਵੀ ਆਹ ਨਹੀਂ ਜਾ ਸਕਦਾ ਆਹ ਜਾ ਸਕਦਾ ਆਹ ਦੂਜੇ ਦਾ ਕੈਂਡੀਡੇਟ ਨਹੀਂ ਹੋ ਸਕਦਾ ਇਹਦਾ ਕੈਂਡੀਡੇਟ ਹੋ ਸਕਦਾ ਸਿਸਟਮ ਤਾਂ ਬਣ ਗਿਆ ਉਹ ਹੈ ਜਾਂ ਦੇਖੋ ਔਰ ਇਹ ਪਰ ਬਦਕਿਸਮਤੀ ਹੈ ਮਤਲਬ ਪੰਜਾਬ ਦੇ ਕੋਈ ਬਹੁਤ ਜ਼ਿਆਦਾ ਨਹੀਂ ਠੀਕ ਹੈ ਸਾਨੂੰ ਚਰਚਾ ਕਰਨੀ ਪੈਂਦੀ ਹੈ ਵੀ ਕਿਹੜਾ ਕਿੱਥੇ ਗਿਆ ਕਿਉਂ ਗਿਆ ਰਵਿੰਦਰ ਆਮਲੇ ਤੇ ਕਹਿੰਦੇ ਨੇ ਸਾਰੇ ਹੀ ਨੇ ਉਹ ਜਾਖੜ ਪਰਿਵਾਰ ਦੇ ਨੇੜੇ ਮੰਨੇ ਜਾਂਦੇ ਨੇ ਸ਼ੁਰੂ ਤੋਂ ਰਵਿੰਦਰ ਆਮਲਾ ਔਰ ਤੇ ਉਸ ਲੈਵਲ ਦੇ ਠੀਕ ਹੈ ਕਹਿੰਦੇ ਪੈਸਾ ਟੱਕਾ ਕਾਫੀ ਹੈ ਬਿਜ਼ਨਸ ਉਹਨਾਂ ਦਾ ਕਾਫੀ ਲੰਮਾ ਚੌੜਾ ਹੈ ਪਰ ਕੇਵਲ ਬਿਜ਼ਨਸ ਵੀ ਕਾਫੀ ਨਹੀਂ ਹੁੰਦਾ ਮੇਰੇ ਖਿਆਲ ਨਾਲ ਇਲੈਕਸ਼ਨ 'ਚ ਬਹੁਤ ਚੀਜ਼ਾਂ ਹੁੰਦੀਆਂ ਨੇ ਜੇ ਕੋ ਬਾਰੇ ਕਈ 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 ਵਾਰਾ ਤਾਂ ਜਿੱਤ ਗਿਆ ਤਾਂ ਜਿੱਤ ਗਿਆ ਗਰਾਉਂਡ ਰਿਐਲਿਟੀ ਕਈ ਵਾਰ ਉਹਦੀ ਫਰੋਜਪੁਰ ਦੀ ਗਰਾਉਂਡ ਰਿਐਲਿਟੀ ਹੋ ਰਹੀ ਤੇ ਉੱਥੇ ਵੀ ਪੋਲਰਾਈਜ਼ ਹੁੰਦੀ ਆ ਵੋਟ ਕਈ ਵਾਰ ਜਦੋਂ ਪੋਲਰਾਈਜ਼ ਹੁੰਦੇ ਖਾਸ ਤਾ ਉੱਥੇ ਮਲਟੀ ਕਾਰਨਰ ਦੇ ਵਿੱਚ ਤਾਂ ਔਰ ਜਿਹੜੀ ਰਾਸਿਕ ਵੋਟ ਹੈ ਉਹ ਕਾਫੀ ਹੱਦ ਤੱਕ ਦਬ ਕੇ ਲੈ ਜਾਂਦੀ ਆ ਮਲਟੀ ਕਾਰਨਰ ਚ ਤਾਂ ਜਦੋਂ 80% ਉਧਰ ਚਲੀ ਜਾਂਦੀ ਆ ਕੋਈ ਵੋਟ ਜਾਂ 90% ਤਾਂ ਪਾਸਾ ਪਲਟ ਦਿੰਦੀ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਥੇ ਕਈ ਹੋਣਗੇ ਮੇਰੇ ਕਹਿੰਦਾ ਰਾਣਾਗਰ ਮੀਤ ਸੋਡੇ ਵੀ ਕਿਤੇ ਨਾ ਕਿਤੇ ਤਾਂ ਲਾ ਹੀ ਰਹੇ ਹੋਣਗੇ ਦਾ ਕੋ ਬੜੀ ਵਾਰ ਬੜੀ دیر ਤੋਂ ਪਾਰਲੀਮੈਂਟ ਕਾਂਗਰਸ ਤੋਂ ਵੀ ਲੜਨਾ ਚਾਹੁੰਦੇ ਸੀ ਤੇ ਜੇ ਭਾਜਪਾ ਤੋਂ ਲੈ ਜਾਣ ਟਿਕਟ ਥਾਂ ਵੀ ਕੀ ਗੱਲ ਨਾਲ ਕਹਿੰਦੇ ਨੇ ਉਹਨਾਂ ਦਾ ਅਸਰ ਵੀ ਐ ਸਾਰੇ ਗਰੁੱਪਾਂ ਦੇ ਵਿੱਚ ਹੁਣ ਇਹ ਨਹੀਂ ਪਤਾ ਵੀ ਉਧਰ ਕੋਈ ਖਾਮੋਸ਼ ਜੇ ਨੇ ਕਈ ਵਾਰ ਖਮੋਸ਼ ਰਹੇ ਕਿ ਦਿੱਲੀ ਕੋਈ ਗੱਲ ਕਰ ਰਹੇ ਹੋਣ ਕਿਤੇ ਨਾ ਕਿਤੇ ਇਕੱਲੇ ਇੱਕ ਬੰਦੇ ਦਾ ਆਵਲ ਦਾ ਨਾਂ ਕਿਉਂ ਲੈਣਾ ਕਿ ਕਿਹੜਾ ਕੀ ਕਰਦਾ ਕਿਹੜਾ ਨਹੀਂ ਔਰ ਦੂਸਰੀ ਗੱਲ ਕੀ ਬੀਜੇਪੀ ਜਾਖੜ ਸਾਹਿਬ ਨੂੰ ਨਹੀਂ ਕਹਿ ਸਕਦੇ ਵੀ ਬਾਪੂ ਵੀ ਵੱਡੇ ਹੀ ਲੜਾਉਣੇ ਨੇ ਤੁਹਾਡਾ ਹਲਕਾ ਚਲੋ ਫਰੋਜ਼ਪੁਰੀ ਠੀਕ ਹੈ ਤੁਸੀਂ ਤੁਸੀਂ ਆਪ ਲੜ ਲਓ ਉੱਥੇ ਤੇ ਅਜੇ ਕਈ ਚੀਜ਼ਾਂ ਨੇ ਮਤਲਬ ਬਖਵਾਖ ਮਾਮਲਿਆਂ ਚ ਹਾਂ ਅਕਾਲੀ ਦਲ ਦੇ ਡਿਮਾਂਡ ਵੀ ਹੈ ਕਈ ਬੰਦਿਆਂ ਦੀ ਔਰ ਖਾਸ ਤੌਰ ਤੇ ਜਿਹੜੇ ਪਹਿਲਾਂ ਪਾਰਲੀਮੈਂਟ ਮੈਂਬਰ ਰਹੇ ਨੇ ਜੋਰਾ ਸਿੰਘ ਮਾਨ ਉਹਨਾਂ ਦਾ ਬੇਟਾ ਵੀ ਟਰਾਈ ਕਰ ਰਿਹਾ ਕਿ ਸਾਨੂੰ ਹੀ ਦੇ ਦਿਓ ਸਾਡੇ ਵੀ ਕਈ ਵਾਰ ਐਮਪੀ ਰਹੇ ਨੇ ਕੀ ਨੂੰ ਦੇਣਗੇ ਕੀ ਨੂੰ ਨਹੀਂ ਕਿਉਂਕਿ ਜੇ ਸੋਵੀਰ ਸਿੰਘ ਬਾਦਲ ਨੇ ਖੁਦ ਤਾਂ ਲੜਨੀ ਸੀ ਜਾਂ ਤਾਂ ਉਹ ਲੜ ਲੈਣ ਦਿੱਤਾ ਤਾਂ ਉਹ ਰਿਪਰੈਜ਼ੈਂਟੇਟਿਵ ਸੀ ਹੁਣ ਕੀ ਕੀ ਨੂੰ ਦੇਣਗੇ ਉਹਦੇ ਤੇ ਡਿਪੈਂਡ ਕਰੂਗਾ ਇਸ ਕਰਕੇ ਕਈ ਸੀਟਾਂ ਦਾ ਆਪਣੇ ਢੰਗ ਦੇ ਨਾਲ ਹੈ ਹੁਣ ਜੇ ਲੁਧਿਆਣਾ ਤਾਂ ਕਾਂਗਰਸ ਵੀ ਲੱਭ ਰਹੀ ਹੈ ਕੀ ਨੂੰ ਆਸੂ ਬਾਰੇ ਬੰਨਿਆ ਜਾਂਦਾ ਸੀ ਕਹਿੰਦੇ ਆਸੂ ਤੇ ਕਹਿੰਦੇ ਨੇ ਕਈ ਕਈ ਕੇਸ ਨੇ ਬਿੱਟੂ ਨੂੰ ਖਾਸ ਤੌਰ ਤੇ ਦੋਸਤੀ ਕਰਕੇ ਜਿਆਦਾ ਪਤਾ ਕਿਤੇ ਨਵੀਂ ਏਡੀ ਦੀ ਰੇਡ ਨਾ ਪੈਦਾ ਹੋ ਜੇ ਨਾ ਬਾਕੀ ਨਾ ਹੋ ਜੇ ਇਸ ਲਈ ਕਹਿੰਦੇ ਨਾ ਡ੍ਰੌਪ ਕੀਤਾ ਜਾ ਰਿਹਾ ਕਿਸੇ ਨਾ ਕਿਸੇ ਰੂਪ ਵਿੱਚ ਪਤਾ ਨਹੀਂ ਕਾਲੇ ਦੇ ਡਿਸਟ੍ਰਿਕਟ ਚ ਨਾ ਆ ਜੇ ਕਿਤੇ ਮੈਂ ਤਾਂ ਅੱਜ ਕਰ ਪਰ ਕੁਝ ਲੀਡਰ ਕਹਿ ਰਹੇ ਨੇ ਉਹਨਾਂ ਦੇ ਵੀ ਇਹ ਕੈਲਕੂਲੇਸ਼ਨਾਂ ਹੋ ਰਹੀਆਂ ਨੇ ਉੱਥੇ ਕਿਹਨੂੰ ਭੇਜਿਆ ਜਾਏ ਕਿਹਨੂੰ ਨਾ ਭੇਜਿਆ ਜਾਏ ਹੁਣ ਆਨੰਦਪੁਰ ਸਾਹਿਬ ਦਿੱਤੇ ਰਾਣਾ ਗੁਰਜੀਤ ਲੜਨਾ ਚਾਹੁੰਦੇ ਨੇ ਉਹ ਖਡੂਰ ਸਾਹਿਬ ਕਿਉਂ ਨਹੀਂ ਲੜਨਾ ਚਾਹੁੰਦੇ ਜਿੱਥੋਂ ਪਾਰਟੀ ਲੜਨਾ ਰੌਣਡ ਨੂੰ ਫਿਰਦੀ ਆ ਵੀ ਤੁਸੀਂ ਉੱਥੇ ਲੜੋ ਤੇ ਆਨੰਦਪੁਰ ਸਾਹਿਬ ਕਿਸੇ ਹੋਰ ਨੂੰ ਆਨੰਦਪੁਰ ਸਾਹਿਬ ਚ ਪਤਾ ਨਹੀਂ ਇਹ じゃ ਕੀ ਹੈ ਕਈ ਲੀਡਰ ਆਨੰਦਪੁਰ ਸਾਹਿਬ ਵੱਲੋਂ ਜਾਂਦੇ ਸੀਗੇ ਅਖਾਲੀ ਵੀ ਔਰ ਕਾਂਗਰਸੀ ਵੀ ਕਈ ਵੀ ਚਲ ਉਧਰ ਨੂੰ ਜਾਂਦੇ ਆ ਚਲੋ ਮਨੀਸ਼ ਤਵਾੜੀ ਉਥੋਂ ਚਲੇ ਗਏ ਨੇ ਚੰਡੀਗੜ੍ਹ ਚ ਮੈਂ ਅਜੇ ਇਹ ਕੈਲਕੂਲੇਸ਼ਨ ਚ ਨਾ ਕਈ ਪਾਰਟੀਆਂ ਦੇ ਵਿੱਚ ਫੈਸਲਾ ਹੋ ਨਹੀਂ ਹੋ ਪਾ ਰਿਹਾ ਇਹਦਾ ਮਤਲਬ ਥੋੜਕੂ ਆਮਦ ਵੀ ਪਾਰਟੀ ਨੇ ਤਾਂ ਖਰ ਲੀਡਰ ਡਿਵੈਲਪ ਨਹੀਂ ਕੀਤੇ ਆਪਣੇ ਚੋਜ ਇਸ ਲਈ ਉਹਨਾਂ ਨੂੰ ਤਾਂ ਪ੍ਰੋਬਲਮ ਆ ਹੀ ਰਹੀ ਹੈ ਕਿ ਉਹਨਾਂ ਕੋਲ ਓਡੇ ਕੈਂਡੀਡੇਟ ਨਹੀਂ ਉਹ ਇੱਕ ਦੂਜੀ ਪਾਰਟੀ ਚੋਂ ਇਧਰ ਉਧਰ ਕਰ ਰਹੇ ਨੇ ਈਵਨ ਬਠਿੰਡੇ ਚ ਇੱਕ ਹੋਰ ਸ਼ਖਸ ਜਿਹੜੇ ਚੁੱਪ ਕਰਕੇ ਬੈਠੇ ਨੇ ਪਤਾ ਨਹੀਂ ਕੀ ਗੱਲ ਹੈ ਕੌਣ ਗੱਲਬਾਤ ਕਰ ਰਿਹਾ ਉਹ ਜਦੋਂ ਜਿਹੜੇ ਸਿਕੰਦਰ ਸਿੰਘ ਮਨੂਕਾ ਨੂੰ ਲਗਾਤਾਰ ਚੈਲੰਜ ਕਰਦੇ ਰਾਮਪੁਰਾ ਫੋਲ ਚ ਗੁਰਪ੍ਰੀਤ ਕਾਂਗੜ ਕਾਂਗੜ ਉਹ ਇੱਕ ਵਾਰ ਬੀਜੇਪੀ ਚਲੇ ਗਏ ਮੁੜ ਕੇ ਫੇਰ ਆ ਗਏ ਇਹ ਮਤਲਬ ਵਾਪਸ ਕਦੇ ਅਮਰਿੰਦਰ ਸਿੰਘ ਦੇ ਖਲੋਜ ਬੰਨੇ ਜਾਣ ਵਾਲੇ ਬੰਦਿਆਂ ਦੇ ਵਿੱਚ ਸੀਗੇ ਤੇ ਕੀ ਜੇ ਇਹਦੀ ਵੇਟ ਹੁਣ ਤਾਂ ਨਹੀਂ ਹੋ ਰਹੀ ਕਿ ਟਿਕਟ ਐਨਾਉਂਸ ਹੋ ਗਈਆਂ ਨੇ ਕੈਂਪੇਨ ਸ਼ੁਰੂ ਹੋ ਗਈ ਹੋ ਜਾਣ ਤੋਂ ਬਾਅਦ ਮਨੂਕਾ ਸਾਹਿਬ ਸ਼ਾਇਦ ਉਧਰ ਚਲੇ ਜਾਣ ਤਾਂ ਮੁੜ ਕੇ ਅਕਾਲੀ ਦਲ ਟਰਾਈ ਕਰ ਰਿਹਾ ਹੋਵੇ ਕੀ ਫਰਕ ਪੈਂਦਾ ਜਿਹੜੇ ਮਰਜ਼ੀ ਪਾਰਟੀ ਚ ਲਿਆਓ ਇੰਦਰ ਤੇ ਉਹ ਤਾਂ ਤਾਂ ਭਰਨੀ ਹੁੰਦੀ ਆ ਨਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਨਾ ਨਾ ਗੱਲ ਕਈ ਗੱਲਾਂ ਨੇ ਕਈ ਕੈਲਕੂਲੇਸ਼ਨਾਂ ਨੇ ਕਈ ਰਿਯੂਮਰ ਵੀ ਨੇ ਤੇ ਉਹ ਹਕੀਕਤ ਦੇ ਬਦਲ ਦੇ ਨੇ ਜਾਂ ਨਹੀਂ ਬਦਲਦੇ। ਲੇ ਟੋਰਨ ਲੱਗੇ ਉਹ ਸਰਦਾਰ ਹਮੀਰ ਸਿੰਘ ਜੀ ਤਾਂ ਇੱਕ ਹੋਰ ਵੀ ਕਲਾਜ ਚ ਸਵੇਰ ਦੀ ਪਤਾ ਨਹੀਂ ਇਹ ਗੱਲ ਕਿੱਥੋਂ ਆਈ ਕੌਣ ਕਿਉਂ ਕਰੀ ਜਾਂਦਾ ਸੀ ਕਿ ਮਨਪ੍ਰੀਤ ਬਾਦਲ ਆਪਣੇ ਭਰਾ ਦੇ ਨਾਲ ਕਿਸੇ ਵੇਲੇ ਵੀ ਬਗਲਗੀਰ ਹੋ ਸਕਦੇ ਆ ਜੱਫੀ ਚਾ ਸਕਦੇ ਆ ਫੋਟੋ ਆ ਸਕਦੀ ਆ। ਅੱਜ ਸਵੇਰ ਦਾ ਇਹ ਰੌਲਾ ਪੈਣਾ ਸ਼ੁਰੂ ਹੋ ਗਿਆ। ਇਹ ਮੈਂ ਇਹ ਵੀ ਤੁਹਾਡੇ ਤੋਂ ਇੱਕ ਪੁੱਛ ਲੈਣਾ ਵੀ ਸੰਭਾਵਨਾਵਾਂ ਹੋ ਸਕਦੀਆਂ ਸਿਆਸਤ ਵਿੱਚ ਵੀ। ਨਹੀਂ ਸੰਭਾਵਨਾਵਾਂ ਤਾਂ ਕਾਫੀ ਪ੍ਰਗਟ ਹੋ ਗਈਆਂ ਸੀ ਬਾਦਲ ਸਾਹਿਬ ਦੇ ਡੈਥ ਤੋਂ ਬਾਅਦ ਬੂਟੇ ਬਾਟੇ ਲਾਉਣਾ ਇਕੱਠੇ ਰਹਿਣਾ ਸਭ ਤੋਂ ਆ ਕੇ ਜਿਵੇਂ ਮਨਪਰੀਤ ਬਾਦਲ ਜ਼ਿੰਮੇਵਾਰੀ ਨਿਭਾਉਂਦੇ ਰਹੇ ਸੋ ਵੀਰ ਤੋਂ ਵੀ ਪਹਿਲਾਂ ਆ ਕੇ ਬੈਠਦੇ ਰਹੇ ਉੱਥੇ ਤੇ ਭਾਜਪਾ ਚ ਵੀ ਕੋਈ ਬਹੁਤ ਜ਼ਿਆਦਾ ਹੁਣ ਉਹਨਾਂ ਦਾ ਕੋਈ ਐਡੀ ਗੱਲ ਨਹੀਂ ਹੈ ਕਿ ਛੰਡੇ ਝੂਲਦੇ ਹੋਣ ਕਿਉਂਕਿ ਉਹ ਉਧਰ ਤਾਂ ਹੈ ਨਹੀਂ ਹੈ ਜੇ ਮੁੜ ਕੇ ਪਰਿਵਾਰ ਇਕੱਠਾ ਹੁੰਦਾ ਪਰਿਵਾਰ ਇਕੱਠਾ ਹੋਇਆ ਜਦੋਂ ਉਹਦੀ ਇਲੈਕਸ਼ਨ ਦੇ ਵਿੱਚ ਰਾਜਾ ਬੜਿੰਗ ਰੌਲਾ ਪਾ ਰਿਹਾ ਸੀਗਾ ਕਿ ਬਟੇਡੇ ਤਾਂ ਹੀ ਸਾਇਮਤ ਹੋ ਗਏ ਔਰ ਜਿਹੜੇ ਲੋਕਲ ਬਠਿੰਡੇ ਦੇ ਐਮਐਲਏ ਅਕਾਲੀ ਦਲ ਦੇ ਉਹ ਕਹਿ ਰਹੇ ਸੀ ਕਿ ਵਰਪ੍ਰੀਤਾਂ ਜੀ ਉਹ ਹੁਣ ਉਹ ਮਤਲਬ ਪਹਿਲਾਂ ਹੁੰਦੇ ਸੀ ਕਿ ਵਰਪ੍ਰੀਤ ਇਧਰ ਰਲ ਕੇ ਕਦੇ ਕਹਿੰਦੇ ਨੇ ਕਦੇ ਕਹਿੰਦੇ ਉਧਰ ਰਲ ਕੇ ਕਾਂਗਰਸੀ ਵੀ ਲੋਕਲ ਬਠਿੰਡੇ ਦੇ ਕਹਿੰਦੇ ਰਹੇ ਜੀ ਇਹ ਉਹਨਾਂ ਦੀ ਮਦਦ ਬਾਦਲ ਪਰਿਵਾਰ ਕਰ ਰਿਹਾ ਹੈ ਤੇ ਫਿਰ ਕਿਉਂ ਕਰ ਰਿਹਾ ਹੈ ਕਾਂਗਰਸੀ ਹੋਣ ਦੇ ਨਾਤੇ ਇਹ ਗੱਲਾਂ ਤਾਂ ਸ਼ੁਰੂ ਤੋਂ ਗੱਲ ਨਹੀਂ ਕੱਲੀ ਚੱਲੀ ਓਪਰਲੀ ਕਹਿੰਦੇ ਆ ਰਹੇ ਨੇ ਫਿਰ ਜੇ ਅੰਦਰ ਖਾਤੇ ਐਡੀ ਮਦਦ ਹੋ ਸਕਦੀ ਹੈ ਉਹ ਉਪਰਲੀ ਜਾਣ ਚੁੱਕੀ ਹਰ ਜੇ ਫਿਰ ਮੈਨੂੰ ਤਾਂ ਲੱਗਦਾ ਤਾਂ ਅੰਦਰ ਖਾਤੇ ਨਾਲੋਂ ਤਾਂ ਜਿਆਦਾ ਬੈਟਰ ਹੁੰਦਾ ਕਿ ਇਕੱਠੇ ਹੋ ਜੋ ਸਦਾ ਜਗਤਾਰ ਸਿੰਘ ਜੀ ਤੁਸੀਂ ਵੀ ਕਾਫੀ ਜਾਣਦੇ ਹੋ ਨੇੜਿਓ ਤੁਸੀਂ ਪਹਿਲੀ ਇਲੈਕਸ਼ਨ ਮਨਪ੍ਰੀਤ ਬਾਦਲ ਦੀ ਨੇੜਿਓ ਕਵਰ ਕੀਤੀ ਆ ਦੇਖੀ ਆ ਇਹਨਾਂ ਪਰਿਵਾਰਾਂ ਨਾਲ ਤੁਹਾਡੇ ਤਾਲੁਕਤ ਵੀ ਰਹੇ ਆ ਇਹ ਕਿਸੇ ਵੇਲੇ ਵੀ ਮੋਹ ਜਾਗ ਸਕਦਾ ਕਿਸੇ ਵੇਲੇ ਵੀ ਇਹ ਜ਼ਰੂਰਤ ਪੀਲ ਹੋ ਸਕਦੀ ਆ ਕਿਉਂਕਿ ਹੁਣ ਇੱਕ ਇਹੋ ਜਿਹਾ ਨਾਜ਼ਿਕ ਸਮਾਂ ਜਿੱਥੇ ਸੁਖਵੀਰ ਬਾਦਲ ਨੂੰ ਵੀ ਲੱਗਦਾ ਹੋਊ ਕਿ ਹੁਣ ਭੱਜੀਆਂ ਬਾਵਾ ਗੜ ਨੂੰ ਆਈ ਜਾਣ ਕੀ ਕਿਨੇ ਬਈ ਤੁਸੀਂ ਥੋੜਾ ਜਿਹਾ ਕਰੈਕਟ ਕਰੋ ਆਪਣੇ ਆਪ ਨੂੰ ਓਕੇ ਇਹ ਇਹ ਸਾਰਾ ਕੁਝ ਮੋ ਜਾਗ ਚੁੱਕਿਆ ਹੈ ਕਈ ਮਹੀਨੇ ਪਹਿਲਾਂ ਉਹ ਜਦੋਂ ਆਪਣੇ ਭਾਜੀ ਜੈਨ ਕੀਤੀ ਸੀ ਨਾ ਉਸ ਤੋਂ ਪਹਿਲਾਂ ਜਾਗ ਚੁੱਕਿਆ ਸੀਗਾ ਉਹ ਵੀਡੀਓ ਵੀ ਹੈਗੀ ਹੈ ਅੱਛਾ ਹਾਂ ਉਹ ਭੋਗ ਦੇ ਪਰਖਾਲ ਸਰ ਮਨਪੀਰ ਬਾਦਲ ਉਹਨੇ ਫਾਦਰ ਦੇ ਭੋਗ ਦੇ ਵੇਲੇ ਦੀ ਜਿਹੜੀ ਵੀਡੀਓ ਹੈਗੀ ਨਾ ਤੁਸੀਂ ਉਹ ਕੀ ਤੋਂ ਕੰਨ ਉਹਦੇ ਬਸ ਸਾਰਾ ਕੋਸ਼ਿਸ਼ ਹੈ। ਉੱਥੋਂ ਗੱਲ ਸ਼ੁਰੂ ਹੋਈ ਸੀ ਉਸ ਤੋਂ ਬਾਅਦ ਇਹ ਦੋਟਾ ਬਰਾ ਨੇ ਫੈਸਲਾ ਕਰ ਲਿਆ ਸੀਗਾ ਕਿ ਹੁਣ ਆਪਾਂ ਪਬਲੀਕਲੀ ਇੱਕ ਦੂਜੇ ਦੇ ਖਿਲਾਫ ਕੋਈ ਗੱਲ ਨਹੀਂ ਕਰਨੀ। ਪਰ ਆਲਟੀਮੇਟਲੀ ਇਹ ਵੀ ਸੁਣਿਆ ਕਿ ਹੋ ਗਿਆ ਸੀਗਾ ਕਿ ਮਨਪ੍ਰੀਤ ਥੋੜੀ ਅਕਾਲੀ ਦਲ ਵਿੱਚ ਵਾਪਸ ਆ ਜਾਣਗੇ। ਉਸ ਟੈਕਨੀਕਲ ਰੀਜ਼ਨ ਕਰਕੇ ਨਾ ਜੀ ਸ਼ਾਇਦ ਸੁਖਵੀਰ ਜੀ ਨੇ ਇਹਨਾਂ ਨੂੰ ਘਰੋਂ ਲੈ ਕੇ ਤੇ ਆਪਣੇ ਘਰ ਜਾਣਾ ਸੀਗਾ ਉਹ ਕਿਤੇ ਉਹਨਾਂ ਦੇ ਕੋਈ ਗੈਪ ਆ ਗਿਆ ਉਸ ਗੈਪ ਕਰਕੇ ਫਿਰ ਗੱਲ ਅੱਗੇ ਨਾ ਤੁਰੇ ਅਰਚਨ ਥੋੜੀ ਜਿਹੀ ਵੀ ਸੀ ਕਿ ਕਿ ਬੀਬੀ ਹਰਸਿਵਰਤ ਕੌਰ ਦੇ ਵੀ ਕਿਉਂਕਿ ਜਦੋਂ ਅਸੈਂਬਲੀ ਦੇ ਵਿੱਚ ਮਨਪ੍ਰੀਤ ਜੀ ਬਹੁਤ ਤਿੱਖਾ ਬੋਲੇ ਸੀ ਤੇ ਟਾਰਗੇਟ ਇਹਨਾਂ ਦਾ ਟਬਰ ਸੀਗਾ ਜੀ ਉਹ ਉਹ ਅਰਥਾਤ ਥੋੜੀ ਜਿਹੀ ਰਿਜ਼ਰਵੇਸ਼ਨ ਅਸੀਂ ਬਾਕੀ ਭਰਾਵਾਂ ਦੇ ਵਿੱਚ ਤਾਂ ਸਾਰੇ 16 ਸਪਾਈ ਹੋ ਚੁੱਕੇ ਸੀਗੀ ਫੋ ਕਿਸੇ ਵੇਲੇ ਵੀ ਇਹ ਵਾਪਸੀ ਹੋ ਸਕਦੀ ਹੈ ਮੈਂ ਇਹਨੂੰ ਰੋਲ ਆਊਟ ਬਿਲਕੁਲ ਹੀ ਨਹੀਂ ਕਰਦਾ ਕਿਉਂਕਿ ਜਦੋਂ 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 ਇਨ ਜਦੋਂ ਇਨ ਪ੍ਰਿੰਸੀਪਲ ਫੈਸਲਾ ਹੋਇਆ ਹੋਵੇ ਬਾਕੀ ਤਾਂ ਇੰਪਲੀਮੈਂਟੇਸ਼ਨ ਹੀ ਇੱਕ ਘਰ ਚੋਂ ਉੱਠ ਕੇ ਦੂਜੇ ਇੱਕ ਘਰ ਚੋਂ ਉੱਠ ਕੇ ਕੱਟੇ ਬੈ ਕੇ ਰੋਟੀ ਹੀ ਚਾਹ ਹੀ ਪੀਣੀ ਹੈ ਨਾ ਉਸ ਤੋਂ ਬਾਅਦ ਗੱਲ ਤਾਂ ਇੰਨੀ ਕੀ ਹੈ ਇਹਦੇ 'ਚ ਕੋਈ ਦੋਰਾਵਾ ਨਹੀਂ ਤੁਸੀਂ ਪਿਛਲੇ ਇਲੈਕਸ਼ਨ ਦਾ ਵੀ ਜ਼ਿਕਰ ਕਰ ਕੀਤਾ ਤੁਸੀਂ ਇੱਕ ਵਾਰੀ ਉਹਨਾਂ ਨੇ ਮੇਰੇ ਖਿਆਲ ਹਰਸਿਮਰਤ ਕੌਰ ਦੀ ਜਿਹੜੀ ਜਿੱਤ ਹੋਈ ਹੈ ਪਿਛਲੀ ਰੌਲਾ ਪੈਂਦਾ ਹੀ ਰਿਹਾ ਰਾਜਾ ਬੜਿੰਗ ਵੱਲੋਂ ਵੀ ਹੁਣ ਦੀ ਅਸੈਂਬਲੀ ਇਲੈਕਸ਼ਨ ਚ ਰੌਲਾ ਇਹ ਪੈਂਦਾ ਰਿਹਾ ਸੀ ਸਿੰਗਲਾ ਵੱਲੋਂ ਕਿ ਉਮੀਦਵਾਰ ਮੈਂ ਤੁਹਾਡਾਂ ਤੇ ਮਦਦ ਕਿਸੇ ਹੋਰ ਦੀ ਹੋ ਰਹੀ ਉਹਨਾਂ ਦਾ ਸਿੱਧਾ ਹੀ ਕਹਿਤਾ ਸੀ ਸਟੇਜ ਤੋਂ ਸੋ ਮੈਨੂੰ ਲੱਗਦਾ ਕਿ ਜਿਹੜੀ ਬੀਬੀ ਹਰਸਿਮਰਤ ਕੌਰ ਬਾਦਲ ਨਾਲ ਕੋਈ ਕੜਤਨ ਹੋਊ ਪਿਛਲੀ ਇਲੈਕਸ਼ਨ ਵੀ 21000 ਨਾਲ ਉਹ ਜਿੱਤ ਕੇ ਆ ਸੀ ਤੇ ਮੰਨਿਆ ਸੀ ਕਿ ਬਠਿੰਡੇ ਦੇ ਵਿੱਚੋਂ ਸਭ ਤੋਂ ਵੱਧ ਲੀਡ ਮਿਲੀ ਸੀ ਤੇ ਬਠਿੰਡੇ ਦੇ ਇੰਚਾਰਜ ਮਨਪ੍ਰੀਤ ਬਾਦਲ ਜੀ ਮੈਨੂੰ ਲੱਗਦਾ ਪਰਿਵਾਰ ਚ ਕਾਫੀ ਚੀਜ਼ਾਂ ਸੈਟਲ ਪਹਿਲਾਂ ਹੋ ਚੁੱਕੀਆਂ ਨੇ ਹੁਣ ਜੇ ਮੈਂ ਤਰੇ ਅਰਜ਼ ਕਿਤੇ ਵੀ ਮੈਂ ਤਰੇ ਅਰਜ਼ ਕੀਤੀ ਤੁਹਾਨੂੰ ਵੀ ਤੁਸੀਂ ਥੋੜਾ ਜਿਆ ਠੀਕ ਕਰਨੋ ਆਪਣੇ ਆਪ ਨੂੰ ਇਹ ਪਹਿਲਾਂ ਹੋ ਚੁੱਕਿਆ ਸਾਰਾ ਕੁਝ ਜੀ ਉਹਨਾਂ ਤਾਂ ਫਾਰਮੈਲਿਟੀ ਹੈ ਕਦੋਂ ਵਾਪਸ ਆਉਂਦੇ ਆ ਵੇਟ ਕਰੋ ਥੋੜੀ ਜੀ ਮੈਨੂੰ ਲੱਗਦਾ ਕਿ ਲਾਸਟ ਵਿੱਚ ਜੇ ਕਾਲੀ ਕਾਲੀ ਦੇ ਵਿੱਚ ਜਾਂਦੇ ਇੱਕ ਦੋ ਚੀਜ਼ਾਂ ਮੈਨੂੰ ਲੱਗਦਾ ਜਿਆਦਾ ਸਮਾਂ ਹੋ ਗਿਆ ਰਹਿਣ ਦਈਏ ਕੇਦਰੀਵਾਲ ਸਾਹਿਬ ਦੀ ਇੱਕ ਜਾਣਕਾਰੀ ਹੈ ਜੀ ਉਹਨਾਂ ਦੀ ਹੁਣ ਸਣਵਾਈ ਅਗਲੀ ਜਿਹੜੀ ਹੈ ਉਹ ਹੋਣੀ ਹੈ 29 ਨੂੰ ਦੀ ਸਰ ਜਕਤਾਰ ਸਿੰਘ ਜੀ ਤੁਸੀਂ ਦੱਸ ਹੀ ਦਿਓ ਨਹੀਂ 29 ਜਿਹੜਾ ਇਹਨਾਂ ਨੇ ਇਹਨਾਂ ਨੇ ਕੇਸ ਕੀਤਾ ਸੁਪਰੀਮ ਕੋਰਟ ਦੇ ਵਿੱਚ ਜਿਹਦੇ ਵਿੱਚ ਇਹਨਾਂ ਨੇ ਜਿਹੜੇ ਹਾਈ ਕੋਰਟ ਦੇ ਫੈਸਲੇ ਉਹ ਚੈਲੰਜ ਕੀਤੀਆਂ ਜਿਹੜਾ ਸੀ ਇਹਨਾਂ ਦਾ ਕਿ ਮੇਰੇ ਖਿਲਾਫ ਕੇਸ ਇਲੈਗਲ ਹੈ ਜੀ ਉਹ ਹਾਈ ਕੋਰਟ ਨੇ ਰਿਜੈਕਟ ਕਰਤੀ ਸੁਪਰੀਮ ਕੋਰਟ ਲੱਗੀ ਸੀ ਅੱਜ ਤੇ ਉਹਨਾਂ ਨੇ 29 ਦਾ ਨੋਟਿਸ ਇਸ਼ੂ ਕਰਤਾ ਜੀ ਨੂੰ ਸੋ ਇਮੀਡੀਏਟ ਰਿਲੀਫ ਪਾਈ ਜੀ ਦੂਸਰਾ ਇਹਨਾਂ ਦਾ ਜੁਡੀਸ਼ਲ ਰਿਮਾਂਡ ਲੋਅਰ ਕੋਰਟ ਨੇ 23 ਤੱਕ ਐਕਸਟੈਂਡ ਕਰਤਾ ਆਈ ਡਿਵੈਲਪਮੈਂਟ ਇਨਹੀ ਇਹ ਨਾਲੇ ਤੇ ਤੀਜੀ ਮੁੱਖ ਮੰਤਰੀ ਭਗਵਤਮਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਦੇ ਵਿੱਚ ਬਿੜੇ ਤੇ ਵਿਚਾਲੇ ਸਿੱਖਿਆਸੀ ਦੋਹਾਂ ਦੇ ਤੀਸਰੀ ਡਿਵੈਲਪਮੈਂਟ ਆਈ ਦੀ ਨਾਰਮਲੀ ਇੱਕ ਕਟਸੇ ਦੀ ਕਈ ਵਾਰੀ ਹੁੰਦੀ ਹੈ ਰਾਦਰ ਜੇਲ੍ਹ ਸੁਪਰਡੈਂਟ ਦੀ ਪਾਵਰ ਹੁੰਦੀ ਹੈ ਕਿ ਜਿਹੜੀ ਮੁਲਾਕਾਤ ਕਰਾਉਣੀ ਹੈ ਉਹ ਟੇਬਲ ਤੇ ਬੈਠ ਕੇ ਵੀ ਕਰਾਇਆ ਜਾ ਸਕਦੀ ਹੁੰਦੀ ਹੈ لیکن ਇਹਨਾਂ ਦੇ ਮਾਮਲੇ ਤੇ ਦੋਵੇਂ ਸੀਐਮ ਮਿਲੇ ਤੇ ਵਿਚਾਲੇ ਸ਼ੀਸ਼ਾ ਸਿੰਘ ਜਿਵੇਂ ਆਮ ਕੈਦੀਆਂ ਨੂੰ ਦੀ ਮੁਲਾਕਾਤ ਕਰਾਈ ਜਾਂਦੇ ਨੇ ਟੈਲੀਫੋਨ ਤੇ ਦੂਜੇ ਨਾਲ ਗੱਲ ਕੀਤੀ ਅੰਦਰ ਬੈਠ ਕੇ ਇਹ ਤਾਂ ਇਹ ਤੱਕਾ ਵੈਸੇ ਜੱਫੀ ਨਹੀਂ ਪੈਣ ਦਿੱਤੀ ਤੇ ਵੱਡੀ ਗੱਲ ਨਹੀਂ ਕਿ ਇਹ ਜਿਹੜਾ ਅੱਜ ਉਹਨਾਂ ਦਾ ਇੱਕ ਦਰਦ ਜਿਹਾ ਵਿਛਲਕਿਆ ਮੁੱਖ ਮੰਤਰੀ ਸਾਹਿਬ ਦਾ ਮੈਨੂੰ ਲੱਗਦਾ ਹੈ ਕਿ ਕੇਜਰੀਵਾਲ ਸਾਹਿਬ ਲਈ ਇਸ ਇਲੈਕਸ਼ਨ ਦੇ ਇਸ ਚੋਣ ਮੁਹਿੰਮ ਦੇ ਹਿੱਸਾ ਬਣਨਾ ਸ਼ਾਇਦ ਉਹਨਾਂ ਦੇ ਰਸੀਬ 'ਚ ਹੈ ਨਹੀਂ ਜਿਸ ਤਰ੍ਹਾਂ ਦੀਆਂ ਡੇਟਾ ਅੱਗੇ ਪੈ ਰਹੀਆਂ ਤੇ ਇਹ ਲੰਬਾ ਲੱਗਦਾ ਹੈ ਕੰਮ ਖਿੱਚਿਆ ਜਾਊਗਾ ਸੁਪਰੀਮ ਕੋਰਟ ਨੇ ਤੁਰੰਤ ਫੈਸਲਾ ਨਾ ਲੈ ਕੇ ਇੱਕ ਮੈਸੇਜ ਤਾਂ ਆਈ ਗਿਆ ਜੀ ਬਹੁਤ ਮਿਹਰਬਾਨੀ ਬਹੁਤ ਧੰਨਕ ਤੁਹਾਨੂੰ ਥੈਂਕ ਯੂ ਗ੍ਰੇਟ